ਸਭ ਤੋਂ ਵੱਡੇ ਭਾਗਾਂ ਦੀ ਇਹ ਨਿਸ਼ਾਨੀ ਆ, ਸਵੇਰੇ ਜਾਗਦੇ ਹਾਂ ਗੁਰੂ ਪਾਤਸ਼ਾਹ ਦੇ ਦਰਸ਼ਨ ਜਿਹੜੇ ਹੁੰਦੇ ਆ, ਸਭ ਤੋਂ ਪਹਿਲਾਂ ਗ੍ਰੰਥ ਸਿੰਘ ਕਰਦਾ। ਕੀਰਤਨ ਵਾਲਾ ਕਹਿੰਦਾ ਕਿ ਮੈਂ ਕੀਰਤਨ ਛੱਡ ਕੇ ਭੰਗੜਾ ਪਾਉਣ ਲੱਗ ਪਿਆ, ਮੇਰਾ ਤਾਂ ਜੀ ਸਤਿਕਾਰ ਨਹੀਂ ਕੀਤਾ। ਇੱਕ ਅੱਜ ਕੱਲ੍ਹ ਗ੍ਰੰਥੀ ਕਾਫੀ ਵਾਇਰਲ ਆ ਜਿਹੜਾ ਕਹਿੰਦਾ ਜੀ ਮੈਂ ਕੀਰਤਨ ਛੱਡਿਆ, ਮੈਂ ਗ੍ਰੰਥੀ ਦਾ ਪੱਖ ਛੱਡਿਆ, ਤਰੱਕੀ ਨਹੀਂ ਕੀਤੀ ਉਸ ਲੈਣ ਦੇ ਵਿੱਚ। ਸੰਗਤਾਂ ਨਾਲ ਜਿਹੜੀ ਵੀਰ ਜੀ ਉਹ ਕਿਸੇ ਚੀਜ਼ ਦੀ ਕਮੀ ਆਉਣ ਹੀ ਨਹੀਂ ਦਿੰਦੀ, ਜੇ ਤੁਸੀਂ ਭਾਵਨਾ ਨਾਲ, ਪਿਆਰ ਨਾਲ, ਸ਼ਰਧਾ ਨਾਲ ਗੁਰੂ ਸਾਹਿਬ ਦੀ ਸੇਵਾ ਕਰਦੇ ਹੋ। ਕਿ ਅੰਮ੍ਰਿਤਧਾਰੀ ਹੋਣ, ਨਸ਼ਿਆਂ ਤੋਂ ਬਚਣ, ਦਮਾਲੇ ਸਜਾਉਣ, ਮਤਲਬ ਕਿ ਪੰਥ ਦੇ ਮੈਂਬਰ ਬਣਨ। ਫਿਰ ਉਹ ਬੰਦੇ ਜਿਹੜੇ ਬੰਦੇ ਸੋਸ਼ਲ ਮੀਡੀਆ 'ਤੇ ਆ ਕੇ ਵੀ ਕਹਿੰਦੇ ਆ ਕਿ ਮੈਂ ਆਪਦੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਊਂਗਾ, ਫਿਰ ਇਹਦੇ 'ਚ ਫਰਕ ਕਿੱਥੇ? ਜਿਹੜਾ ਗ੍ਰੰਥੀ ਸਿੰਘ ਗੁਰੂ ਨਾਲ ਬੇਵਫਾਈ ਕਰ ਰਿਹਾ ਉਹ ਰੁਲੂਗਾ ਕਿ ਨਹੀਂ ਰੁਲੂਗਾ? ਤੁਸੀਂ ਗ੍ਰੰਥੀ ਸਿੰਘ ਦੇ ਬੱਚੇ ਕੌਣ ਮਾਉਣਾ? ਗ੍ਰੰਥੀ ਸਿੰਘ ਦੀ ਘਰ ਵਾਲੀ ਮਤਲਬ ਕਿ ਮੇਕਅਪ ਕਰਦੀ ਪਈ ਆ, ਬਿਊਟੀ ਪਾਰਲਰ, ਬਿਊਟੀ ਪਾਰਲਰ ਜਾਂਦੀ ਆ, ਉਹ ਸਟੇਜ 'ਤੇ ਬਹਿ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਕਿੱਥੇ ਕਹੂਗਾ ਵੀ ਕਿ ਇਸ ਗੁਰੂ ਦੀ ਮੋਹਰ ਹੈ ਜੀ, ਇਹਦੀ ਬੇਅਦਬੀ ਨਹੀਂ ਕਰਨੀ ਜੀ। ਕਾਫੀ ਦਿਨਾਂ ਦਾ ਪਿੱਛੇ ਜੇ ਦੌਰ ਚੱਲਿਆ ਕਿ ਗ੍ਰੰਥੀ ਸਿੰਘਾਂ ਨੂੰ ਗੱਡੀ ਨਾਲ ਸਨਮਾਨ ਕੀਤਾ, ਫਲਾਣੇ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ। ਫਿਰ ਹੁਣ ਇੱਥੇ ਸਵਾਲ ਇਹ ਖੜ੍ਹਾ ਹੁੰਦਾ, ਤੁਸੀਂ ਡਿਊਟੀ ਗ੍ਰੰਥੀ ਸਿੰਘ ਦੀ ਕਿਉਂ ਕੀਤੀ? ਜਿਵੇਂ ਹੁਣ ਅੱਜ ਕੱਲ੍ਹ ਦੇ ਪ੍ਰਬੰਧਕ ਆ ਜੀ ਵਿੱਚ, ਮਤਲਬ ਉਹ ਜਿਹੜੇ ਸ਼ਰਾਬਾਂ ਪੀਣ ਵਾਲੇ ਕਰੈਕਟਰਲੈਸ ਬੰਦੇ ਜਿਹੜੇ ਆ, ਉਹਨਾਂ ਨੇ ਜਾ ਕੇ ਕਬਜ਼ੇ ਕਰ ਲਏ ਗੁਰੂ ਘਰਾਂ 'ਚ। ਜਿਹੜੇ ਬੰਦੇ ਆਪ ਸ਼ਰਾਬ ਪੀਂਦੇ ਆ, ਤਾਂ ਮੇਰੇ ਵਰਗੇ ਜਦੋਂ ਸਟੇਜ 'ਤੇ ਜਾ ਕੇ ਸ਼ਰਾਬ ਦੇ ਵਿਰੁੱਧ ਬੋਲਦੇ ਆ, ਉਹ ਸਵੇਰ ਨੂੰ ਆ ਕੇ ਕਹਿੰਦੇ ਬਾਬਾ ਜੀ ਇੱਦਾਂ ਦੀ ਗੱਲ ਨਹੀਂ ਬੋਲਣੀ। ਕਈ ਗ੍ਰੰਥੀ ਪੇੜੇ ਕਰਕੇ ਵੀ ਦਿੰਦੇ ਆ, ਧਾਗੇ ਕਰਕੇ ਵੀ ਦਿੰਦੇ ਆ, ਕਿ ਦਿਨ ਵੀ ਕੱਢ ਕੇ, ਦਿਨ ਕੱਢ ਕੇ ਦਿੰਦੇ ਹਨ ਜੀ ਬੀਜੀ। ਜਦੋਂ 7 ਸਾਲ ਦਾ ਬੱਚਾ ਦਸਤਾਰ ਸਜਾ ਕੇ ਜਾਂ ਕੇਸ ਵਾਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜਾਂਦਾ ਹੋਊਗਾ, ਤਾਂ ਗੁਰੂ ਸਾਹਿਬ ਇਹ ਕਹਿੰਦੇ ਹੋਣਗੇ ਮੇਰਾ ਫਤਿਹ ਸਿੰਘ ਆਉਂਦਾ, ਹਾਂਜੀ ਉਹ ਮੇਰਾ ਜੋਰਾਵਰ ਸਿੰਘ ਆਉਂਦਾ। ਦੇਖੋ ਸਿੱਖ ਧਰਮ 'ਚ ਵਹਿਮਾਂ ਭਰਮਾਂ ਨੂੰ ਕੋਈ ਥਾਂ ਨਹੀਂ, ਪਰ ਜੇ 100 ਬੱਚਾ ਆਇਆ ਨਾ ਜੀ, ਤਾਂ 50 ਬੱਚਿਆਂ ਦੇ ਮਤਲਬ ਆਪਣਾ ਗੁੱਟਾਂ 'ਤੇ ਅਤੇ ਡੌਲੇ 'ਤੇ ਅਤੇ ਗਿੱਟਿਆਂ 'ਤੇ ਤਾਗੇ ਬੰਨੇ ਆ। ਜਿਵੇਂ ਤੋੜਨ ਲੱਗੇ, ਉਹ ਬਾਬਾ ਜੀ ਤੋੜੋ ਨਾ ਤੋੜੋ ਨਾ, ਇਹ ਤਾਂ ਖੰਡ ਪਾਠ ਵਾਲਾ ਧਾਗਾ। ਮੈਂ ਕਿਹਾ ਭਰਾਵਾ ਖੰਡ ਪਾਠ 'ਚ ਕਿੱਥੇ ਲਿਖਿਆ ਕਿ ਧਾਗਾ ਬੰਨਣਾ? ਅਤੇ ਸਾਡੇ ਸਿੱਖ ਵੀ ਐਂ ਕਰਦੇ ਆ, ਗੁਰਦੁਆਰਾ ਸਾਹਿਬ ਗਏ ਭੱਜੇ ਭੱਜੇ, ਬਾਬਾ ਜੀ ਨੇ ਕਿਹਾ ਬਾਬਾ ਜੀ ਸਾਡੀਆਂ ਮੱਝਾਂ ਨੂੰ ਸੁੱਖ ਸ਼ਾਂਤ ਰੱਖਿਓ, ਸਾਡੇ ਬੱਚਿਆਂ ਨੂੰ ਸੁੱਖ ਸ਼ਾਂਤ ਰੱਖਿਓ, ਸਾਨੂੰ ਮਾਇਆ ਦੇ ਗੱਫੇ ਖੁੱਲ੍ਹੇ ਦੇ ਦਿਓ, ਮੱਥਾ ਟੇਕਿਆ, ਗੁਰੂ ਸਾਹਿਬ ਦੀ ਪਰਿਕਰਮਾ ਕੀਤੀ, ਨਾਲ ਦੇ ਨਾਲ ਮਿਲੇ। ਮਤਲਬ ਜਿਵੇਂ ਅਸੀਂ ਬਜ਼ੁਰਗਾਂ ਨੂੰ ਮਿਲਦੇ ਹਾਂ, ਬਾਪੂ ਕਹਿੰਦਾ ਵੀ ਮੈਨੂੰ 25 ਸਾਲ ਹੋਏ ਗੁਰਦੁਆਰੇ ਜਾਂਦੇ ਨੂੰ, ਮੈਂ ਤਾਂ ਕਦੇ ਨਾਗਾ ਹੀ ਨਹੀਂ ਪਾਇਆ। ਉਹੀ ਬਾਪੂ ਮੜੀ 'ਤੇ ਮੱਥਾ ਟੇਕਦਾ ਫਿਰਦਾ ਹੁੰਦਾ, ਉਹੀ ਬਾਪੂ ਖੇਤ ਮਤਲਬ ਕਿ ਲੱਸੀ ਪਾਉਂਦਾ ਫਿਰਦਾ ਹੁੰਦਾ। ਬਹੁਤੇ ਪ੍ਰਬੰਧ ਕਿੱਦਾਂ ਦੇ ਆ ਵੀ ਬਾਬਾ ਜੀ ਇੱਥੇ ਤਾਂ ਸਾਡੇ ਪਤਾਸੇ ਵੱਧ ਲੱਗਣ ਲੱਗ ਗਏ ਜੀ, ਹੁਣ ਇੱਥੇ ਤਾਂ ਬੱਚੇ ਰੌਲਾ ਪਾਉਂਦੇ ਆ ਜੀ। ਉਹ ਇਹ ਚੀਜ਼ ਨਹੀਂ ਸੀ ਕਹਿ ਰਹੇ ਵੀ ਸਾਡੇ ਬੱਚੇ ਨਸ਼ਿਆਂ ਤੋਂ ਬਚਣਗੇ, ਜਪਜੀ ਸਾਹਿਬ ਪੜ੍ਹਨ ਲੱਗਣਗੇ, ਨਿਤਨੇਵੇਂ ਬਣਨਗੇ, ਗੁਰਸਿੱਖ ਬਣਨਗੇ। ਉਹ ਇਹ ਸੋਚਦੇ ਵੀ ਅੱਗੇ 2 ਕਿਲੋ ਪਤਾਸੇ ਰੋਜ਼ ਦੇ ਲੱਗਦੇ ਸੀ, ਹੁਣ 4 ਕਿਲੋ ਲੱਗਣ ਲੱਗ ਗਿਆ, ਖਰਚਾ ਵੱਧ ਗਿਆ, ਖਰਚਾ ਵੱਧ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪ੍ਰਗਟ ਸਿੰਘ ਮੁਦਕੀ ਯੂਟਿਊਬ ਚੈਨਲ, ਫੇਸਬੁੱਕ ਪੇਜ, ਸਪੋਟੀਫਾਈ ਅਤੇ ਅਲੱਗ ਅਲੱਗ ਹੋਰ ਕਈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਡੀ ਅੱਜ ਦੀ ਪੋਡਕਾਸਟ। ਜਿੱਦਾਂ ਮੈਂ ਪਿਛਲੇ ਲੰਮੇ ਸਮੇਂ ਤੋਂ ਕਾਫੀ ਅਲੱਗ ਅਲੱਗ ਵਿਸ਼ਿਆਂ 'ਤੇ ਅਤੇ ਕਾਫੀ ਚਿਹਰਿਆਂ ਨੂੰ ਤੁਹਾਡੇ ਸਾਹਮਣੇ ਸਨਮੁੱਖ ਕਰ ਚੁੱਕਿਆ ਹਾਂ, ਜਿਹਦੇ ਵਿੱਚ ਗੁਰਬਾਣੀ, ਗੁਰ ਇਤਿਹਾਸ, ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਨਾਲ ਸੰਬੰਧਿਤ ਆਪਾਂ ਕਈ ਮੋਟੀਵੇਸ਼ਨਲ ਵਿਸ਼ਿਆਂ 'ਤੇ ਵੀ ਗੱਲਬਾਤ ਕਰ ਚੁੱਕੇ ਹਾਂ। ਅਤੇ ਅੱਜ ਦੀ ਜਿਹੜੀ ਪੋਡਕਾਸਟ ਆ, ਅੱਜ ਦੀ ਪੋਡਕਾਸਟ ਫਿਰ ਤੋਂ ਬੜੀ ਖਾਸ ਹੋਣ ਵਾਲੀ ਹੈ, ਕਿਉਂਕਿ ਅੱਜ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਵੀਰ ਜਗਤਾਰ ਸਿੰਘ ਜੀ, ਗੰਗਾ ਸਿੱਖ ਪ੍ਰਚਾਰਕ ਨੇ।
ਉਹ ਅੱਜ ਸਪੈਸ਼ਲ ਤੌਰ 'ਤੇ ਸਾਡੇ ਕੋਲ ਪਹੁੰਚੇ ਨੇ ਅਤੇ ਅਸੀਂ ਵੀਰ ਜੀ ਹੁਣਾਂ ਦੇ ਨਾਲ ਕਾਫੀ ਲੰਮੀਆਂ ਵਿਚਾਰਾਂ ਜਿਹੜੀਆਂ ਅੱਜ ਵੀ ਕਰਾਂਗੇ, ਜਿਹਦੇ ਵਿੱਚ ਸਾਡੇ ਸਿੱਖ ਕੌਮ ਦੇ ਬੱਚੇ ਗ੍ਰੰਥੀ ਸਿੰਘ ਪ੍ਰਚਾਰਕਾਂ ਦੇ ਨਾਲ ਸੰਬੰਧਿਤ ਵਿਚਾਰਾਂ ਹੋਣਗੀਆਂ। ਸਭ ਤੋਂ ਪਹਿਲਾਂ ਵੀਰ ਜੀ ਹੁਣਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਠੀਕ ਠਾਕ ਹੋ? ਚੜ੍ਹਦੀ ਕਲਾ ਜੀ, ਬਹੁਤ ਕਿਰਪਾ ਜੀ, ਚੜ੍ਹਦੀ ਕਲਾ ਜੀ। ਵੀਰ ਜੀ ਹੁਣੇ ਸਿੱਖ ਪ੍ਰਚਾਰਕ ਅੱਜ ਕੌਮ ਦੇ ਅੰਦਰ ਅਲੱਗ ਅਲੱਗ ਥਾਵਾਂ 'ਤੇ ਪ੍ਰਚਾਰ ਦੀਆਂ ਅਤੇ ਬੱਚਿਆਂ ਦੀਆਂ ਸਾਂਭ ਸੰਭਾਲ ਦੀਆਂ, ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦੀਆਂ ਬਾਖੂਬੀ ਡਿਊਟੀਆਂ ਨਿਭਾ ਰਹੇ ਨੇ। ਅਤੇ ਵੀਰ ਜੀ ਹੁਣਾਂ ਨੇ ਕਾਫੀ ਲੰਮਾ ਸਮਾਂ ਜਿਹੜੇ ਗ੍ਰੰਥੀ ਸਿੰਘ ਦੀ ਡਿਊਟੀ ਵੀ ਕੀਤੀ ਹੈ ਗੁਰੂ ਘਰਾਂ ਦੇ ਵਿੱਚ। ਜਿਹੜਾ ਅੱਜ ਦਾ ਆਪਾਂ ਵਿਸ਼ਾ ਦੀ ਸ਼ੁਰੂਆਤ ਕਰਾਂਗੇ ਇੱਥੋਂ ਕਿ ਗ੍ਰੰਥੀ ਸਿੰਘ ਦੀ ਡਿਊਟੀ ਵੀਰ ਜੀ ਨੇ ਲੰਮਾ ਸਮਾਂ ਕੀਤੀ ਹੈ, ਉਹ ਡਿਊਟੀ ਦੇ ਵਿੱਚ ਕਿੱਦਾਂ ਦੇ ਹਾਲਾਤ ਰਹੇ, ਕਿੱਦਾਂ ਦੀਆਂ ਮੁਸ਼ਕਲਾਂ ਆਈਆਂ, ਜਾਂ ਕਿੱਦਾਂ ਮਾਣ ਜਾਂ ਖੁਸ਼ੀ ਮਹਿਸੂਸ ਹੁੰਦੀ ਰਹੀ ਜਿਵੇਂ ਜਿਵੇਂ ਉਹ ਡਿਊਟੀਆਂ ਕਰਦੇ ਰਹੇ। ਇਹਨਾਂ ਸਾਰੇ ਵਿਸ਼ਿਆਂ 'ਤੇ ਜਿਹੜੀ ਵੀਰ ਜੀ ਖੁੱਲ੍ਹ ਕੇ ਆਪਣੇ ਨਾਲ ਗੱਲਬਾਤ ਕਰਨਗੇ, ਅਤੇ ਨਾਲ ਹੀ ਦੱਸਣਗੇ ਕਿ ਜਦੋਂ ਫਿਰ ਇਹਨਾਂ ਨੇ ਡਿਊਟੀ ਛੱਡੀ ਆ ਉਹਦਾ ਕੀ ਕਾਰਨ ਸੀ। ਹਾਂਜੀ ਵੀਰ ਜੀ, ਜਿਹੜੀ ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਡਿਊਟੀ ਦੀ ਗੱਲ ਆ ਗਈ ਜੀ, ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਵੀ ਸਭ ਤੋਂ ਵੱਡੇ ਭਾਗਾਂ ਦੀ ਇਹ ਨਿਸ਼ਾਨੀ ਆ ਵੀ ਸਵੇਰੇ ਸਭ ਤੋਂ ਪਹਿਲਾਂ ਆਪਾਂ ਜਦੋਂ ਰਾਤ ਨੂੰ ਸੌਂਦੇ ਹਾਂ, ਸਵੇਰੇ ਜਾਗਦੇ ਹਾਂ, ਗੁਰੂ ਪਾਤਸ਼ਾਹ ਦੇ ਦਰਸ਼ਨ ਜਿਹੜੇ ਹੁੰਦੇ ਆ ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਕਰਦਾ। ਬਿਲਕੁਲ, ਗ੍ਰੰਥੀ ਸਿੰਘ ਨੂੰ ਗੁਰੂ ਪਾਤਸ਼ਾਹ ਦੇ ਦਰਸ਼ਨ ਦਾਰੇ ਹੁੰਦੇ ਆ, ਮਹਾਰਾਜ ਦਾ ਹੁਕਮਨਾਮਾ ਸਭ ਲੈਂਦੇ ਆ, ਨਿਤਨੇਮ ਕਰਦੇ ਆ। ਹਾਂਜੀ, ਸੋ ਵੱਡੇ ਭਾਗਾਂ ਦੀ ਨਿਸ਼ਾਨੀ ਆ। ਹਰ ਇੱਕ ਗ੍ਰੰਥੀ ਸਿੰਘ ਨੂੰ ਜਿਹੜੀ ਗੁਰੂ ਸਾਹਿਬ ਦੀ ਸੇਵਾ ਗਈ ਉਹ ਇਮਾਨਦਾਰੀ ਨਾਲ ਹੀ ਕਰਨੀ ਚਾਹੀਦੀ ਆ। ਬਿਲਕੁਲ ਬਿਲਕੁਲ ਜੀ, ਗੁਰੂ ਪਾਤਸ਼ਾਹ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਆਉਣ ਦਿੰਦੇਗੇ ਜਦੋਂ ਆਪਾਂ ਇਮਾਨਦਾਰੀ ਨਾਲ ਡਿਊਟੀ ਕਰਦੇ ਹਾਂ। ਜੀ ਜੀ, ਜਿਹੜੀ ਮੈਂ ਡਿਊਟੀ ਕੀਤੀ ਵੀਰ ਜੀ ਮਹਾਰਾਜ ਦੇ ਭੈ ਦੇ ਵਿੱਚ ਰਹਿ ਕੇ ਜਿੱਥੇ ਵੀ ਗਿਆ, ਕਿਉਂਕਿ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਇਹ ਜਾਣੀ ਆ ਹਰ ਤੱਕ ਗੱਲ ਇਹ। ਹਾਂਜੀ ਬਿਲਕੁਲ, ਬੜੀ ਇਮਾਨਦਾਰੀ ਨਾਲ, ਕੋਈ ਆਪਣੇ 'ਤੇ ਐਲੀਗੇਸ਼ਨ ਨਹੀਂ ਲੱਗਿਆ, ਜ਼ਿੰਮੇਵਾਰੀ ਨਾਲ ਸਾਰੀਆਂ ਡਿਊਟੀਆਂ ਨਿਭਾਈਆਂ। ਡਿਊਟੀ ਤੋਂ ਇਲਾਵਾ ਮੈਨੂੰ ਇੱਕ ਸ਼ੌਂਕ ਸੀਗਾ ਵੀ ਜਿੱਦਾਂ ਆਪਾਂ ਨੂੰ ਨੌਲੇਜ ਆ ਗੁਰੂ ਸਾਹਿਬ ਜੀ ਬਾਰੇ ਜੀ, ਪਾਤਸ਼ਾਹ ਦੀ ਬਾਣੀ ਦਾ ਗਿਆਨ ਆ, ਜਾਂ ਆਪਾਂ ਸਿੱਖ ਰਹੇ ਹਾਂ ਨਾ, ਹਾਂਜੀ ਹਾਂਜੀ, ਵੀ ਆਪਾਂ ਹੋਰਾਂ ਨੂੰ ਵੀ ਦੱਸੀਏ। ਹਾਂਜੀ, ਇੱਕ ਬਚਨ ਆਉਂਦਾ ਨਾ ਗੁਰੂ ਸਾਹਿਬ ਦਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪਿਆ ਵਰੈ ਨਾਮ ਜਪਾਵੈ। ਤਾਂ ਉਸ ਭਾਵਨਾ ਨੂੰ ਲੈ ਕੇ ਫਿਰ ਮੈਂ ਮਤਲਬ ਕਿ ਕਲਾਸਾਂ ਸ਼ੁਰੂ ਕੀਤੀਆਂ। ਜਿਵੇਂ ਨਾ ਇੱਕ ਸਾਡੇ ਸਮਾਜ ਵਿੱਚ ਇੱਕ ਗੱਲ ਆ ਵੀਰ ਜੀ, ਕਈ ਵੀਰ ਕਹਿ ਦਿੰਦੇ ਆ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਹਰ ਗੱਲ ਪਾ ਦਿੰਦੇ ਹੋ, ਹਰੇਕ ਨੂੰ ਕਹਿ ਦਿੰਦੇ ਵੀਰ ਜੀ ਜਿਹੜੀ ਚੰਗੀ ਗੱਲ ਆ ਨਾ, ਤੁਸੀਂ ਕੋਈ ਚੰਗਾ ਕਰ ਰਹੇ ਹੋ, ਤੁਸੀਂ ਸਮਾਜ ਨੂੰ ਕੋਈ ਸੇਧ ਦੇ ਰਹੇ ਹੋ, ਤਾਂ ਉਹ ਚੀਜ਼ ਸੋਸ਼ਲ ਮੀਡੀਆ 'ਤੇ ਪਾਉਣੀ ਚਾਹੀਦੀ ਆ। ਬਿਲਕੁਲ ਜ਼ਰੂਰੀ ਆ। ਹਾਂਜੀ ਵੀਰ ਜੀ, ਜਦੋਂ ਮੈਂ ਡਿਊਟੀ ਕਰਦਾ ਸੀ ਨਾ ਵੀਰ ਜੀ, ਇੱਕ ਵੀਰ ਗੁਰਪ੍ਰੀਤ ਸਿੰਘ ਆ ਪਿੰਡ ਭੁੰਦੜਾ ਬਾਲਿਆਂ ਵਾਲੀ ਕੋਲੇ, ਅੱਛਾ ਜੀ, ਉੱਥੇ ਉਹ ਡਿਊਟੀ ਕਰਦਾ ਕਰਦਾ ਨਾਲ ਕਲਾਸਾਂ ਲਾਉਂਦਾ ਸੀ। ਹਾਂਜੀ, ਜਦੋਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਉਹ ਵੀਡੀਓ ਮੇਰੇ ਕੋਲ ਪਹੁੰਚੀ, ਤਾਂ ਮੇਰੇ ਮਨ 'ਚ ਖਿਆਲ ਆਇਆ ਵੀ ਇਹ ਵੀਰ ਗ੍ਰੰਥੀ ਸਿੰਘ ਆਪਦੀ ਡਿਊਟੀ ਤੋਂ ਇਲਾਵਾ ਬੱਚਿਆਂ ਨੂੰ ਸਾਂਭ ਰਿਹਾ, ਵੀ ਜਗਤਾਰ ਸਿੰਘ ਤੂੰ ਵੀ ਕਰ ਸਕਦਾ। ਬਿਲਕੁਲ, ਤਾਂ ਮੈਂ ਉੱਥੋਂ ਚੰਗਾ ਸਿੱਖਿਆ ਕੁਛ। ਹਾਂਜੀ, ਜੇ ਉਹਨੇ ਵੀਡੀਓ ਨਾ ਪਾਈ ਹੁੰਦੀ ਹੋ ਸਕਦਾ ਮੈਂ ਵੀ ਬੱਚਿਆਂ ਦੀਆਂ ਕਲਾਸਾਂ ਨਾ ਲਾਉਂਦਾ। ਬਿਲਕੁਲ, ਜਿਵੇਂ ਆਮ ਗ੍ਰੰਥੀ ਸਿੰਘ ਡਿਊਟੀਆਂ ਕਰਦੇ ਆ ਆਪਦੀ ਡਿਊਟੀ ਤੱਕ ਸੀਮਿਤ ਹੁੰਦੇ ਆ, ਮੈਂ ਵੀ ਉੱਥੋਂ ਤੱਕ ਰਹਿ ਜਾਂਦਾ। ਤਾਂ ਵੀਰ ਜੀ ਮੈਂ ਫਿਰ ਉਹ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ, ਅਤੇ ਜਦੋਂ ਆਪਾਂ ਬੱਚਿਆਂ ਨੂੰ ਕਲਾਸਾਂ ਲਾਉਣੇ ਆ ਬਹੁਤ ਸਕੂਨ ਮਿਲਦਾ ਆਪਣੇ ਮਨ ਨੂੰ, ਵੀ ਆਪਾਂ ਕਿਸੇ ਨੂੰ ਗੁਰੂ ਦੀ ਬਾਣੀ ਨਾਲ ਜੋੜ ਰਹੇ ਹਾਂ, ਕਿਸੇ ਨੂੰ ਆਪਾਂ ਨਸ਼ਿਆਂ ਤੋਂ ਬਚਣ ਵਾਸਤੇ ਪ੍ਰੇਰਨਾ ਦੇ ਰਹੇ ਹਾਂ, ਵਹਿਮਾਂ ਭਰਮਾਂ ਤੋਂ ਬਚਣ ਵਾਸਤੇ ਆਪਾਂ ਸਿੱਖਿਆ ਦੇ ਰਹੇ ਹਾਂ, ਤਾਂ ਸਭ ਤੋਂ ਮੇਨ ਗੱਲ ਸੀ ਵੀ ਸਕੂਨ ਮਿਲਦਾ ਸੀਗਾ। ਦੂਜੀ ਗੱਲ ਸੀਗੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪਰਿਵਾਰ ਆ ਉਹ ਪੰਥ ਹੈ, ਮਹਾਰਾਜ ਨੇ ਕਹਿੰਦਾ ਪੰਥ ਵਸੇ ਮੈਂ ਉਜੜਾਂ ਮਨ ਚਾਓ ਹਨੇਰਾ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਪੰਥ ਹੈ, ਅਤੇ ਉਸ ਪਰਿਵਾਰ ਦੇ ਆਪਾਂ ਸਾਰੇ ਮੈਂਬਰ ਹਾਂਗੇ, ਤੁਸੀਂ ਵੀ ਹੋ ਅਤੇ ਮੈਂ ਵੀ ਹਾਂ। ਬਿਲਕੁਲ,
ਮੇਰੇ ਮਨ 'ਚ ਖਿਆਲ ਆਉਂਦਾ ਸੀਗਾ ਵੀ ਜੇ ਜਿਹੜਾ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਆ ਗਏ ਜੋ ਸਾਰੇ ਮਿਹਨਤ ਕਰਦੇ ਆ ਤਾਂ ਉਹ ਪਰਿਵਾਰ ਤਰੱਕੀ ਕਰਦਾ। ਬਿਲਕੁਲ ਬਿਲਕੁਲ, ਜੇ ਘਰ ਦੇ ਵਿੱਚ ਇੱਕ ਬਾਪੂ ਕੰਮ ਕਰਦਾ ਬਾਕੀ ਚਾਰ ਜੀ ਖਾਣ ਵਾਲੇ ਆ ਤਾਂ ਉਹ ਪਰਿਵਾਰ ਫੇਲ ਹੈ। ਫੇਲ ਆ, ਜੇ ਸਾਰੇ ਜ਼ਿੰਮੇਵਾਰੀਆਂ ਸਮਝ ਕੇ ਚੱਲਦੇ ਆ ਤਾਂ ਉਹ ਪਰਿਵਾਰ ਤਰੱਕੀ 'ਚ ਹੈ। ਤਰੱਕੀ 'ਚ, ਅਤੇ ਮੈਂ ਆਪਦੀ ਜ਼ਿੰਮੇਵਾਰੀ ਸਮਝੀ ਵੀ ਆਪਣੀ ਜ਼ਿੰਮੇਵਾਰੀ ਬਣਦੀ ਆ ਵੀ ਜਿੱਥੇ ਮੈਂ ਤਨਖਾਹ ਲੈਂਦਾ ਉਹ ਤਾਂ ਮੈਂ ਆਪਦੇ ਬੱਚਿਆਂ ਦੀ ਪਰਵਰਿਸ਼ ਵਾਸਤੇ ਲੈਂਦਾ, ਤਨਖਾਹ ਲੈ ਲਈ, ਬੱਚਿਆਂ ਦੀ ਫੀਸ ਭਰਤੀ, ਆਪਦੇ ਜੋ ਆਪਦੀਆਂ ਪਰਿਵਾਰਕ ਲੋੜਾਂ ਪੂਰੀਆਂ ਕਰ ਲਈਆਂ। ਵੀ ਜਿਹੜਾ ਐਕਸਟਰਾ ਟਾਈਮ ਕੱਢ ਕੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਕਿਸੇ ਨੂੰ ਆਪਾਂ ਚੰਗੀ ਸਿੱਖਿਆ ਦਿੰਦੇ ਹਾਂ, ਗੱਤਕੇ ਦੀ ਕਲਾਸਾਂ ਲਾਉਂਦੇ ਹਾਂ, ਗੁਰਮਤਿ ਦੀਆਂ ਕਲਾਸਾਂ ਲਾਉਂਦੇ ਹਾਂ, ਉਹ ਇਹ ਆ ਵੀ ਸਾਡੇ ਕਲਗੀਧਰ ਦੇ ਪੰਥ ਵਿੱਚ ਵਾਧਾ ਹੋਵੇ, ਬੱਚੇ ਅੰਮ੍ਰਿਤਧਾਰੀ ਹੋਣ, ਨਸ਼ਿਆਂ ਤੋਂ ਬਚਣ, ਦਿਮਾਲੇ ਸਜਾਉਣ, ਮਤਲਬ ਕਿ ਪੰਥ ਦੇ ਮੈਂਬਰ ਬਣਨ। ਉਹ ਇੱਥੇ ਹੁਣ ਇੱਕ ਸਵਾਲ ਖੜਾ ਇਹ ਹੁੰਦਾ ਕਿ ਮਤਲਬ ਤੁਸੀਂ ਇਹ ਚੀਜ਼ ਸੋਚੀ ਕਿ ਆਪਾਂ ਬੱਚਿਆਂ ਦੀਆਂ ਕਲਾਸਾਂ ਲਾਈਏ ਜਾਂ ਵੀਰ ਗੁਰਪ੍ਰੀਤ ਸਿੰਘ ਹੋਣਾ ਤੋਂ ਉਹਨਾਂ ਨੂੰ ਵੇਖਿਆ, ਵੇਖਣ ਤੋਂ ਬਾਅਦ ਤੁਹਾਨੂੰ ਚੇਤਨਤਾ ਲੱਗੀ ਅੰਦਰ, ਹੈ ਨਾ, ਤੁਸੀਂ ਮੰਨ ਲਓ ਜਿੱਥੇ ਗ੍ਰੰਥੀ ਸਿੰਘ ਦੀ ਡਿਊਟੀ ਕਰਦੇ ਹਾਂ ਉਦੋਂ ਇਲਾਵਾ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਪ੍ਰੋਫਿਟ ਤੋਂ ਤੁਸੀਂ ਬੱਚਿਆਂ ਲਈ ਕੰਮ ਕਰਨਾ ਸ਼ੁਰੂ ਕੀਤਾ, ਕੀ ਇਹ ਸੋਚ ਸਾਡੇ ਹਰ ਇੱਕ ਗ੍ਰੰਥੀ ਦੀ ਹੈਗੀ ਆ? ਵੀਰ ਜੀ ਬਹੁਤ ਵਧੀਆ ਸਵਾਲ ਕੀਤਾ। ਇਹੀ ਤਾਂ ਨਾ ਦੁੱਖ ਹੈਗਾ, ਜਿਵੇਂ ਆਪਾਂ ਵੀਡੀਓ ਦੇਖਦੇ ਹਾਂ ਵੀ ਗ੍ਰੰਥੀ ਸਿੰਘਾਂ ਨਾਲ ਧੱਕਾ ਹੋ ਰਿਹਾ ਜੀ, ਗ੍ਰੰਥੀ ਸਿੰਘਾਂ ਨੂੰ ਵਧੀਆ ਤਨਖਾਹ ਨਹੀਂ ਮਿਲ ਰਹੀ ਜੀ। ਬਿਲਕੁਲ ਜੀ, ਬਹੁਤ ਵਾਰੀ ਵੀਰ ਜੀ ਮੇਰਾ ਨਾ ਇਹਦੇ ਲਈ ਵੱਖਰਾ, ਜਿਹੜੀ ਮੇਰੀ ਬੇਨਤੀ ਵੱਖਰੀ ਆ ਕਿ ਜਿਹੜੇ ਭਾਵਨਾ ਵਾਲੇ ਗ੍ਰੰਥੀ ਆ, ਪਿਆਰ ਵਾਲੇ ਗ੍ਰੰਥੀ ਆ, ਤੁਸੀਂ ਮੈਨੂੰ ਬੇਨਤੀ ਸੁਣੋ ਵੀਰ ਜੀ। ਆਪਾਂ ਨਾ ਗੁਰਬਾਣੀ ਦੀ ਜਦੋਂ ਵਿਚਾਰ ਕਰਦੇ ਹਾਂ, ਸਿੱਖ ਪੰਥ ਵਿੱਚ ਦੋ ਹੀ ਧਿਰਾਂ, ਇੱਕ ਗੁਰੂ ਆ ਅਤੇ ਦੂਜੀ ਸੰਗਤ ਹੈ। ਹਾਂਜੀ ਬਿਲਕੁਲ, ਸੰਗਤ ਵਿੱਚ ਅਤੇ ਗੁਰੂ 'ਚ ਕੋਈ ਭੇਦ ਨਹੀਂ ਨਾ, ਕੋਈ ਭੇਦ ਨਹੀਂ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਭਰਾ ਵਸਿਆ ਜੀ, ਸੰਗਤ 'ਚ ਗੁਰੂ ਵੱਸਦਾ। ਸੰਗਤ ਆ ਨਾ ਜਿਹੜੀ ਵੀਰ ਜੀ, ਉਹ ਕਿਸੇ ਚੀਜ਼ ਦੀ ਕਮੀ ਆਉਣ ਹੀ ਨਹੀਂ ਦਿੰਦੀ, ਜੇ ਤੁਸੀਂ ਭਾਵਨਾ ਨਾਲ, ਪਿਆਰ ਨਾਲ, ਸ਼ਰਧਾ ਨਾਲ ਗੁਰੂ ਸਾਹਿਬ ਦੀ ਸੇਵਾ ਕਰਦੇ ਹੋ, ਮੈਂ ਨਾ ਡਿਊਟੀ ਕਰਦੇ ਹੋ। ਇੱਥੋਂ ਤੁਹਾਡੇ ਤੋਂ ਪਹਿਲਾਂ ਇੱਕ ਵਾਰੀ ਇੱਕ ਗ੍ਰੰਥੀ ਸਿੰਘ ਦੀ ਪੋਡਕਾਸਟ ਹੋਰ ਕੀਤੀ, ਸ਼ਾਇਦ ਤੁਸੀਂ ਸੁਣੀ ਹੋਊਗੀ, ਚੰਦਲ ਪਿੰਡ ਦੇ ਗ੍ਰੰਥੀ ਸਿੰਘ ਭਾਈ ਬਲਦੇਵ ਸਿੰਘ। ਹਾਂਜੀ, ਅਤੇ ਇੱਕ ਚੀਜ਼ ਇੱਥੇ ਹੋਰ ਆ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਵੇਖਦੇ ਹਾਂ ਨਾ, ਅੱਜ ਕੱਲ੍ਹ ਬੜੀਆਂ ਗ੍ਰੰਥੀਆਂ ਦੀਆਂ ਪੋਡਕਾਸਟਾਂ ਆ ਰਹੀਆਂ, ਜਿਹਦੇ ਵਿੱਚ ਤੁਸੀਂ ਦੇਖਿਆ ਉਹ ਇੱਕ ਕੀਰਤਨ ਵਾਲਾ ਕਹਿੰਦਾ ਕਿ ਮੈਂ ਕੀਰਤਨ ਛੱਡ ਕੇ ਭੰਗੜਾ ਪਾਉਣ ਲੱਗ ਪਿਆ, ਮੇਰਾ ਤਾਂ ਜੀ ਸਤਿਕਾਰ ਨਹੀਂ ਕੀਤਾ। ਇੱਕ ਅੱਜ ਕੱਲ੍ਹ ਗ੍ਰੰਥੀ ਕਾਫੀ ਵਾਇਰਲ ਆ ਜਿਹੜਾ ਕਹਿੰਦਾ ਜੀ ਮੈਂ ਕੀਰਤਨ ਛੱਡਿਆ, ਮੈਂ ਗ੍ਰੰਥੀ ਛੱਡਿਆ, ਗ੍ਰੰਥੀ ਦਾ ਪੱਖ ਛੱਡਿਆ ਜੀ, ਮੈਨੂੰ ਤਾਂ ਮੇਰਾ ਤਾਂ ਕੁਛ ਹੋ ਹੀ ਨਹੀਂ, ਮੈਂ ਤਾਂ ਤਰੱਕੀ ਨਹੀਂ ਕੀਤੀ ਉਸ ਲੈਣ ਦੇ ਵਿੱਚ। ਹੁਣ ਇੱਥੇ ਗੱਲ ਆ ਰਹੀ ਆ ਕਿ ਜਿਨ੍ਹਾਂ ਨਾਲ ਮੈਂ ਪਹਿਲਾਂ ਵੀ ਪੋਡਕਾਸਟ ਕੀਤੀ ਸੀ ਉਹਨਾਂ ਦਾ ਵੀ ਇਹੀ ਪੱਖ ਸੀ ਕਿ ਕੋਈ ਘਾਟ ਨਹੀਂ। ਹਾਂਜੀ ਹਾਂਜੀ, ਤੁਸੀਂ ਵੀ ਇਹ ਗੱਲ ਕਹਿ ਰਹੇ ਹਾਂ ਕਿ ਮੰਨ ਲਓ ਸੰਗਤ ਕੋਈ ਕਮੀ ਆਉਣ ਹੀ ਨਹੀਂ ਦਿੰਦੀ। ਹੁਣ ਇੱਥੇ ਆਪਾਂ ਜਾਂਦੇ ਜਾਂਦੇ ਆ ਚੱਲਦੀ ਗੱਲਬਾਤ 'ਚੋਂ ਇਹ ਵੀ ਕਲੀਅਰ ਕਰਦੇ ਜਾਈਏ, ਫਿਰ ਉਹ ਬੰਦੇ ਜਿਹੜੇ ਬੰਦੇ ਸੋਸ਼ਲ ਮੀਡੀਆ 'ਤੇ ਆ ਕੇ ਵੀ ਕਹਿੰਦੇ ਆ ਕਿ ਮੈਂ ਆਪਦੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਊਂਗਾ। ਹਾਂਜੀ ਹਾਂਜੀ, ਇੱਦਾਂ ਦੀਆਂ ਵੀਡੀਓ ਤੁਸੀਂ ਆਮ ਦੇਖਦੇ ਹੋਵੋਗੇ, ਜਾਂ ਬਹੁਤ ਗ੍ਰੰਥੀ ਇੱਦਾਂ ਦੇ ਵੀ ਆ ਜਿਹੜੇ ਕਹਿੰਦੇ ਆ ਜੀ ਅਸੀਂ ਤਾਂ ਬਸ ਆ ਛੱਡ ਕੇ ਜੀ, ਉਹ ਮੈਂ ਉਹ ਕੰਮ ਕਰਨ ਲੱਗ ਪਿਆ, ਮੈਂ ਉਹ ਕਰਨ ਲੱਗ ਪਿਆ, ਫਿਰ ਇਹਦੇ 'ਚ ਫਰਕ ਕਿੱਥੇ ਆ? ਫਰਕ ਵੀਰ ਜੀ ਹੈ, ਪਹਿਲੀ ਗੱਲ ਤਾਂ ਇਹ ਆ ਵੀ ਜੇ ਮਤਲਬ ਮੇਰੇ ਮੈਂ ਕਮਾਂ ਵੀ ਸਿੱਖੀ ਮੇਰੇ ਸਿਰ 'ਤੇ ਖੜੀ ਆ, ਜੇ ਮੈਂ ਸਿੱਖ ਨੂੰ ਛੱਡ ਜੂੰਗਾ ਵੀ ਸਿੱਖੀ ਦੇ ਭੋਗ ਪੈ ਜੂਗਾ, ਇਹ ਬਹੁਤ ਵੱਡੀ ਗਲਤ ਫਹਿਮੀ ਹੈਗੀ, ਭੁਲੇਖਾ, ਬਹੁਤ ਵੱਡਾ ਭੁਲੇਖਾ ਹੈਗਾ ਵੀ ਮੈਂ ਚੈਲੰਜ ਕਰ ਰਿਹਾ ਜੀ, ਮੈਂ ਸਾਈ ਬਣ ਜੂੰਗਾ ਜੀ, ਮੇਰੀ ਇੱਜ਼ਤ ਨਹੀਂ ਕਰ ਰਹੀ ਜੀ, ਮੈਨੂੰ ਕੋਈ ਪੁੱਛ ਨਹੀਂ ਰਿਹਾ ਜੀ। ਦੂਜੇ ਪੱਖ ਇਹ ਆ ਵੀ ਜੀ ਜਿਹੜਾ ਬੰਦਾ ਸਿੱਖ ਪੰਥ ਦੇ ਵਿੱਚ ਭਾਵਨਾ ਨਾਲ ਚੱਲਦਾ ਗਾ, ਪਿਆਰ ਨਾਲ ਚੱਲਦਾ ਗਾ, ਗੁਰੂ 'ਤੇ ਭਰੋਸਾ ਰੱਖ ਕੇ ਚੱਲਦਾ ਨਾ ਜਿਹੜਾ ਬੰਦਾ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰੇ ਜਿਕਾ ਕਿਆ ਕਰਤਾ ਰਿਹਾ, ਹੈ ਨਾ। ਤਾਂ ਮੇਰਾ ਇਹ ਮੰਨਣਾ ਵੀ ਗੁਰੂ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ,
ਅਤੇ ਮੈਂ ਵੇਖੋ ਹੁਣ ਡਿਊਟੀ ਛੱਡ ਕੇ ਘਰ ਬੈਠਾ, ਪਰ ਮੈਂ ਸੰਗਤ ਨਾਲ ਇਹ ਵਾਅਦਾ ਕਰਦਾ ਮੈਂ ਆਪਦੇ ਬੱਚੇ ਨੂੰ ਕੀਰਤਨ ਵੀ ਸਿਖਾਊਂਗਾ, ਗ੍ਰੰਥੀ ਵੀ ਬਣਾਊਂਗਾ, ਪ੍ਰਚਾਰਕੀ ਵੀ ਬਣਾਊਂਗਾ। ਉਹਨੂੰ ਕਹਿ ਰੱਖਿਆ ਕਿ ਪੁੱਤ ਤੂੰ ਪ੍ਰਚਾਰਕ, ਗ੍ਰੰਥੀ, ਰਾਗੀ, ਢਾਡੀ, ਤੂੰ ਇਸ ਲੈਣ ਦੇ ਵਿੱਚ ਹੀ ਪੈਣਾ। ਹਾਲਾਂਕਿ ਮੈਨੂੰ ਮੁਸ਼ਕਲਾਂ ਬਹੁਤ ਆਈਆਂ ਵੀਰ ਜੀ, ਉਹ ਤਾਂ ਹਰੇਕ ਕੰਮ 'ਚ ਹੀ ਆਉਂਦੀਆਂ। ਉਹ ਤਾਂ ਆਪਾਂ ਕੋਈ ਨੋਰਮਲ ਕੰਮ ਸ਼ੁਰੂ ਕਰ ਲਈਏ ਉਸ ਵੀ। ਹਾਂਜੀ, ਮੁਸ਼ਕਲਾਂ ਮਤਲਬ ਲੋਕਾਂ ਨੇ, ਪ੍ਰਬੰਧਕਾਂ ਨੇ ਬਹੁਤ ਜਗ੍ਹਾ ਜਲੀਲ ਕੀਤਾ ਚੰਗਾ ਕਰਦੇ ਨੂੰ ਵੀ, ਬਹੁਤ ਜਗ੍ਹਾ ਮਤਲਬ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਤੱਕ ਹੋਈ ਆ ਵੀ ਜਦੋਂ ਛੁੱਟੀ ਕਰਦੇ ਨਹੀਂ। ਵੇਖੋ, ਇਹ ਵੀ ਇੱਕ ਬੇਨਤੀ ਆ ਪ੍ਰਬੰਧਕਾਂ ਦੇ ਚਰਨਾਂ 'ਚ ਕਿ ਵੇਖੋ ਆਪਾਂ ਗੁਰੂ ਘਰ ਦੇ ਸੇਵਾਦਾਰ ਹਾਂ, ਗੁਰੂ ਘਰ ਦੇ ਮਾਲਕ ਨਹੀਂ ਹੈਗੇ। ਮਾਲਕ ਤਾਂ ਸਤਿਗੁਰੂ ਆ ਨਾ, ਤੁਹਾਨੂੰ ਸਤਿਗੁਰੂ ਨੇ ਸੇਵਾ ਬਖਸ਼ੀ ਆ, ਤੁਸੀਂ ਪ੍ਰਬੰਧਕ ਹੋ। ਪਰ ਜਦੋਂ ਤੁਸੀਂ ਗ੍ਰੰਥੀ ਸਿੰਘ ਦੀ ਛੁੱਟੀ ਕਰਨੀ ਆ, ਉਹਨੂੰ ਇੱਕ ਮਹੀਨਾ ਪਹਿਲਾਂ ਵਾਰਨਿੰਗ ਦੇ ਦਿਓ, ਵੀਰ ਜੀ ਤੁਹਾਡੇ 'ਚ ਆਹ ਗਲਤੀ ਹੈਗੀ, ਜਾਂ ਸੰਗਤ ਨੂੰ ਤਾਂ ਤੁਹਾਨੂੰ ਪਸੰਦ ਨਹੀਂ ਕੀਤਾ ਗਾ, ਜਾਂ ਮਤਲਬ ਤੁਹਾਡੀ ਆਵਾਜ਼ ਨਹੀਂ ਸਹੀ। ਅਤੇ ਬਾਕੀ ਬੱਚੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਵੇ। ਜਦੋਂ ਪੇਪਰ ਹੋ ਗਏ, ਉਸ ਤੋਂ ਬਾਅਦ ਬਾਬਾ ਜੀ ਤੁਸੀਂ ਕੋਈ ਹੋਰ ਸਥਾਨ ਲੱਭ ਲਿਓ। ਹਾਂਜੀ, ਅੱਧ ਵਿਚਾਲਿਓ ਗ੍ਰੰਥੀ ਸਿੰਘ ਦੀ ਛੁੱਟੀ ਕਰ ਦੇਣੀ ਜੀ, ਬੱਚਿਆਂ ਦੇ ਜਦੋਂ ਦੋਸਤ ਬਣਦੇ ਨਵੇਂ, ਉਦੋਂ ਹੋਰ ਸਕੂਲ ਮਤਲਬ ਚੇਂਜ ਹੋ ਜਾਂਦਾ ਜੀ ਹਨਾ। ਬਹੁਤੇ ਮੇਰੇ ਵਰਗੇ ਤਾਂ ਬੱਚਿਆਂ ਦੀਆਂ ਪੜ੍ਹਾਈਆਂ ਨੂੰ ਲੈ ਕੇ ਹੀ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਡਿਊਟੀਆਂ ਛੱਡ ਚੁੱਕੇ ਆ ਜੀ। ਪਰ ਮੈਂ ਇਹ ਨਹੀਂ ਕਹਿੰਦਾ ਵੀ ਡਿਊਟੀ ਕਰਨੀ ਮਾੜੀ ਆ ਜੀ, ਭਾਗਾਂ ਵਾਲੇ ਬੰਦੇ ਕਰਦੇ ਆ। ਜੇ ਤੁਸੀਂ ਇਮਾਨਦਾਰੀ ਨਾਲ ਕਰੋਗੇ, ਸਤਿਗੁਰੂ ਜੀ ਦੇ ਭੈ ਵਿੱਚ ਰਹਿ ਕੇ ਡਿਊਟੀ ਕਰੋਗੇ, ਤਾਂ ਸਤਿਗੁਰੂ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਾਂ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ। ਅਤੇ ਜਿਹੜੇ ਬੰਦੇ ਸੋਸ਼ਲ ਮੀਡੀਆ 'ਤੇ ਰੌਲਾ ਪਾਉਂਦੇ ਆ ਜੀ, ਕਿਤੇ ਨਾ ਕਿਤੇ ਐਂ ਕਹਿ ਲਓ ਵੀ ਉਹਨਾਂ ਦੇ ਆਪ ਦੇ ਵਿੱਚ ਕਮੀ ਆ, ਲਾਲਚ ਪੱਖ ਆ ਉਹਨਾਂ ਦੇ ਵਿੱਚ, ਜਾਂ ਕੋਈ ਹੋਰ ਕਮੀ ਆ। ਮੇਰਾ ਮੰਨਣਾ ਵੀ ਜੇ ਤੁਹਾਡੇ 'ਚ ਕਮੀ ਨਹੀਂ ਹੈ, ਤਾਂ ਸੰਗਤ ਨਹੀਂ ਕੋਈ ਕਮੀ ਆਉਣ ਦਿੰਦੀ ਜੀ। ਵਾਹ ਜੀ, ਸੱਚੀ ਗੱਲ ਹੈ, ਕੋਈ ਸ਼ੱਕ ਨਹੀਂ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਹਾਂਜੀ, ਫਿਰ ਆਪਾਂ ਆਪਦੀਆਂ ਕਮੀਆਂ ਨੂੰ ਲੁਕੋ ਕੇ ਸੰਗਤ ਸਿਰ ਠਿਕਰਾ ਫੁੱਟ ਗਏ ਜੀ, ਜਾਂ ਮਤਲਬ ਇੱਦਾਂ ਦੀ ਗੱਲ ਕਰੀਏ ਜੀ ਵੀ ਮੈਂ ਸਿੱਖੀ ਸਕਦੇ ਨਹੀਂ। ਇੱਥੇ ਇਹ ਚੀਜ਼ ਕਲੀਅਰ ਹੁੰਦੀ ਆ ਕਿ ਜਿਸ ਗ੍ਰੰਥੀ ਦੇ ਵਿੱਚ ਗੁਣ ਨੇ, ਕੁਆਲਿਟੀ ਆ, ਜਾਂ ਅੰਦਰ ਭਾਵਨਾ ਵਾ, ਗੁਰੂ ਸਾਹਿਬ ਪ੍ਰਤੀ ਪਿਆਰ ਆ, ਸੰਗਤ ਲਈ ਪਿਆਰ ਆ, ਉਹਨੂੰ ਕਿਤੇ ਕਮੀ ਨਹੀਂ ਜਾਂਦੀ। ਹਾਂ ਬਿਲਕੁਲ ਨਹੀਂ ਜੀ, ਉਹਨੂੰ ਮੁਸ਼ਕਲ ਵੀ ਕੋਈ ਨਹੀਂ ਆਉਂਦੀ ਜੀ, ਨਹੀਂ ਆਉਂਦੀ ਬਿਲਕੁਲ ਜੀ। ਹਾਂਜੀ ਹਾਂਜੀ, ਬਾਕੀ ਵੀਰ ਜੀ ਗੱਲ ਇਹ ਆ ਵੀ ਗੁਰੂ ਮਹਾਰਾਜ ਕਿਰਪਾ ਕਰਨ, ਸਾਰੀ ਜਗ੍ਹਾ ਮਾੜੇ ਪ੍ਰਬੰਧਕ ਨਹੀਂ ਹੁੰਦੇ ਹੈਗੇ, ਬਹੁਤ ਚੰਗੇ ਪ੍ਰਬੰਧਕ ਵੀ ਆ। ਸਾਡੇ ਗੁਆਂਢ ਦੇ ਵਿੱਚ ਢੇਲਵਾਂ ਪਿੰਡ ਹੈ, ਖਿਆਲੀ ਵਾਲਾ ਪਿੰਡ ਹੈ, ਉੱਥੇ ਬਹੁਤ ਚੜ੍ਹਦੀ ਕਲਾ ਵਾਲੇ ਪ੍ਰਬੰਧਕ ਹੈਗੇ ਆ, ਜਿਹੜੇ ਬਹੁਤ, ਜਿੱਥੇ ਰਹਿਤ ਮਰਿਆਦਾ ਲਾਗੂ ਆ, ਨਾਨਕ ਸਾਹਿਬ ਕੈਲੰਡਰ ਲਾਗੂ ਆ, ਬਹੁਤ ਹੋਰ ਪਿੰਡ ਵੀ ਹੈਗੇ ਆ। ਮਤਲਬ ਜੇ ਇੱਕ ਅੱਧੇ ਪਿੰਡ ਕੋਈ ਮਾੜੇ ਪ੍ਰਬੰਧਕਾਂ ਨਾਲ ਵਾਹ ਪੈ ਗਿਆ, ਤਾਂ ਆਪਾਂ ਗ੍ਰੰਥੀ ਸਿੰਘ ਸਾਰੇ ਪ੍ਰਬੰਧਕਾਂ ਨੂੰ ਨਹੀਂ ਬਣ ਸਕਦੇ। ਹਾਂ, ਬਹੁਤ ਜਗ੍ਹਾ ਮਾੜੇ ਪ੍ਰਬੰਧਕ ਵੀ ਹੈਗੇ ਆ ਜਿਹੜੇ ਪਰਖ ਨਹੀਂ ਕਰਦੇ ਵੀ ਇਹ ਬੰਦਾ ਸਹੀ ਹੈਗਾ, ਰਹਿਤ ਮਰਜ਼ਾਦਾ ਨੂੰ ਮੰਨਣ ਵਾਲਾ, ਇਹਦਾ ਜੀਵਨ ਹੈਗਾ, ਇਹਨੇ ਕਿਤੋਂ ਸਿੱਖਿਆ ਗਾ, ਇਹਨੂੰ ਨੌਲੇਜ ਆ ਗੁਰਬਾਣੀ ਦੀ। ਕਿਤੇ ਨਾ ਕਿਤੇ ਵੀਰ ਜੀ ਪਤਾ ਕੀ ਹੁੰਦਾ ਗਾ, ਜਿਵੇਂ ਮਤਲਬ ਪ੍ਰਬੰਧਕ ਜਿਹੜੇ ਉਹ ਇਹ ਸੋਚਦੇ ਆ ਵੀ ਆਹ ਗ੍ਰੰਥੀ ਸਿੰਘ ਸਾਡੇ ਕੋਲ 10,000 ਰੁਪਏ ਲੈ ਰਿਹਾ, ਅਤੇ ਜਿਹੜਾ ਕੋਈ ਹੋਰ ਆਇਆ ਉਹ ਆਪਣੇ ਕੋਲ 7,000 ਲਊਗਾ। ਪਰ ਉਹ ਇਹ ਨਹੀਂ ਵੇਖਦੇ ਵੀ 7,000 ਵਾਲਾ ਕਿੱਥੋਂ ਸਿੱਖ ਕੇ ਆਇਆ, ਕਿੱਥੋਂ ਰਹਿ ਕੇ ਆਇਆ, ਕੀ ਇਹਦਾ ਜੀਵਨ ਹੈ, ਕੀ ਇਹਦੇ 'ਚ ਗੁਣ ਹੈ। ਮਤਲਬ ਇੱਥੇ ਆਪਾਂ ਇਹ ਗੱਲ ਕਰ ਲਈਏ ਕਿ ਮੰਨ ਲਓ ਕਿ ਪ੍ਰਬੰਧਕ ਨੇ, ਪ੍ਰਬੰਧਕ ਗੁਰੂ ਘਰ ਨੂੰ ਚਲਾ ਰਹੇ ਨੇ, ਉਹਨਾਂ ਨੇ ਗ੍ਰੰਥੀ ਸਿੰਘ ਰੱਖਣਾ, ਇੱਕ ਯੋਗ ਗ੍ਰੰਥੀ ਸਿੰਘ, ਉਹ ਪ੍ਰਬੰਧਕ ਗ੍ਰੰਥੀ ਸਿੰਘ ਨੂੰ ਰੱਖਣ ਲੱਗਿਆ ਕਿਹੜੀਆਂ ਚੀਜ਼ਾਂ ਦੇਖਣ? ਹਾਂਜੀ, ਬਹੁਤ ਸੋਹਣੀ ਗੱਲ ਕੀਤੀ ਵੀਰ ਜੀ। ਜਦੋਂ ਪ੍ਰਬੰਧਕਾਂ ਨੇ ਗ੍ਰੰਥੀ ਸਿੰਘ ਦੀ ਸਿਲੈਕਸ਼ਨ ਕਰਨੀ ਹੁੰਦੀ ਹੈ ਵੀਰ ਜੀ, ਸਭ ਤੋਂ ਪਹਿਲਾਂ ਤੁਸੀਂ ਉਹਨੂੰ ਪੁੱਛੋ ਵੀ ਤੁਸੀਂ ਕਿੱਥੋਂ ਪੜ੍ਹ ਕੇ ਆਏ ਹੋ ਜੀ। ਫਿਰ ਦੇਖੋ ਉਹਦੇ ਸਾਰੇ ਪਰਿਵਾਰ ਦੇ ਮੈਂਬਰ ਅੰਮ੍ਰਿਤਧਾਰੀ ਹੈ ਜੀ। ਹਾਂ, ਮੇਰੀ ਬੇਨਤੀ ਸੁਣੋ ਵੀਰ ਜੀ, ਗ੍ਰੰਥੀ ਸਿੰਘ ਦੇ ਬੱਚੇ ਕੌਣ ਮਾਉਣਾ,
ਗ੍ਰੰਥੀ ਸਿੰਘ ਦੀ ਘਰ ਵਾਲੀ ਮਤਲਬ ਕਿ ਮੇਕਅਪ ਕਰਦੀ ਪਈ ਆ, ਬਿਊਟੀ ਪਾਰਲਰ, ਬਿਊਟੀ ਪਾਰਲਰ ਜਾਂਦੀ ਆ, ਉਹ ਸਟੇਜ 'ਤੇ ਬਹਿ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਕਿੱਥੇ ਕਹੂਗਾ ਵੀ ਕਿ ਇਸ ਗੁਰੂ ਦੀ ਮੋਹਰ ਹੈ ਜੀ, ਇਹਦੀ ਬੇਅਦਬੀ ਨਹੀਂ ਕਰਨੀ ਜੀ। ਜਦੋਂ ਗ੍ਰੰਥੀ ਸਿੰਘ ਦੇ ਬੱਚਿਆਂ ਦੇ ਕੇਸ ਕਤਲ ਕੀਤੇ ਹੋਏ ਆ ਜਾਂ ਉਹਦੇ ਘਰ ਵਾਲੀ ਜਿਹੜੀ ਮੇਕਅਪ ਵਗੈਰਾ ਕਰਦੀ ਆ, ਵੀਰ ਜੀ ਇਹ ਜ਼ਰੂਰੀ ਪੱਖ ਆ। ਬਹੁਤੇ ਗ੍ਰੰਥੀਆਂ ਦੀਆਂ ਮੇਰੇ ਕੋਲ ਸਕਰੀਨਸ਼ਾਟ ਲੈ ਕੇ ਫੋਟੋਆਂ ਵੀ ਰੱਖੀਆਂ ਹੋਈਆਂ, ਵੈਸੇ ਕਿਤੇ ਕੰਮ ਆ ਜਾਂਦੀਆਂ, ਵੀ ਜਿਹੜੇ ਪ੍ਰਚਾਰਕ ਪੂਰੇ ਫੇਮਸ ਗ੍ਰੰਥੀ ਨੇ, ਪੂਰੇ ਪ੍ਰਚਾਰਕ ਕਹਾਉਂਦੇ ਆ, ਜਦੋਂ ਆਪਦੇ ਘਰ ਵਾਲੇ ਦੀਆਂ ਫੋਟੋਆਂ ਪਾਉਂਦੇ ਆ ਤੇ ਉੱਥੇ ਸਾਰਾ ਕੁਛ ਮੇਕਅਪ ਲੱਗੇ ਤੇ ਉੱਥੇ ਦੂਜੇ ਪਾਸਾ ਹੁੰਦਾ, ਦੂਜਾ ਪਾਸਾ। ਵੀ ਆਪਾਂ ਇਹ ਨਹੀਂ ਕਹਿੰਦੇ ਤੁਹਾਡੀ ਨਿੱਜੀ ਜ਼ਿੰਦਗੀ ਹੈ ਜੀ, ਜਿਵੇਂ ਮਰਜ਼ੀ ਰਹੋ, ਪਰ ਜਦ ਇੱਕ ਮਿੰਟ ਬੇਨਤੀ ਸਮੇਂ ਮੇਰੇ ਵੀਰ ਜੀ, ਬਹੁਤ ਵੀਰ ਕਹਿ ਦਿੰਦੇ ਆ ਜੀ ਮੇਰੀ ਪਰਸਨਲ ਲਾਈਫ ਆ, ਵੀ ਤੁਸੀਂ ਸਾਡੀ ਪਰਸਨਲ ਲਾਈਫ 'ਤੇ ਕਿਵੇਂ ਅਟੈਕ ਕਰੋਗੇ, ਸਾਡੀ ਮਰਜ਼ੀ ਆ। ਮੈਂ ਬੇਨਤੀ ਕਰਦਾ ਵੀਰ ਜੀ, ਪਰਸਨਲ ਲਾਈਫ ਸਾਡੀ ਉਦੋਂ ਤੱਕ ਆ ਜਦੋਂ ਅਸੀਂ ਖੰਡੇ ਦੀ ਪੌਲ ਨਹੀਂ ਲਈ ਸੀ। ਜਦੋਂ ਅਸੀਂ ਖੰਡੇ ਦੀ ਪੌਲ ਲੈ ਲਈ ਨਾ, ਉਦੋਂ ਸਾਡੀ ਪਰਸਨਲ ਲਾਈਫ ਖਤਮ ਹੋ ਗਈ। ਉਦੋਂ ਅਸੀਂ ਗੁਰੂ ਦੇ ਪੁੱਤ ਬਣ ਗਏ, ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਬਣ ਗਿਆ, ਮਾਂ ਸਾਡੀ ਸਾਹਿਬ ਕੌਰ ਬਣ ਗਈ। ਹੁਣ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਮੁਤਾਬਕ ਜ਼ਿੰਦਗੀ ਜਿਉਣੀ ਹੁੰਦੀ ਹੈ, ਨਾ ਕਿ ਮਰਜ਼ੀ ਮੁਤਾਬਕ। ਵਾਹ ਜੀ ਵਾਹ, ਸਹੀ ਹੈ। ਅੰਮ੍ਰਿਤਧਾਰੀ ਦੀ ਪਰਸਨਲ ਲਾਈਫ ਕੋਈ ਨਹੀਂ ਹੈ, ਉਹਦੀ ਲਾਈਫ ਗੁਰੂ ਦੇ ਹੁਕਮ ਮੁਤਾਬਕ ਹੈ ਤੇ ਗੁਰੂ ਦੀ ਮਰਜ਼ਾਦਾ। ਜੋ ਗੁਰ ਕਹੇ ਸੋਈ ਭਲ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਬਹੁਤੇ ਵੀਰ ਇਹ ਸਵਾਲ ਕਰਦੇ ਵੀ ਅਸੀਂ ਗਾਣੇ ਸੁਣ ਸਕਦੇ ਹਾਂ ਜੀ, ਅਸੀਂ ਫਿਲਮ ਦੇਖਣ ਜਾ ਸਕਦੇ ਹਾਂ ਜੀ, ਅਸੀਂ ਸਾਰਾ ਕੁਛ ਕਰ ਸਕਦੇ, ਸਾਡੀ ਪਰਸਨਲ ਲਾਈਫ ਆ। ਨਹੀਂ ਪਿਆਰੇ, ਤੁਹਾਡਾ ਭੁਲੇਖਾ ਹੈ। ਪਰਸਨਲ ਲਾਈਫ ਤਾਂ ਜਿੱਦਣ ਪੰਜ ਪਿਆਰਿਆਂ ਕੋਲ ਗਏ ਸੀ ਉਦੋਂ ਖਤਮ ਹੋ ਗਈ ਸੀਗੀ। ਨਵਾਂ ਜੀਵਨ ਮਿਲ ਗਿਆ, ਨਵਾਂ ਨਾਮ ਮਿਲ ਗਿਆ, ਨਵਾਂ ਮਾਂ ਪਿਆ ਮਿਲ ਗਿਆ। ਸੋ ਤਾਂ ਕਰਕੇ ਬੇਨਤੀ ਆ, ਗ੍ਰੰਥੀ ਸਿੰਘ ਨੂੰ ਜਦੋਂ ਆਪਾਂ ਸਿਲੈਕਸ਼ਨ ਕਰਨੀ ਆ, ਉਹਦਾ ਪਰਿਵਾਰ ਵੇਖੋ, ਉਹਦੀ ਬੈਕਗ੍ਰਾਉਂਡ ਦੇਖੋ, ਫਿਰ ਉਹ ਕਿੱਥੋਂ ਪੜ੍ਹ ਕੇ ਆਇਆ ਇਹ ਦੇਖੋ, ਫਿਰ ਜੇ ਉਹਦੇ 'ਚ ਮਤਲਬ ਗੁਣ ਹੈਗੇ ਆ, ਕਿਤੇ ਵਿਦਿਆਲੇ 'ਚੋਂ ਪੜ੍ਹ ਕੇ ਆਇਆ, ਪਰਿਵਾਰ ਵਧੀਆ ਗਾ, ਤਾਂ ਉਹਨੂੰ ਉਹਦੀ ਗੁਣਾਂ ਦੇ ਆਧਾਰ 'ਤੇ ਉਹਨੂੰ ਤਨਖਾਹ ਵੀ ਦਿਓ, ਤਾਂ ਕਿ ਉਹ ਮਾਣ ਮਹਿਸੂਸ ਕਰ ਸਕੇ ਵੀ ਮੇਰੇ ਗੁਣਾਂ ਦਾ। ਇੱਥੇ ਹੁਣ ਇਹ ਚੀਜ਼ ਆ ਜਾਂਦੀ ਹੈ ਨਾ, ਦੇਖੋ ਮੰਨ ਲਓ ਜਿਹੜਾ ਚੰਗਾ ਗ੍ਰੰਥੀ ਸਿੰਘ ਹੋਊਗਾ, ਮੰਨ ਲਓ ਚੰਗਾ ਵੜਿਆ, ਚੰਗੀ ਸੂਝ ਰੱਖਣ ਵਾਲਾ, ਮਰਿਆਦਾ ਵਾਲਾ, ਗੁਰਮਤ ਵਾਲਾ, ਉਹਦਾ ਫਿਰ ਇਹ ਵੀ ਆ ਕਿ ਉਹਨੂੰ ਮੰਨ ਲਓ ਉੱਦਾਂ ਦੀ ਆਪਦੀ ਆਮਦਨ ਜਾਂ ਮੰਨ ਲਓ ਆਮਦਨ ਦਾ ਸੋਰਸ ਜਾਂ ਕਮਾਈ ਦੇ ਲਈ ਵੀ, ਪਰਿਵਾਰ ਚਲਾਉਣ ਦੇ ਲਈ ਵੀ ਲੋੜ। ਹਾਂਜੀ ਹਾਂਜੀ ਬਿਲਕੁਲ, ਮੇਰਾ ਮੰਨਣਾ ਵੀ ਜੀ ਘੱਟੋ ਘੱਟ 20,000 ਰੁਪਇਆ ਗ੍ਰੰਥੀ ਸਿੰਘ ਦੀ ਤਨਖਾਹ ਹੋਵੇ, ਉਹ ਮਾਣ ਨਾਲ ਮਤਲਬ ਜਿਵੇਂ ਆਪਾਂ ਜ਼ਿੰਦਗੀ ਜਿਉਂਦੇ ਹਾਂ। ਹੁਣ ਵੇਖੋ ਵੀ ਜੀ, ਜਿਹੜੇ ਬੰਦੇ ਕਹਿੰਦੇ ਆ ਵੀ ਗ੍ਰੰਥੀ ਸਿੰਘ ਨੂੰ ਤਾਂ ਮੌਜ ਆ ਜੀ, ਬਹੁਤ ਬੰਦੇ ਪ੍ਰਬੰਧ ਕਹਿ ਦਿੰਦੇ ਆ ਜੀ, ਇਹਨਾਂ ਨੂੰ ਸਿਲੰਡਰ ਨਹੀਂ ਭਰਾਉਣਾ ਪੈਂਦਾ ਜੀ, ਜੀ ਇਹਨਾਂ ਨੂੰ ਮਤਲਬ ਕੋਈ ਖਰਚਾ ਨਹੀਂ ਕਰਨਾ ਪੈਂਦਾ, ਅਤੇ ਮੈਂ ਬੇਨਤੀ ਕਰਦਾ ਹੁਣ ਵੀ ਵੀਰ ਜੀ, ਤੁਸੀਂ ਫਿਰ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਪਾਓ, ਤੁਸੀਂ ਜਿਹੜੇ ਪ੍ਰਬੰਧਕ ਵੀਰ ਨੇ ਉਹ ਆਪਣੇ ਬੱਚਿਆਂ ਨੂੰ ਗ੍ਰੰਥੀ ਸਿੰਘ ਬਣਾਓ, ਵੀ ਮੌਜਾਂ ਲੈ ਲੈਣਗੇ। ਬਿਲਕੁਲ ਬਿਲਕੁਲ, ਠੀਕ ਹੈ ਨਾ ਵੀਰ ਜੀ। ਆਪਾਂ ਨਾ ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹਾਂ, ਅਤੇ ਜਿਹੜਾ ਗ੍ਰੰਥੀ ਸਿੰਘ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵਜ਼ੀਰ ਆ, ਵਜ਼ੀਰ ਆ, ਅਤੇ ਉਹਦੀ ਆਪਾਂ ਜਿੰਨੀ ਰਿਸਪੈਕਟ ਕਰਾਂਗੇ, ਜਿੰਨਾ ਉਹਨੂੰ ਆਦਰ ਦੇਵਾਂਗੇ, ਉਨੀ ਪੰਥ ਦੀ ਚੜ੍ਹਦੀ ਕਲਾ ਹੋਣੀ। ਹਾਂ, ਜਿਹੜੇ ਮੇਰੇ ਵਰਗੇ ਕੋਈ ਢੋਂਗੀ ਆ ਗਏ, ਜਿਹੜੇ ਸਿੱਖੀ ਭੇਸ ਵਿੱਚ ਗਲਤ ਅਨਸਰ ਬੜੇ ਹੋਏ ਆ, ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਪੰਥ ਦੇ ਸਾਹਮਣੇ ਲਿਆਇਆ ਕਰੋ ਵੀ ਭਾਈ ਇਹਨਾਂ ਨੂੰ ਕਿਸੇ ਵੀ ਗੁਰਦੁਆਰਾ ਸਾਹਿਬ ਸੇਵਾ ਨਾ ਦਿੱਤੀ ਜਾਵੇ, ਇਹ ਬੰਦਾ ਇੱਦਾਂ ਦੀ ਗਲਤੀ ਕਰਕੇ ਗਿਆ। ਜਿੱਦਾਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ, ਕਾਫੀ ਦਿਨਾਂ ਦਾ ਪਿੱਛੇ ਜੇ ਦੌਰ ਚੱਲਿਆ ਕਿ ਗ੍ਰੰਥੀ ਸਿੰਘਾਂ ਨੂੰ ਗੱਡੀ ਨਾਲ ਸਨਮਾਨ ਕੀਤਾ, ਫਲਾਣੇ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ। ਮੰਨ ਲਓ ਕਿਤੇ ਨਾ ਕਿਤੇ ਜਿਵੇਂ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਨਾ, ਇਹ ਗੱਲਬਾਤ ਰਾਹੀਂ ਇੱਕ ਜਾਗਰਤੀ ਵੀ ਆਉਂਦੀ ਆ। ਬਿਲਕੁਲ, ਮੰਨ ਲਓ ਜਿੱਥੇ ਪਿੱਛੇ ਕਈ ਸਮਾਂ ਇੱਦਾਂ ਦਾ ਚੱਲਿਆ ਕਿ ਜਿੱਥੇ ਗ੍ਰੰਥੀ ਸਿੰਘਾਂ ਬਾਰੇ ਬੜਾ ਨੈਗੇਟਿਵ ਜਿਹਾ ਪੱਖ ਜਾ ਰਿਹਾ ਸੀਗਾ, ਹੈ ਨਾ, ਜਦੋਂ ਕੁਛ ਸਿੰਘਾਂ ਨੇ ਅੱਗੇ ਆ ਕੇ ਗੱਲਬਾਤ ਗ੍ਰੰਥੀ ਸਿੰਘਾਂ ਦੇ ਪੋਜ਼ਿਟਿਵ ਪੱਖ ਦੀ ਕੀਤੀ ਆ, ਹੈ ਨਾ, ਉੱਥੇ ਫਿਰ ਨਾਲ ਦੀ ਨਾਲ ਸਾਡਾ ਸਮਾਜ ਨਾ ਇੱਦਾਂ ਦਾ ਵਾ ਕਿ ਅਸੀਂ
ਕੀ ਹੋ ਰਿਹਾ ਆਲੇ ਦੁਆਲੇ, ਅਸੀਂ ਉਹਨੂੰ ਵੇਖ ਕੇ ਪ੍ਰਭਾਵਿਤ ਹੁੰਦੇ ਹਾਂ। ਹਾਂਜੀ, ਅਸੀਂ ਗਰਾਊਂਡ ਦੀ ਸਥਿਤੀ ਨਹੀਂ ਵੇਖਦੇ, ਮੰਨ ਲਓ ਫਲਾਣੇ ਪਿੰਡ ਵਾਲਿਆਂ ਨੇ ਇੱਦਾਂ ਕਰਤਾ ਇੱਦਾਂ ਕਰਤਾ, ਉਹਨੂੰ ਵੇਖਾ ਵੇਖੀ 'ਚ ਅੱਜ ਕੱਲ੍ਹ ਗ੍ਰੰਥੀ ਸਿੰਘਾਂ ਦਾ ਸਨਮਾਨ ਹੋਣ ਲੱਗਿਆ, ਚੰਗੀ ਗੱਲ ਹੈ, ਬਹੁਤ ਸੋਹਣੀ ਸੂਰਤ, ਬਹੁਤ ਬਹੁਤ ਚੰਗੀ ਗੱਲ ਆ। ਅਤੇ ਇਹ ਚੀਜ਼ਾਂ ਸਾਨੂੰ ਅੱਜ ਤੋਂ ਪਹਿਲਾਂ ਹੀ ਕਰਨੀਆਂ ਚਾਹੀਦੀਆਂ ਸੀ ਜਦੋਂ ਨੈਗੇਟਿਵ ਗੱਲਾਂ ਫੈਲ ਰਹੀਆਂ। ਬਿਲਕੁਲ ਵੀਰ ਜੀ, ਤੁਹਾਡੀ ਗੱਲ ਮੈਂ ਇੱਥੇ ਕੱਟਦਾ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਐੱਨ ਆਰ ਆਈ ਵੀਰ ਜਿਹੜੇ ਆ, ਪਿੰਡ ਦੇ ਨੌਜਵਾਨ ਭਰਾ ਜਿਹੜੇ ਆ, ਕਲੱਬ ਬਣਾ ਕੇ ਉਹ ਹਰ ਸਾਲ ਬਾਅਦ ਟੂਰਨਾਮੈਂਟ ਕਰਾਉਂਦੇ ਆ। ਹਾਂਜੀ, ਅਤੇ ਉਹ ਕਬੱਡੀ ਖਿਡਾਰੀਆਂ ਨੂੰ ਵੀਰ ਜੀ ਸਨਮਾਨਿਤ ਕਰਦੇ ਆ। ਹਾਂ, ਤੁਸੀਂ ਦੇਖੋ ਵੀ ਗੱਡੀਆਂ ਨਾਲ, ਬੁਲਟ ਮੋਟਰਸਾਈਕਲਾਂ ਨਾਲ ਵੱਡੇ ਵੱਡੇ ਨਾਮ, ਲੱਖਾਂ ਦੇ ਨਾਮ ਉਹਨਾਂ ਨੂੰ ਦਿੰਦੇ ਆ। ਤਾਂ ਉਹ ਟੂਰਨਾਮੈਂਟ ਜਿਹੜੇ ਜਿਹੜੇ ਬੱਚੇ ਦੇਖਣ ਜਾਂਦੇ ਆ ਜਾਂ ਹੋਰ ਜਿਹੜੇ ਨੌਜਵਾਨ ਦੇਖਣ ਜਾਂਦੇ ਆ, ਉਹਨਾਂ ਦੇ ਮਨ 'ਚ ਆਉਂਦਾ ਵੀ ਆਪਾਂ ਵੀ ਕਬੱਡੀ ਖੇਡਣ ਲੱਗੀ ਵੀ ਆਪਾਂ ਵੀ ਅੱਗੇ ਆਵਾਂਗੇ ਅਤੇ ਆਪਣਾ ਵੀ ਮਾਣ ਸਨਮਾਨ ਹੋਊਗਾ। ਅਤੇ ਜਦੋਂ ਅਸੀਂ ਵੀਰ ਜੀ ਸਾਡੀ ਕੌਮ ਗ੍ਰੰਥੀਆਂ ਦਾ ਮਾਣ ਸਨਮਾਨ ਕਰਨ ਲੱਗ ਜੂਗੀ, ਸੋਸ਼ਲ ਮੀਡੀਆ 'ਤੇ ਆਉਣ ਲੱਗ ਜੂ ਇਹ ਗੱਲ, ਤਾਂ ਜਿਹੜੇ ਬੱਚੇ ਸਾਡੇ ਕੇਸਾਂ ਧਾਰੀ ਆ ਜਾਂ ਅੰਮ੍ਰਿਤਧਾਰੀ ਆ, ਉਹ ਕਹਿਣਗੇ ਅਸੀਂ ਸੰਥਿਆ ਲੈ ਕੇ ਅਸੀਂ ਵੀ ਪ੍ਰਚਾਰ ਕਿਤੇ ਗ੍ਰੰਥੀ ਬਣਨਾ। ਬਿਲਕੁਲ, ਸਾਨੂੰ ਕਿੰਨਾ ਪਿਆਰ ਮਿਲੂ ਵੱਡੇ ਹੋ ਕੇ, ਉਹ ਚੀਜ਼ ਦਾ ਇਹ ਵੀ ਪੱਖ ਜਾਊ ਵੀਰ ਜੀ ਵੀ ਮਤਲਬ ਹੋਰ ਸਿੰਘ ਜਿਹੜੇ ਆ ਉਹ ਇਸ ਲੈਨ 'ਚ ਆਉਣਗੇ, ਕੋਈ ਸ਼ੱਕ ਨਹੀਂ ਹੈ। ਹਾਂਜੀ ਹਾਂਜੀ ਹਾਂਜੀ। ਹੁਣ ਇੱਥੇ ਇੱਕ ਚੀਜ਼ ਆ ਕਿ ਹੁਣ ਤੱਕ ਤੁਸੀਂ ਲਗਭਗ ਜਦੋਂ ਦੀ ਆਪਾਂ ਸ਼ੁਰੂਆਤ ਕੀਤੀ ਆ, ਗ੍ਰੰਥੀ ਸਿੰਘ ਦੇ ਪੋਜ਼ਿਟਿਵ ਪੱਖ 'ਚ ਬੜੀਆਂ ਗੱਲਾਂ ਬਾਤਾਂ ਕੀਤੀਆਂ ਕਿ ਗ੍ਰੰਥੀ ਸਿੰਘ ਮੰਨ ਲਓ ਹੈ ਨਾ ਵਧੀਆ, ਜਾਂ ਤੁਸੀਂ ਆਪਣਾ ਐਕਸਪੀਰੀਅੰਸ ਦੱਸ ਰਹੇ ਹਾਂ ਜਾਂ ਮੰਨ ਲਓ ਚੰਗੇ ਗ੍ਰੰਥੀ ਸਿੰਘ ਦੀ ਗੱਲ ਕਰ ਰਹੇ ਹਾਂ, ਅਤੇ ਫਿਰ ਹੁਣ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਤੁਸੀਂ ਡਿਊਟੀ ਗ੍ਰੰਥੀ ਸਿੰਘ ਦੀ ਕਿਉਂ ਛੱਡੀ? ਵੀਰ ਜੀ ਵਧੀਆ ਸਵਾਲ ਆ ਤੁਹਾਡਾ ਵੀ। ਅਸਲ ਵਿੱਚ ਵੀਰ ਜੀ ਬਹੁਤ ਪਿਆਰ ਕਰਨ ਵਾਲੀ ਸੰਗਤ ਹੈ, ਮੈਂ ਉਹਨਾਂ ਦਾ ਧੰਨਵਾਦ ਕਰਦਾ ਸੰਗਤ ਦਾ, ਜਿੱਥੇ ਜਿੱਥੇ ਮੈਂ ਡਿਊਟੀ ਕੀਤੀ ਹੈ ਨਾ ਉਹਨਾਂ ਨੇ ਮੇਰਾ ਮਾਂ ਪਿਓ ਬਣ ਕੇ ਹਰ ਦੁੱਖ ਸੁੱਖ ਵਿੱਚ ਸਾਥ ਦਿੱਤਾ, ਗੁਰੂ ਕੀ ਸੰਗਤ ਨੇ। ਡਿਊਟੀ ਛੱਡਣ ਦਾ ਜਿਹੜਾ ਕਾਰਨ ਬਣਿਆ ਉਹ ਇਹ ਸੀ ਵੀਰ ਜੀ, ਜਿਵੇਂ ਮੈਨੂੰ ਸ਼ੌਂਕ ਸੀਗਾ ਵੀ ਮੈਂ ਬੱਚਿਆਂ ਦੀਆਂ ਕਲਾਸਾਂ ਲਾਉਣੀਆਂ ਗੀਆਂ, ਆਪਾਂ ਡਿਊਟੀ ਦੇ ਦੌਰਾਨ ਵੀ ਲਾ ਰਹੇ ਸੀਗੇ ਬੱਚਿਆਂ ਦੀਆਂ ਕਲਾਸਾਂ, ਉਦੋਂ ਬਾਅਦ ਮਤਲਬ ਕਿ ਵੀ ਐਵੇਂ ਜਿਹਾ ਲੱਗਿਆ ਵੀ ਹੁਣ ਆਪਾਂ ਖੁੱਲ੍ਹ ਕੇ ਵੀ ਕੋਈ, ਕਿਉਂਕਿ ਡਿਊਟੀ ਬੜੀ ਸਖਤ ਹੁੰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ। ਰਾਤ ਨੂੰ ਮੈਨੂੰ 12 ਵਜੇ ਵੀ ਫੋਨ ਵੀਰ ਜੀ ਆਉਂਦਾ ਰਿਹਾ ਵੀ ਪਿੰਡ ਦੇ ਵਿੱਚ ਜੀ ਚੋਰੀ ਹੋ ਗਈ, ਬਾਬਾ ਜੀ ਛੇਤੀ ਜਾਣੀ ਜਾ ਕੇ ਅਨਾਊਂਸਮੈਂਟ ਕਰੋ। ਇੱਕ ਵਾਰ ਜੀ ਵੀਰ ਜੀ ਇੱਕ ਘਟਨਾ ਗਈ, ਮੇਰੀ ਥਰਾਜ ਪਿੰਡ ਡਿਊਟੀ 'ਤੇ, ਰਾਤ ਨੂੰ 12 ਵਜੇ ਸਾਨੂੰ ਫੋਨ ਆਇਆ ਸਰਪੰਚ ਸਾਹਿਬ ਦਾ ਵੀ ਬਾਬਾ ਜੀ ਅਨਾਊਂਸਮੈਂਟ ਕਰੋ, ਅਤੇ ਅਸੀਂ ਅਨਾਊਂਸਮੈਂਟ ਕਰਕੇ ਮੈਂ ਅਤੇ ਡਾਲੀ ਵਾਲਾ ਸਿੰਘ ਪਿੰਡ ਵਾਲੇ ਤੋਂ ਪਹਿਲਾਂ ਭੱਗ ਗਏ ਜੀ ਉੱਥੇ ਬੈਂਕ ਕੋਲ ਜਿੱਥੇ ਲੁਟੇਰੇ ਬੈਂਕ ਲੁੱਟਣ ਆਏ ਸੀ। ਸਾਨੂੰ ਸਰਪੰਚ ਕਹਿੰਦਾ ਬਾਬਾ ਜੀ ਤੁਹਾਡਾ ਇੱਥੇ ਖਾਤਾ ਨਹੀਂ, ਤੁਹਾਡਾ ਕੋਈ ਇੱਥੇ ਪੈਸੇ ਨਹੀਂ ਜਮ੍ਹਾਂ ਕਰਾਏ, ਜੇ ਤੁਹਾਡੇ ਕੋਈ ਫਾਇਰ ਮਾਰ ਜਾਂਦਾ ਫਿਰ। ਅਸੀਂ ਆਖਿਆ ਜੀ ਅਸੀਂ ਤਾਂ ਇਹ ਸੋਚਿਆ ਨਹੀਂ, ਅਸੀਂ ਆਖਿਆ ਆਪਾਂ ਵੀ ਪਹਿਲਾਂ ਚਲੋ ਜਾ ਕੇ ਵੀ ਸੰਗਤ ਰੂਪ 'ਚ ਆਪਾਂ ਵੀ ਜਾਈਏ, ਮਤਲਬ ਜੇ ਰਾਤ ਨੂੰ ਕੋਈ ਘਟਨਾ ਵਾਪਰਦੀ ਆ ਤਾਂ ਵੀ ਮਤਲਬ ਕਿ ਉੱਥੇ ਗ੍ਰੰਥੀ ਸਿੰਘ ਨੇ ਰਾਤ ਨੂੰ ਵੀ ਡਿਊਟੀ ਹੋਕਾ ਵਗੈਰਾ ਅਨਾਊਂਸਮੈਂਟ ਵਗੈਰਾ ਕਰਨੀ ਆ, ਬਹੁਤ ਸਖਤ ਡਿਊਟੀ ਹੈ ਜੀ। ਵਿਆਹ ਸ਼ਾਦੀ ਸਾਡੀ ਵਿੱਚ ਰਹਿ ਜਾਂਦੀ ਸੀ, ਮੰਨ ਲਓ ਪਿੰਡ 'ਚ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ, ਅਸੀਂ ਵਿਆਹ ਸ਼ਾਦੀ 'ਤੇ ਜਾ ਰਹੇ ਹਾਂ ਤਾਂ ਪ੍ਰਧਾਨ ਜੀ ਦਾ ਫੋਨ ਆ ਜਾਂਦਾ ਸੀ ਵੀ ਸੰਸਕਾਰ ਕਰਾ ਕੇ ਜਾਣਾ, ਤਾਂ ਵਿਆਹ ਕੈਂਸਲ ਹੋ ਜਾਂਦਾ ਸੀਗਾ ਜੀ, ਬੱਚੇ ਕੱਪੜੇ ਚੇਂਜ ਕਰ ਲੈਂਦੇ ਸੀ, ਹੁਣ ਨਹੀਂ ਜਾਇਆ ਜਾਣਾ ਵੀ ਉੱਧਰ ਜ਼ਰੂਰੀ ਆ। ਬਹੁਤ ਸਖਤ ਡਿਊਟੀ ਆ ਗ੍ਰੰਥੀ ਸਿੰਘ ਦੀ। ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਪ੍ਰਬੰਧਕਾਂ ਨੂੰ ਵੀ ਜਿਹੜੇ ਹੋਰ ਵੀਰ ਡਿਊਟੀਆਂ ਕਰਦੇ ਆ, ਪ੍ਰਾਈਵੇਟ ਜੋਬ ਕਰਦੇ ਆ, ਕਿਸੇ ਵੀ ਖੇਤਰ 'ਚ ਕੰਮ ਕਰਦੇ ਆ, ਤਾਂ ਵੀਰ ਜੀ ਉੱਥੇ ਕੀ ਹੈਗਾ, ਉਹਨਾਂ ਨੂੰ ਐਤਵਾਰ ਦੀ ਛੁੱਟੀ ਤਾਂ ਹੁੰਦੀ ਆ ਨਾ, ਹਫ਼ਤੇ 4 ਛੁੱਟੀਆਂ, ਗ੍ਰੰਥੀ ਸਿੰਘ ਨੂੰ ਛੁੱਟੀਆਂ ਵੀ ਹੋਣੀਆਂ ਚਾਹੀਦੀਆਂ ਵੀ ਆਹ ਦਿਨਾਂ 'ਚ ਵੀਰੇ ਤੂੰ ਜਾ ਕੇ ਆਪਦੇ ਰਿਸ਼ਤੇਦਾਰਾਂ ਨੂੰ, ਆਪਦੇ ਦੋਸਤਾਂ ਮਿੱਤਰਾਂ ਨੂੰ ਮਿਲ ਸਕਦਾ। ਐਮਰਜੈਂਸੀ ਜਦੋਂ ਕੋਈ ਰਿਸ਼ਤੇਦਾਰੀ 'ਚ ਡੈਥ ਹੋ ਗਈ ਆ, ਮੌਤ ਹੋ ਗਈ ਆ, ਜਾਂ ਕੋਈ ਵਿਆਹ ਆ ਗਿਆ, ਉੱਥੇ ਵੀ ਉਹ ਰਿਲੈਕਸ ਹੋ ਕੇ ਜਾ ਸਕਦਾ। ਪਰ ਮੇਰਾ ਐਕਸਪੀਰੀਅੰਸ ਆ ਵੀਰ ਜੀ ਇਹ, ਅਸੀਂ ਵਿਆਹ ਜਾਂਦੇ ਸੀ ਸਾਡਾ ਦਿਮਾਗ ਗੁਰਦੁਆਰਾ ਸਾਹਿਬ ਦੇ ਪਿੰਡ 'ਚ ਹੀ ਰਹਿੰਦਾ ਸੀ ਉਸ ਜਿੱਥੇ ਡਿਊਟੀ। ਇੱਥੇ ਇੱਕ ਨਾਲ ਇੱਕ ਸਹਾਇਕ ਗ੍ਰੰਥੀ ਜਾਂ ਮਤਲਬ ਇੱਕ ਥੋੜ੍ਹਾ ਜ਼ਰੂਰੀ ਆ,
ਬਿਲਕੁਲ ਜੀ, ਕਿਉਂਕਿ ਬੰਦਾ ਬਿਮਾਰ ਸ਼ਮਾਰ ਵੀ ਹੋ ਸਕਦਾ, ਕੋਈ ਐਮਰਜੈਂਸੀ ਵੀ ਪੈ ਸਕਦੀ ਆ। ਹਾਂਜੀ ਹਾਂਜੀ, ਜੇ ਤਾਂ ਜਿਹੜੇ ਪਿੰਡਾਂ ਦੇ ਵਿੱਚ ਤਾਂ ਸਿੰਘ ਹੈਗੇ ਆ ਗ੍ਰਾਂਥੀ ਸਿੰਘ ਦੇ ਨਾਲ ਸਹਿਯੋਗ ਦੇ ਨਾਲ, ਕਿ ਮੰਨ ਲਓ ਪ੍ਰਬੰਧਕਾਂ ਵਿੱਚ ਹੁੰਦੇ ਆ, ਪ੍ਰਬੰਧਕਾਂ 'ਚ ਹੁੰਦੇ ਆ, ਉਹ ਸੇਵਾ ਵੀ ਨਿਭਾ ਲੈਂਦੇ, ਨਿਤਨੇਮ ਵੀ ਕਰ ਲੈਂਦੇ ਆ, ਹੈ ਨਾ, ਸੇਵਾ ਵੀ ਕਰਦੇ ਆ, ਉੱਥੇ ਚੱਲ ਸਕਦਾ। ਪਰ ਕਈ ਥਾਵਾਂ 'ਤੇ ਇਹ ਚੀਜ਼ ਨਹੀਂ, ਅਤੇ ਉੱਥੇ ਜ਼ਰੂਰੀ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉੱਥੇ ਵੀ ਜੀ ਹੁਣ ਪਿੰਡ ਦੇ ਪ੍ਰੋਗਰਾਮ ਜਿਹੜੇ ਅਟੈਂਡ ਕਰਨੇ ਹੁੰਦੇ, ਜੇ ਦੋ ਸਿੰਘ ਹੋਣਗੇ ਤਾਂ ਉਹ ਵੀ ਸੌਖਾ ਹੋ ਜਾਂਦਾ ਜੀ। ਬਾਕੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੋਹਣੇ ਢੰਗ ਨਾਲ ਪ੍ਰਬੰਧ ਚੱਲਦਾ ਹੈਗਾ, ਸੰਗਤ ਹੋਰ ਜੁੜਦੀ ਹੈ ਜੀ। ਜੇ ਗੁਰੂ ਘਰ ਦਾ ਪ੍ਰਬੰਧ ਸੋਹਣਾ ਹੋਊ, ਸੰਗਤ ਜ਼ਿਆਦਾ ਆਉਂਦੀ ਹੈ ਜੀ ਗੁਰਦੁਆਰਾ ਸਾਹਿਬ, ਜ਼ਿਆਦਾ ਸ਼ਰਧਾ ਬਣਦੀ ਹੈ ਉਹਨਾਂ ਦੀ। ਜੇ ਪ੍ਰਬੰਧ ਮਾੜਾ ਜੀ, ਗ੍ਰੰਥੀ ਸਿੰਘ ਮਾੜਾ ਜੀ, ਤਾਂ ਫਿਰ ਸੰਗਤ ਟੁੱਟਦੀ ਹੈ ਜੀ ਗੁਰਦੁਆਰਾ ਸਾਹਿਬ ਨਾਲ। ਬਿਲਕੁਲ, ਹਾਂਜੀ। ਤਾਂ ਕਰਕੇ ਪ੍ਰਬੰਧਕ ਜਿਹੜੇ ਆ, ਮਤਲਬ ਉਹ ਪਾਰਟੀਬਾਜ਼ੀ ਤੋਂ ਉੱਪਰ ਹੋਣੇ ਚਾਹੀਦੇ ਆ, ਪ੍ਰਬੰਧਕ ਜਿਹੜੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਆ ਜੀ, ਪਾਰਟੀਬਾਜ਼ੀ ਨਾਲ ਕਿਸੇ ਨਾਲ ਨਾ ਹੁਣ ਉਹ, ਅਤੇ ਮਤਲਬ ਇਹ ਨਾ ਹੁਣ ਜਿਵੇਂ ਹੁਣ ਅੱਜ ਕੱਲ੍ਹ ਦੇ ਪ੍ਰਬੰਧਕ ਆ ਜੀ ਵਿੱਚ, ਮਤਲਬ ਉਹ ਜਿਹੜੇ ਸ਼ਰਾਬਾਂ ਪੀਣ ਵਾਲੇ ਕਰੈਕਟਰਲੈਸ ਬੰਦੇ ਜਿਹੜੇ ਆ, ਉਹਨਾਂ ਨੇ ਜਾ ਕੇ ਕਬਜ਼ੇ ਕਰ ਲਏ ਗੁਰੂ ਘਰਾਂ 'ਚ ਜੀ। ਹੁਣ ਜਿਹੜੇ ਬੰਦੇ ਆਪ ਸ਼ਰਾਬ ਪੀਂਦੇ ਆ, ਤਾਂ ਮੇਰੇ ਵਰਗੇ ਜਦੋਂ ਸਟੇਜ 'ਤੇ ਜਾ ਕੇ ਸ਼ਰਾਬ ਦੇ ਵਿਰੁੱਧ ਬੋਲਦੇ ਆ, ਉਹ ਸਵੇਰ ਨੂੰ ਆ ਕੇ ਕਹਿੰਦੇ ਬਾਬਾ ਜੀ ਇੱਦਾਂ ਦੀ ਗੱਲ ਨਹੀਂ ਬੋਲਣੀ ਤੁਸੀਂ, ਅਤੇ ਜਦੋਂ ਕਈ ਦਾ ਵੀ ਗੁਰਬਾਣੀ 'ਚ ਲਿਖਿਆ ਹੋਇਆ ਜੀ, ਉਹ ਕਹਿੰਦੇ ਛੱਡ ਦਿਆ ਕਰੋ ਇਹ ਗੱਲਾਂ। ਨਥਾਣੇ ਪਿੰਡ ਦੀ ਜਿਹੜੀ ਘਟਨਾ ਵੀਰ ਜੀ ਤੁਸੀਂ ਹੋਈ ਸੀ, ਉਹ ਮੇਰੇ ਨਾਲ ਹੀ ਹੋਈ ਸੀ ਨਾ, ਨਥਾਣੇ ਪਿੰਡ ਜਦੋਂ ਮੈਂ ਬੋਲਿਆ ਵੀ ਮਤਲਬ ਵੀ ਸ਼ਰਾਬ ਪੀਣੀ ਮਾੜੀ ਹੈ, ਜਿਹਦੇ ਆਹ ਨੁਕਸਾਨ ਹੈ, ਗੁਰੂ ਅਮਰਦਾਸ ਮਹਾਰਾਜ ਦਾ ਸ਼ਬਦ ਹੈ, ਜਿਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ, ਤਾਂ ਉੱਥੇ ਪੂਰਾ ਇਕੱਠ ਹੋ ਗਿਆ ਜੀ ਪਿੰਡ ਦੇ ਚੌਧਰੀਆਂ ਦਾ। ਅੱਛਾ, ਤੇ ਉਹਨਾਂ ਨੇ ਆ ਕੇ ਕਿਹਾ ਬਾਬਾ ਜੀ ਤੁਸੀਂ ਇੱਦਾਂ ਬੋਲਦੇ? ਮੈਂ ਜੀ ਬਾਣੀ 'ਚ ਲਿਖਿਆ। ਉਹ ਜਿਹੜਾ ਪਿੰਡ ਦਾ ਮੁਖੀ ਬੰਦਾ ਸੀਗਾ, ਉਹ ਕਹਿੰਦੇ ਜੀ ਫਿਰ ਸਾਰੀਆਂ ਗੱਲਾਂ ਥੋੜ੍ਹਾ ਲੋਕਾਂ ਨੂੰ ਦੱਸੀਆਂ ਹੁੰਦੀਆਂ, ਜਿਹੜੀ ਇੱਦਾਂ ਦੀ ਗੱਲ ਹੁੰਦੀ ਉਹ ਛੱਡ ਜਾ ਕਰੋ ਤੁਸੀਂ। ਅੱਛਾ, ਫਿਰ ਮੈਂ ਬੇਨਤੀ ਕੀਤੀ ਵੀ ਇਸੇ ਕਰਕੇ ਤਾਂ ਗੁਰੂ ਸਾਹਿਬ ਨੇ ਰਾਮ ਰਾਏ ਨੂੰ ਛੇਕਿਆ ਸੀਗਾ ਵੀ ਇੱਕ ਇੱਕ ਤੌਕੀ ਬਦਲੀ ਆ ਨਾ, ਬਿਲਕੁਲ ਬਿਲਕੁਲ, ਵੀ ਐਂ ਕਿਵੇਂ ਆਪਾਂ ਛੱਡ ਸਕਦੇ ਹਾਂ। ਹਾਂਜੀ ਹਾਂਜੀ, ਪਰ ਉਹ ਚੀਜ਼ ਨਾ ਜੀ ਵੀਰ ਜੀ, ਜਿਹੜੇ ਬੰਦੇ ਪਿੰਡ ਦੇ ਮਤਲਬ ਧਨਾੜ ਲੋਕ ਜਿਹੜੇ ਆ ਜਾਂ ਲੀਡਰ ਟੈਪ ਲੋਕ ਜਿਹੜੇ ਆ, ਉਹ ਆ ਕੇ ਗੁਰੂ ਘਰਾਂ ਦੇ ਫੈਸਲੇ ਉਹ ਕਰਦੇ ਆ ਗੁਰਦੁਆਰੇ ਆ ਕੇ। ਹਾਂਜੀ, ਫੈਸਲੇ ਕਿਉਂ, ਕਿਹਨੂੰ ਕਰਨੇ ਚਾਹੀਦੇ ਸੀ? ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਅਤੇ ਸੰਗਤ ਨੂੰ, ਸੰਗਤ ਨੂੰ, ਵੀ ਕਿੱਥੇ ਗਲਤ ਹੋ ਰਿਹਾ ਕਿੱਥੇ ਸਹੀ ਹੋ ਰਿਹਾ। ਪਰ ਉਹ ਜਿਹੜੇ ਰਾਜਨੀਤਿਕ ਰਿਲੇਟਡ ਬੰਦੇ ਆ, ਉਹ ਆ ਕੇ ਉੱਥੇ ਫਿਰ ਜਿਨ੍ਹਾਂ ਨੇ ਜਪਜੀ ਸਾਹਿਬ ਨੇ ਪੜ੍ਹਿਆ ਹੁੰਦਾ, ਉਹ ਕਹਿੰਦੇ ਬਾਬਾ ਜੀ ਤੁਸੀਂ ਇਹ ਤੁਕਾਂ ਹੀ ਛੱਡ ਦਿਆ ਕਰੋ। ਓਹੋ, ਇਹ ਕਿਵੇਂ ਛੱਡ ਦਈਏ? ਹਾਂਜੀ ਹਾਂਜੀ, ਇੱਦਾਂ ਦੀ ਮੁਸ਼ਕਲ ਆਉਂਦੀ ਰਹੀ ਹੈ ਜੀ। ਸਹੀ ਹੈ। ਅਤੇ ਜੇ ਪ੍ਰਬੰਧਕ ਸਹੀ ਹੋਣਗੇ, ਉਹ ਸ਼ਾਬਾਸ਼ ਦਿੰਦੇ ਆ, ਬਾਬਾ ਜੀ ਬਹੁਤ ਵਧੀਆ, ਤੁਸੀਂ ਦੱਸੋ ਸਾਡੇ ਲੋਕਾਂ ਨੂੰ ਵੀ ਗੁਰੂ ਸਾਹਿਬ ਕੀ ਕਹਿੰਦੇ ਆ, ਗੁਰਬਾਣੀ ਕੀ ਕਹਿੰਦੀ ਆ ਸਾਨੂੰ, ਸਾਡੇ ਜਵਾਕਾਂ ਨੂੰ ਸਮਝਾਓ, ਸ਼ਾਬਾਸ਼ ਤੁਹਾਨੂੰ। ਉਹ ਸ਼ਾਬਾਸ਼ ਦਿੰਦੇ ਹੈਗੇ, ਅਤੇ ਜਿੱਥੇ ਪ੍ਰਬੰਧਕ ਮਾੜੇ ਹੈਗੇ, ਉਹ ਕਹਿੰਦੇ ਵੀ ਨਹੀਂ ਇੱਦਾਂ ਨਹੀਂ ਬੋਲਣਾ ਜੀ ਤੁਸੀਂ। ਪਾਬੰਦੀਆਂ ਲਾਈਆਂ ਹੋਈਆਂ ਵੀਰ ਜੀ। ਮੈਂ ਇੱਕ ਬੇਨਤੀ ਕਰਾਂ, ਕਈ ਵਾਰੀ ਨਾ ਹੁੰਦਾ ਵੀ ਗੁਰਦੁਆਰਾ, ਤੁਸੀਂ ਦੱਸੋ ਵੀ ਗੁਰਦੁਆਰਾ ਕਿਹਦਾ ਜੀ? ਗੁਰਦੁਆਰਾ ਸਾਹਿਬ ਦਾ ਸਾਂਝਾ ਜੀ। ਗੁਰਦੁਆਰਾ ਸਭ ਦਾ ਸਾਂਝਾ ਅਤੇ ਗੁਰਦੁਆਰਾ ਗੁਰੂ ਦਾ ਨਾ, ਗੁਰਦੁਆਰਾ ਗੁਰੂ ਦਾ। ਜਦੋਂ ਗੁਰੂ ਦੇ ਆਪਦੇ ਘਰ ਵਿੱਚ ਗੁਰੂ ਦੀ ਨਹੀਂ ਚੱਲਦੀ, ਫਿਰ ਆਪਾਂ ਦੱਸ ਕੀ ਕਰਾਂਗੇ ਜੀ? ਗੁਰਦੁਆਰੇ ਗੁਰੂ ਦੀ ਚੱਲਣੀ ਚਾਹੀਦੀ ਨਾ ਵੀ, ਜੋ ਗੁਰ ਕਹਿ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ, ਹੈ ਨਾ ਵੀ ਜੋ ਗੁਰੂ ਕਹਿੰਦਾ ਆਪਾਂ ਉਹ ਦੱਸੀਏ ਅਤੇ ਸੰਗਤ ਮੰਨ ਲਵੇ, ਮੰਨ ਲਵੇ। ਅਤੇ ਗੁਰਦੁਆਰੇ ਕਿਹਦੀ ਚੱਲਦੀ ਹੈ? ਪ੍ਰਬੰਧਕਾਂ ਦੀ। ਉਹ ਕਹਿੰਦੇ ਵੀ ਆਹ ਕਥਾ ਨਹੀਂ ਕਰਨੀ, ਆਹ ਕਰਨੀ ਆ, ਆਹ ਸ਼ਬਦ ਬੋਲਣਾ, ਆਹ ਨਹੀਂ ਬੋਲਣਾ, ਇੱਥੇ ਆ ਕੇ ਪੰਗਾ ਪੈਂਦਾ। ਇੱਕ ਮੇਰੀ ਬੇਨਤੀ ਵੀਰ ਜੀ ਹੋਰ ਸੁਣਿਓ, ਮੈਂ ਚਲੋ ਗੁਰੂ ਮਾਰ ਕਿਰਪਾ, ਮੈਨੂੰ ਮਾਫ਼ ਕਰਿਓ, ਮੈਂ ਤੁਹਾਡੀ ਗੱਲ ਕੱਟੀ ਆ। ਬਹੁਤ ਜਗ੍ਹਾ ਨਾ ਸਾਨੂੰ ਸੰਗਤ ਮਿਲਦੀ ਹੈ, ਬਾਬਾ ਜੀ ਫਲਾਨੇ ਪਿੰਡ ਗ੍ਰੰਥੀ ਸਿੰਘ 20 ਸਾਲ ਡਿਊਟੀ ਕਰ ਗਏ ਜੀ। ਹਾਂਜੀ, ਬਹੁਤ ਵਧੀਆ ਬੰਦਾ ਸੀ, ਗੁਰਮੁਖ ਸੀਗਾ ਜੀ, 20 ਸਾਲ ਉਹ ਆ ਗਏ ਜੀ। ਤੇ ਬਾਈ ਕਈ ਵਾਰੀ ਵੀਰ ਜੀ ਪੁੱਛੀਦਾ ਵੀ ਬਾਬਾ ਜੀ ਗੁਰਬਾਣੀ ਦੀ ਕਥਾ ਕਰਦੇ ਸੀਗੇ ਜੀ? ਕਹਿੰਦੇ ਜੀ ਕਥਾ ਨਹੀਂ ਸੀ ਕਰਦੇ। ਫਿਰ ਉਹਨੂੰ ਕਹੀਦਾ ਵੀਰ ਜੀ ਜਦੋਂ ਗੁਰਬਾਣੀ ਦੀ ਕਥਾ ਕਰਦੇ ਆ ਪੰਗਾ ਤਾਂ ਉਦੋਂ ਹੀ ਪੈਂਦਾ, ਰੋਲਾ ਤਾਂ ਗੁਰਬਾਣੀ ਦੀ ਕਥਾ ਦਾ ਨਾ, ਕਿਉਂਕਿ ਗੁਰਬਾਣੀ ਸਾਡੇ ਔਗਣ ਸਾਡੇ ਸਾਹਮਣੇ ਲਿਆਉਂਦੀ ਆ।
ਠੁੱਕਰਾਂ ਮਾਰਦੀ ਆ, ਸਾਨੂੰ ਸੋਹਣਾ ਬਣਾਉਂਦੀ ਹੈ ਗੁਰਬਾਣੀ। ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਬਿਲਕੁਲ, ਸਾਡਾ ਜੀਵਨ ਸਾਡਾ ਆਚਰਨ ਸੋਹਣਾ ਬਣਾਉਂਦੀ ਹੈ। ਜਦੋਂ ਗੁਰਬਾਣੀ ਸਾਡੇ ਔਗੁਣ ਸਾਹਮਣੇ ਕਰਦੀ ਆ ਤਾਂ ਫਿਰ ਸਾਨੂੰ ਉਹ ਚੰਗਾ ਨਹੀਂ ਲੱਗਦਾ। ਜਿਹੜਾ ਗ੍ਰੰਥੀ ਸਤਨਾਮ ਵਾਹਿਗੁਰੂ ਜਪਜੀ ਸਾਹਿਬ ਦਾ ਪਾਠ ਕਰਤਾ, ਸ਼ਾਮ ਨੂੰ ਰਹਿਰਾ ਸਾਹਿਬ ਕਰਤੀ, ਸੇਵਾ ਕਰਦੀ, ਬਸ ਠੀਕ ਆ, ਨਾ ਕੋਈ ਗੁਰਬਾਣੀ ਕਹਿੰਦੀ ਕਿ ਨਾ ਉਹ ਦੱਸਿਆ ਸਾਡਾ ਇਤਿਹਾਸਕ ਪੱਖ ਕੀ ਆ, ਨਾ ਉਹ ਦੱਸਿਆ ਨਾ ਬੱਚਿਆਂ ਨੂੰ, ਉੱਥੇ ਇਤਰਾਜ਼ ਹੀ ਕੀ ਹੈ ਗ੍ਰੰਥੀ? ਜੇ ਪ੍ਰਬੰਧਕ ਆਇਆ, ਪ੍ਰਬੰਧਕ ਨੂੰ ਪਾਣੀ ਦਾ ਗਲਾਸ ਦਿੱਤਾ, ਲਓ ਜੀ ਪ੍ਰਧਾਨ ਜੀ ਪੀਓ, ਫਿਰ ਉੱਥੇ ਵੀ ਕੀ ਇਤਰਾਜ਼? ਕੀ ਇਤਰਾਜ਼ ਆ? ਜਿਵੇਂ ਵੀਰ ਜੀ ਗੁਰਬਾਣੀ ਵੇਖੋ ਮੜੀਆਂ ਕਬਰਾਂ ਪੂਜਾ ਤੋਂ ਮਨਾ ਕਰਦੀ ਆ, ਗੁਰਬਾਣੀ ਵਹਿਮਾਂ ਭਰਮਾਂ 'ਤੇ ਟਾਕਸ ਕਰਦੀ ਆ, ਗੁਰਬਾਣੀ ਇੱਕ ਓਂਕਾਰ ਇੱਕ ਅਕਾਲ ਪੁਰਖ ਦੀ ਗੱਲ ਕਰਦੀ ਆ, ਉਹ ਬੰਦੇ ਗੱਲ ਹੀ ਨਹੀਂ ਕਰਦੇ ਇਸ ਚੀਜ਼ ਦੀ। ਉਹਨਾਂ ਦੇ ਸਾਹਮਣੇ ਮਨਮਤ ਹੋਈ ਜਾਵੇ ਜੀ, ਉਹਨਾਂ ਦੇ ਸਾਹਮਣੇ ਲੋਕ ਵਹਿਮਾਂ ਭਰਮਾਂ 'ਚ ਪਈ ਜਾਣ, ਉਹ ਤਾਂ ਆਪ ਧਾਗਾ ਕਰ ਕਰ ਦੇ ਦਿੰਦੇ ਆ ਜੀ ਵਿੱਚ ਗ੍ਰੰਥੀ। ਆਲੋ ਆ ਸਹੀ, ਹੁਣ ਆਪਾਂ ਇਹ ਪੱਖ 'ਤੇ ਆ ਗਏ ਗ੍ਰੰਥੀ ਸਿੰਘਾਂ ਦੇ, ਜਿਹੜੇ ਆ ਧਾਗੇ ਪੇੜਾ, ਹਾਂਜੀ ਕਈ ਗ੍ਰੰਥੀ ਪੇੜੇ ਕਰਕੇ ਵੀ ਦਿੰਦੇ ਆ, ਧਾਗੇ ਕਰਕੇ ਵੀ ਦਿੰਦੇ ਆ, ਕਿ ਦਿਨ ਵੀ ਕੱਢ ਕੇ ਦਿਨ ਕੱਢ ਕੇ ਦਿੰਦੇ। ਹਾਂਜੀ ਵੀਰ ਜੀ ਬਿਲਕੁਲ। ਇਹ ਕੀ ਹੈ ਫਿਰ? ਮਤਲਬ ਫਿਰ ਵੀਰ ਜੀ ਤੁਸੀਂ ਮੇਰੀ ਬੇਨਤੀ ਸੁਣੋ ਵੀਰ ਜੀ, ਜਿਹੜਾ ਗ੍ਰੰਥੀ ਸਿੰਘ ਗੁਰੂ ਨਾਲ ਬੇਵਫਾਈ ਕਰ ਰਿਹਾ ਉਹ ਰੁਲੂਗਾ ਕਿ ਨਹੀਂ ਰੁਲੂਗਾ ਤੁਸੀਂ ਦੱਸੋ? ਉਹ ਫਿਰ ਰੋਂਦੇ ਆ ਜੀ, ਸਾਨੂੰ ਪੁੱਛ ਨਹੀਂ ਰਿਹਾ ਜੀ ਕੋਈ ਕੁਛ, ਅਸੀਂ ਸਿੱਖੀ ਛੱਡ ਜਾਣੀ ਹੈ ਜੀ, ਅਸੀਂ ਆਪਦੇ ਬੱਚਿਆਂ ਨੂੰ ਗ੍ਰੰਥੀ ਨਹੀਂ ਬਣਾਉਣਾ ਜੀ। ਉਹ ਭਲਿਓ ਮੇਰੇ ਭਰਾਵੋ, ਤੁਸੀਂ ਗੁਰੂ ਨਾਲ ਵਫਾਦਾਰੀ ਨਿਭਾਓ, ਜੋ ਗੁਰੂ ਕਹਿੰਦਾ ਉੱਤੇ ਪਹਿਰਾ ਦਿਓ। ਮੈਂ ਲਿਖ ਕੇ ਦਿੰਦਾ ਜੀ, ਤੁਸੀਂ ਰੋਲ ਨਹੀਂ ਸਕੋਗੇ, ਗੁਰੂ ਤੁਹਾਡੀ ਬਾਂਹ ਫੜੂਗਾ, ਤੁਸੀਂ ਸਾਨੂੰ ਤਾਂ ਲੈ ਕੇ ਜਾਓਗੇ, ਜਾਊਗਾ ਗੁਰੂ ਸਾਨੂੰ। ਬਿਲਕੁਲ, ਜਦੋਂ ਅਸੀਂ ਗੁਰੂ ਦੇ ਉਲਟ ਕਰ ਰਹੇ ਹਾਂ ਨਾ, ਫਿਰ ਇੱਦਾਂ ਦਾ ਮਾਹੌਲ ਬਣਦਾ ਗਾ ਵੀ ਮੈਂ ਬਿਮਾਰ ਹੋ ਗਿਆ ਜੀ, ਮੇਰਾ ਕੋਈ ਇਲਾਜ ਨਹੀਂ ਕਰਾ ਰਿਹਾ ਜੀ, ਜਾਂ ਇੱਦਾਂ ਜੀ ਮੈਨੂੰ ਕੋਈ ਗੁਰਦੁਆਰਾ ਸਾਹਿਬ ਨਹੀਂ ਰੱਖ ਰਿਹਾ ਜੀ, ਜਾਂ ਮੈਂ ਆਪਦੇ ਬੱਚਿਆਂ ਨੂੰ ਗ੍ਰੰਥੀ ਨਹੀਂ ਬਣਾਉਣੀ, ਬਾਅਦ 'ਚ ਫਿਰ ਇਹ ਮੁਸ਼ਕਲਾਂ ਆਉਂਦੀਆਂ। ਅਤੇ ਜਿਹੜੇ ਗੁਰੂ ਨਾਲ ਵਫਾ ਨਿਭਾਉਂਦੇ ਆ ਉਹਨਾਂ ਨੂੰ ਨਹੀਂ ਆਉਂਦੀਆਂ ਜੀ। ਬਿਲਕੁਲ ਸੱਚ ਹੈ, ਜੇ ਕੋਈ ਉਹ ਚੜ੍ਹਦੀ ਕਲਾ 'ਚ ਹੀ ਰਹਿੰਦੇ ਆ, ਗੁਰੂ ਉਹਨਾਂ 'ਤੇ ਹਮੇਸ਼ਾ ਕਿਰਪਾ ਕਰਦਾ। ਆਪਾਂ ਗੱਲ ਕਰਦੇ ਪਏ ਸੀ, ਤੁਸੀਂ ਗ੍ਰੰਥੀ ਸਿੰਘ ਦੀ ਡਿਊਟੀ ਛੱਡੀ ਜਿਹੜੀ, ਉਹ ਆਪਣੀ ਉਹ ਫਿਰ ਕਾਰਨ ਇਹੀ ਬਣਿਆ ਵੀਰ ਜੀ ਵੀ ਮਤਲਬ ਆਪਾਂ ਖੁੱਲ੍ਹ ਕੇ ਕਲਾਸਾਂ ਲਾਉਣੀਆਂ ਚਾਹੁੰਦੇ ਸੀਗੇ, ਕਿਉਂਕਿ ਮੈਂ ਤੁਹਾਨੂੰ ਬੇਨਤੀ ਕੀਤੀ ਵੀ ਗ੍ਰੰਥੀ ਸਿੰਘ ਦੀ ਡਿਊਟੀ ਬੜੀ ਸਖਤ ਆ। ਹਾਂਜੀ, ਹੁਣ ਮੈਂ ਆਪਣੇ ਘਰ ਕੰਮ ਕਾਰ ਸ਼ੁਰੂ ਕਰ ਰੱਖਿਆ ਜੀ, ਇੱਕ ਆਟਾ ਚੱਕੀ ਲਾ ਲਈ, ਇੱਕ ਕਰਿਆਨੇ ਦੀ ਦੁਕਾਨ ਆ ਜੀ। ਅੱਛਾ, ਅਤੇ ਥੋੜ੍ਹਾ ਜਿਹਾ ਆਪਣੇ ਕੋਲ ਅਕਾਲ ਪੁਰਖ ਵਾਹਿਗੁਰੂ ਨੇ ਆਪਦੇ ਖਾਣ ਯੋਗਿਆਂ ਵਾਸਤੇ ਥੋੜ੍ਹਾ ਜਿਹਾ ਵਾਹਣ ਵੀ ਦਿੱਤਾ, ਜ਼ਮੀਨ ਥੋੜ੍ਹੀ ਜਿਹੀ ਅੱਧਾ ਕੁ ਕਿੱਲਾ, ਉਹਦੇ 'ਚ ਸ਼ੌਂਕ ਨਾਲ ਕਿਤੇ ਕੋਈ ਖਾਣ ਨੂੰ ਦਾਣੇ ਬੀਜ ਲੈਂਦੇ ਹਾਂ, ਕਿਤੇ ਕੋਈ ਸਬਜ਼ੀ ਲਾ ਲੈਂਦੇ ਹਾਂ, ਅਤੇ ਬਾਕੀ ਜਿਹੜੀਆਂ ਕਲਾਸਾਂ ਗੀਆਂ ਹੁਣ ਮੈਂ ਮਾਇੰਡ ਫਰੀ ਹੋ ਕੇ ਲਾਉਣਾ ਜੀ, 2 ਘੰਟੇ ਲੱਗ ਜਾਣ, ਘੰਟਾ ਲੱਗ ਜਾਏ। ਕਿੱਥੇ ਲਾਉਣੇ, ਕਿੱਥੋਂ ਕਲਾਸਾਂ? ਹੁਣ ਜੀ ਸਰਦਾਰੀਆਂ ਯੂਥ ਚੈਰੀਟੇਬਲ ਟਰੱਸਟ ਵੱਲੋਂ ਦਾਸ ਨਾਲ ਸੰਪਰਕ ਕੀਤਾ ਗਿਆ ਸੀਗਾ, ਮੈਂ ਸੰਗਤ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਮੈਂ ਤਨਖਾਹ ਨਹੀਂ ਲੈਂਦਾ ਜੀ ਕਲਾਸਾਂ ਦੀ ਕੋਈ ਵੀ। ਓਕੇ, ਟਰੱਸਟ ਨੇ ਕਿਹਾ ਵੀ ਤੁਸੀਂ ਕਲਾਸਾਂ ਲਾਓ ਜੀ, ਅਸੀਂ ਬੱਚਿਆਂ ਨੂੰ ਨਾਮ ਜਿਹੜੇ ਆ ਉਪਲਬਧ ਕਰਾਵਾਂਗੇ, ਅਸੀਂ ਥੋੜ੍ਹੀ ਸਪੋਰਟ ਕਰਾਂਗੇ, ਤੁਹਾਡੇ ਪਿੱਛੇ ਖੜੇ ਹਾਂ। ਅਤੇ ਉਹਨਾਂ ਨੇ ਇੱਕ ਲਹਿਰ ਸ਼ੁਰੂ ਕੀਤੀ ਹੈ, ਜੀਵਤ ਕਈ ਹਜ਼ਾਰ, ਜੀਵਤ ਕਈ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਨਾ, ਜਦੋਂ ਮਾਤਾ ਸੁੰਦਰੀ ਜੀ ਨੇ ਆ ਕੇ ਪੁੱਛਿਆ ਸੀ ਮਹਾਰਾਜ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਹਾਂਜੀ, ਤਾਂ ਉੱਥੇ ਆਪਣੇ ਵੱਲ ਹੀ ਹੱਥ ਕਰਕੇ ਕਿਹਾ ਸੀ, ਇਹਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁੱਤ ਚਾਰ, ਚਾਰ ਮੋਏ ਤੋਂ ਕਿਆ ਹੋਆ, ਜੀਵਤ ਕਈ ਹਜ਼ਾਰ, ਜੀਵਤ ਕਈ ਹਜ਼ਾਰ। ਵੀਰ ਜੀ ਮੈਂ ਇਹ ਸਮਝਦਾ ਵੀ ਸਾਡੇ ਵੱਲ ਹੱਥ ਕਰਕੇ ਮਹਾਰਾਜ ਨੇ ਕਿਹਾ ਸੀ ਮੇਰੇ ਹਜ਼ਾਰਾਂ ਪੁੱਤ ਜਿਉਂਦੇ ਆ, ਜਦੋਂ ਸਾਡੇ ਨੌਜਵਾਨ ਪੁੱਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ ਘੂਣ ਮੁਣ ਹੋ ਕੇ, ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਂਦੇ ਨਹੀਂ ਹੋਣਗੇ ਵੀ ਇਹਨਾਂ ਲੇਖਾਂ ਤੋਂ ਮੈਂ ਆਪਦੇ ਪੁੱਤ ਬਾਰੇ? ਪਰ ਜਦੋਂ ਉਹ ਸਿੱਖੀ ਸਰੂਪ 'ਚ ਆ ਗਏ, ਜਾਂ ਅਸੀਂ ਛੋਟਿਆਂ ਨੂੰ ਸਿੱਖੀ ਸਰੂਪ 'ਚ ਲੈ ਆਉਂਦਾ, ਜਦੋਂ 7 ਸਾਲ ਦਾ ਬੱਚਾ ਦਸਤਾਰ ਸਜਾ ਕੇ ਜਾਂ ਕੇਸ ਵਾਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜਾਂਦਾ ਹੋਊਗਾ, ਤਾਂ ਗੁਰੂ ਸਾਹਿਬ ਇਹ ਕਹਿੰਦੇ ਹੋਣਗੇ ਮੇਰਾ ਫਤਿਹ ਸਿੰਘ ਆਉਂਦਾ, ਹਾਂਜੀ ਉਹ ਮੇਰਾ ਜੋਰਾਵਰ ਸਿੰਘ ਆਉਂਦਾ ਹੈਗਾ, ਉਹ ਮੇਰਾ ਜੁਝਾਰ ਸਿੰਘ ਆਉਂਦਾ, ਉਹ ਮੇਰਾ ਅਜੀਤ ਸਿੰਘ ਆਉਂਦਾ।
ਤਾਂ ਕਰਕੇ ਇਹ ਲਹਿਰ ਜਿਹੜੀ ਸ਼ੁਰੂ ਕੀਤੀ ਆ ਵੀ ਨੌਜਵਾਨਾਂ ਨੂੰ ਆਪਾਂ ਯਾਦ ਕਰਾਈਏ ਵੀ ਸਾਡੇ ਕੰਨੀ ਹੱਥ ਕਰਕੇ ਮਹਾਰਾਜ ਨੇ ਕਿਹਾ ਸੀ ਅਤੇ ਆਪਾਂ ਪਤਤ ਪੁਨਾ ਛੱਡ ਕੇ ਕੇਸਾਂ ਦੀ ਸੰਭਾਲ ਕਰੀਏ, ਅੰਮ੍ਰਿਤਧਾਰੀ ਹੋਈਏ, ਬਾਣੀ ਪੜ੍ਹਨੀ ਸ਼ੁਰੂ ਕਰੀਏ। ਬਿਲਕੁਲ, ਕਿਉਂਕਿ ਬਾਣੀ ਨੇ ਹੀ ਸਾਡਾ ਜੀਵਨ ਬਣਾਉਣਾ, ਬਾਣੀ ਨੇ ਸਾਨੂੰ ਸਟਰੋਂਗ ਬਣਾਉਣਾ, ਬਾਣੀ ਨੇ ਹੀ ਸਾਨੂੰ ਮਨਮਤ ਵੱਲ ਜਾਣ ਤੋਂ ਰੋਕਣਾ। ਗੁਰਬਾਣੀ 'ਚ ਇਹ ਤਾਕਤ ਹੈ, ਗੁਰਬਾਣੀ ਸਾਨੂੰ ਸਟਰੋਂਗ ਬਣਾਉਂਦੀ ਆ, ਜੀਵਨ ਜਿਉਣ ਦੀ ਜਾਂਚ ਤਰੀਕਾ ਦੱਸ। ਹਾਂਜੀ ਹਾਂਜੀ, ਉਹ ਕਲਾਸਾਂ ਦਾ ਕਰਕੇ ਫਿਰ ਮੈਂ ਡਿਊਟੀ ਛੱਡੀ ਜੀ। ਅੱਛਾ, ਮੇਨ ਕਾਰਨ ਜਿਹੜਾ ਡਿਊਟੀ ਛੱਡਣ ਦਾ ਉਹ ਬੱਚਿਆਂ ਦੀਆਂ ਕਲਾਸਾਂ ਹੁਣ ਆਪਾਂ ਲਾ ਰਹੇ ਹਾਂ ਜੀ, ਲਗਾਤਾਰ ਚੱਲ ਰਹੀਆਂ। ਤੀਸਰਾ ਕੈਂਪ ਪਿੰਡ ਗਿੱਦੜ ਚੱਲ ਰਿਹਾ ਜੀ, ਉਸ ਤੋਂ ਬਾਅਦ ਸਾਡੇ ਪਿੰਡ ਗੰਗਾ ਜੀ, ਫਿਰ ਨਿਓਰ ਪਿੰਡ ਕੈਂਪ, ਇਹ ਫਿਰ ਅਲੱਗ ਅਲੱਗ ਪਿੰਡਾਂ ਦੇ ਵਿੱਚ ਚੱਲ ਰਹੇ ਹੈ। ਹਾਂਜੀ, ਉਹਨਾਂ ਪਿੰਡਾਂ ਵਾਲਿਆਂ ਦਾ ਵੀ ਧੰਨਵਾਦ ਹੈ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ, ਜਿੱਥੇ ਚੰਗੇ ਸਿਹਰਦ ਵੀਰ ਬੈਠੇ ਆ, ਉਹ ਕਹਿੰਦੇ ਵੀ ਆਓ ਅਸੀਂ ਬੱਚੇ ਅਨਾਊਂਸਮੈਂਟ ਕਰਾਂਗੇ, ਬੱਚੇ ਲੈ ਕੇ ਆਵਾਂਗੇ, ਪੜ੍ਹਾ ਕੇ ਜਾਓ ਸਾਡੇ ਬੱਚਿਆਂ ਨੂੰ। ਇੱਕ ਹੋਰ ਪੱਖ ਦੱਸਾਂ ਵੀਰ ਜੀ ਮੈਂ, ਵੀ ਬੱਚਿਆਂ ਨੂੰ ਸਿੱਖਣ ਪ੍ਰਤੀ ਬੜਾ ਉਤਸ਼ਾਹ। ਹਾਂਜੀ, ਸਾਡੀ ਕੌਮ ਦੇ ਬੱਚੇ ਸਿੱਖਣਾ ਚਾਹੁੰਦੇ ਆ, ਜਾਣਨਾ ਚਾਹੁੰਦੇ ਆ ਵੀ ਸਾਡਾ ਇਤਿਹਾਸ ਕੀ ਹੈ, ਸਾਡਾ ਗੁਰੂ ਕੀ ਕਹਿੰਦਾ ਗਾ, ਸਾਡਾ ਵਿਰਸਾ ਕੀ ਹੈ। ਜਦੋਂ ਉਹਨਾਂ ਨੂੰ ਦੱਸੀਦਾ ਉਹ ਹੈਰਾਨ ਹੁੰਦੇ ਆ। ਅਤੇ ਵੇਖੋ ਹੁਣ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਹੈ ਜੀ ਕੈਂਪਾਂ 'ਚ, ਵੇਖੋ ਸਿੱਖ ਧਰਮ 'ਚ ਵਹਿਮਾਂ ਭਰਮਾਂ ਨੂੰ ਕੋਈ ਥਾਂ ਨਹੀਂ, ਪਰ ਜੇ 100 ਬੱਚਾ ਆਇਆ ਨਾ ਜੀ, ਤਾਂ 50 ਬੱਚਿਆਂ ਦੇ ਮਤਲਬ ਆਪਣਾ ਗੁੱਟਾਂ 'ਤੇ ਅਤੇ ਡੌਲੇ 'ਤੇ ਅਤੇ ਗਿੱਟਿਆਂ 'ਤੇ ਤਾਗੇ ਬੰਨੇ ਆ। ਅੱਛਾ, ਕਿਸੇ ਦੇ ਲਾਲ ਰੰਗ ਦਾ, ਕਿਸੇ ਦੇ ਕਾਲੇ ਰੰਗ ਦਾ, ਕਿਸੇ ਦੇ ਸੱਤ ਰੰਗਾ ਤਾਗਾ। ਕੋਈ ਕਹਿੰਦਾ ਜੀ ਮੈਂ ਬਾਬਾ ਜੀ ਤੋਂ ਅਖੰਡ ਪਾਠ ਵੇਲੇ ਇੱਥੇ ਰੱਖ ਕੇ ਇੱਥੋਂ ਲੈ ਕੇ ਗਿਆ। ਇਹ ਚੀਜ਼ਾਂ ਭਾਈ ਸਾਹਿਬ ਬਹੁਤ ਵਾਰੀ ਮੰਨ ਲਓ ਸਾਹਮਣੇ ਆਉਂਦੀਆਂ। ਮੈਂ ਵੀ ਇੱਕ ਵਾਰੀ ਕੀ ਕੀਤਾ ਨਾ ਕਿ ਇੱਦਾਂ ਕਿਸੇ ਥਾਂ 'ਤੇ ਪ੍ਰਚਾਰ ਕਰਨ ਗਏ, ਕੋਈ ਸਿੰਘ ਮਿਲਿਆ ਅਤੇ ਮੈਂ ਕਿਹਾ ਰਾਹ ਤਾਂ ਗਾਹ ਕੀ ਬੰਨੀ ਫਿਰਦਾ, ਮੈਂ ਮੇਰੀ ਆਦਤ ਹੁੰਦੀ ਹੈ ਮੈਂ ਫੜ ਲੈਂਦਾ ਉਹ ਫੜ ਕੇ, ਜਿਵੇਂ ਨਾਲੇ ਤੋਂ ਉਹਦੇ ਨਾਲ ਗੱਲਾਂ ਕਰੀ ਜਾਈਦੀਆਂ, ਨਾਲੇ ਤੋੜ ਦੇਈਦਾ। ਉਹ ਮੈਂ ਐਂ ਕਰਦਾ ਕਰਦਾ ਤੋੜ, ਜਿਵੇਂ ਤੋੜਨ ਲੱਗੇ, ਉਹ ਬਾਬਾ ਜੀ ਤੋੜੋ ਨਾ ਤੋੜੋ ਨਾ, ਇਹ ਤਾਂ ਖੰਡ ਪਾਠ ਵਾਲਾ ਧਾਗਾ। ਮੈਂ ਕਿਹਾ ਭਰਾਵਾ ਖੰਡ ਪਾਠ 'ਚ ਕਿੱਥੇ ਲਿਖਿਆ ਕਿ ਧਾਗਾ ਬੰਨਣਾ ਤੂੰ? ਇਹ ਵਾਲੇ ਧਾਗੇ ਵਾਲੀ ਕਹਾਣੀ ਵੀ ਥੋੜ੍ਹੀ ਜਿਹੀ ਆਪਾਂ ਜੇ ਸਾਂਝੀ ਕਰ ਲਈਏ। ਤੁਸੀਂ ਗ੍ਰੰਥੀ ਸਿੰਘ ਹੋ ਆ, ਮੈਂ ਪਿੰਡਾਂ 'ਚ ਆਮ ਹੀ ਜਿਹੜੀ ਇਹ ਚੀਜ਼ ਚੱਲਦੀ। ਮੈਂ ਤੁਹਾਨੂੰ ਬੇਨਤੀ ਕਰਦਾ, ਮੈਂ ਬੱਚਿਆਂ ਨੂੰ ਜੀ ਇੱਕ ਨਾ ਐਗਜੈਂਪਲ ਦੇ ਕੇ ਸਮਝਾਉਣਾ ਹੁੰਦਾ। ਇੱਕ ਮੈਨੂੰ ਬੇਟੀ ਮਿਲੀ, ਮੈਨੂੰ ਕਹਿੰਦੀ ਬਾਬਾ ਜੀ ਤੁਹਾਡੇ ਸਮਝਾਉਣ ਦਾ ਤਰੀਕਾ ਬੜਾ ਵਧੀਆ। ਮੈਂ ਜੀ ਬੱਚਿਆਂ ਨੂੰ ਕਿਹਾ ਬੇਟਾ ਵੀ ਤੁਸੀਂ ਸਵੇਰੇ ਸਕੂਲ ਜਾਂਦੇ ਹੋ, ਸਾਰੇ ਕਹਿੰਦੇ ਸੀ ਜਾਂਦੇ ਹਾਂ, ਬਹੁਤ ਔਖਾ ਲੱਗਦਾ ਨਾ ਰੋਜ਼ ਨਹਾਉਣਾ, ਤਿਆਰ ਹੋਣਾ, ਸਕੂਲ ਜਾਣਾ। ਸਾਰੇ ਬੱਚੇ ਕਹਿੰਦੇ ਹਾਂਜੀ ਔਖਾ ਲੱਗਦਾ। ਮੈਂ ਪੁੱਤ ਜੇ ਸੌਖਾ ਕਰ ਦਈਏ। ਅੱਛਾ, ਵੀ ਸਾਨੂੰ ਸੌਖਾ ਕਰ ਦਈਏ, ਵਧੀਆ ਗੱਲ ਨਹੀਂ ਵੀ ਇੰਨੀ ਸਾਇੰਸ ਨੇ ਤਰੱਕੀ ਕਰੀ ਆ ਵੀ ਇੱਦਾਂ ਦੇ ਹੱਲ ਹੈਗੇ ਆ। ਸਾਰੇ ਬੱਚੇ ਨੇ ਹੱਥ ਖੜਾ ਕਰ ਲਿਆ, ਬਾਬਾ ਜੀ ਹਾਂ ਸੌਖਾ ਕਰ ਦਿਓ। ਮੈਂ ਕਿਹਾ ਵੀ ਤੁਸੀਂ ਸਵੇਰੇ ਐਂ ਕਰਿਓ, ਤੁਹਾਡੀਆਂ ਜਿਹੜੀਆਂ ਇੱਕ ਤਾਂ ਪਾਣੀ ਦੀ ਬੋਤਲ ਲੈ ਲਿਓ, ਇੱਕ ਤੁਸੀਂ ਸੱਤ ਰੰਗਾ ਤਾਗਾ, ਕਾਲਾ ਕਾਲੇ ਰੰਗ ਦਾ ਜਾਂ ਲਾਲ ਰੰਗ ਦਾ ਜੋ ਵੀ ਤੁਸੀਂ ਹੈ ਨਾ ਤਾਗਾ ਲੈ ਲਿਓ, ਉਹ ਤੁਸੀਂ ਬੈਨ 'ਤੇ ਰੱਖ ਦਿਓ ਅਤੇ ਅੱਗੇ ਬੈਨ ਵਾਲਿਆਂ ਨੂੰ ਕਹਿੰਦੇ ਵੀ ਟੀਚਰ ਤੱਕ ਪਹੁੰਚਦਾ ਕਰਦੇ ਇਹ, ਅਤੇ ਟੀਚਰ ਨੂੰ ਤੁਸੀਂ ਕਹਿਣਾ ਜੀ ਤੁਸੀਂ ਆਪਦੇ ਜਿਹੜਾ ਟੇਬਲ ਆ ਮੇਜ 'ਤੇ ਰੱਖ ਕੇ ਪਾਣੀ ਦੀ ਬੋਤਲ ਤਾਗੇ ਨੂੰ, ਅਤੇ ਉਹਦੇ 'ਤੇ ਸਾਰਾ ਲੈਕਚਰ ਦੇਣਾ, ਮੈਥ ਵਾਲਾ, ਇੰਗਲਿਸ਼ ਵਾਲਾ, ਸਮਾਜਿਕ ਵਾਲਾ, ਜੋ ਜੋ ਮੈਨੂੰ ਪੜ੍ਹਾਉਣਾ ਉਹਨੂੰ ਪੜ੍ਹਾ ਦੇਣਾ, ਅਤੇ ਬਾਅਦ ਵਿੱਚ ਉਹ ਕਿ ਉਹ ਜਿਹੜਾ ਤਾਗ ਆ ਉਹ ਮੈਂ ਗੁੱਟਣਾ ਬੰਨ ਲੈਣਾ ਅਤੇ ਪਾਣੀ ਮੈਂ ਪੀ ਲੈਣਾ, ਅਤੇ ਜਿਹੜਾ ਕੁਛ ਟੀਚਰ ਨੇ ਜਿਹੜੇ ਸਬਜੈਕਟ 'ਤੇ ਪੜ੍ਹਾਇਆ ਉਸ ਉਹਨੂੰ ਪੜ੍ਹਾਈ ਆਉਣ ਲੱਗ ਜਾਓ। ਬੱਚੇ ਕਹਿੰਦੇ ਬਾਬਾ ਜੀ ਐਂ ਤਾਂ ਨਹੀਂ ਆਉਣ ਲੱਗਦੀ, ਉਹ ਤਾਂ ਜਾਣਾ ਪੈਂਦਾ ਸਕੂਲ ਸਾਨੂੰ। ਫਿਰ ਉੱਥੇ ਕਹੀਦਾ ਪੁੱਤ ਜਿਹੜਾ ਤੁਸੀਂ ਅਖੰਡ ਪਾਠ ਸਾਹਿਬ 'ਤੇ ਧਾਗਾ ਰੱਖਿਆ ਗਾ ਉਹ ਬਾਣੀ ਧਾਗੇ 'ਚ ਨਹੀਂ ਵੜੀ, ਉਹ ਆਹ ਖੋਪੜ 'ਚ ਪਾਉਣ ਵਾਸਤੇ ਆ ਬਾਣੀ। ਬਾਣੀ ਅਸੀਂ ਮਨ 'ਚ ਵਸਾਉਣੀ ਸੀਗੀ, ਮਨ ਸਮਝਾਵਣ ਕਾਰਨੇ ਕਛੁਕ ਪੜ੍ਹੀਏ ਗਿਆਨ, ਬਾਣੀ ਸਾਡੇ ਪੜ੍ਹਨ ਵਾਸਤੇ ਸੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰ ਕੇ ਪਿਆਰੇ ਗਾਵੋ ਸੱਚੀ ਬਾਣੀ। ਬਿਲਕੁਲ ਜੀ, ਬਾਣੀ ਧਾਗਿਆਂ ਵਾਸਤੇ ਥੋੜ੍ਹਾ ਸੀਗੀ। ਫਿਰ ਦੂਜੀ ਬੇਨਤੀ ਇਹ ਕੀਤੀ ਬੱਚਿਆਂ ਨੂੰ ਵੀ ਅਸੀਂ ਟੀਚਰ ਕੋਲ ਜਾਗੀ ਤਿਆਰ ਹੋ ਕੇ, ਆਪਾਂ ਕਹਿੰਦੇ ਹਾਂ ਗੁੱਡ ਮੋਰਨਿੰਗ ਮੈਮ, ਗੁੱਡ ਮੋਰਨਿੰਗ ਸਰ, ਅਤੇ ਟੀਚਰ ਦੀ ਕੁਰਸੀ ਦੇ ਦੁਆਲੇ ਗੇੜਾ ਦੇ ਕੇ ਘਰ ਮੁੜਿਆ ਗਏ, ਆਪਾਂ ਨੂੰ ਪੜ੍ਹਾਈ ਆਉਣ ਲੱਗ ਜੂ? ਕਹਿੰਦੇ ਨਹੀਂ,
ਨਹੀਂ ਬਾਬਾ ਜੀ ਸਾਨੂੰ ਲੈਕਚਰ ਅਟੈਂਡ ਕਰਨਾ ਪੈਂਦਾ, ਟੀਚਰ ਦੀ ਗੱਲ ਸੁਣਨੀ ਪੈਂਦੀ ਆ, ਕਲਾਸ ਲਾਉਣੀ ਪੈਂਦੀ ਆ, ਤੇ ਸਾਡੇ ਸਿੱਖ ਵੀ ਐਂ ਕਰਦੇ ਆ, ਗੁਰਦੁਆਰਾ ਸਾਹਿਬ ਗਏ ਭੱਜੇ ਭੱਜੇ, ਬਾਬਾ ਜੀ ਨੇ ਕਿਹਾ ਬਾਬਾ ਜੀ ਸਾਡੀਆਂ ਮੱਝਾਂ ਨੂੰ ਸੁੱਖ ਸ਼ਾਂਤ ਰੱਖਿਓ, ਸਾਡੇ ਬੱਚਿਆਂ ਨੂੰ ਸੁੱਖ ਸ਼ਾਂਤ ਰੱਖਿਓ, ਸਾਨੂੰ ਮਾਇਆ ਦੇ ਗੱਫੇ ਖੁੱਲ੍ਹੇ ਦੇ ਦਿਓ, ਮੱਥਾ ਟੇਕਿਆ, ਗੁਰੂ ਸਾਹਿਬ ਦੀ ਪਰਿਕਰਮਾ ਕੀਤੀ, ਨਾਲ ਦੀ ਨਾਲ ਮੁੜਿਆ, ਨਾ ਕੀਰਤਨ ਸੁਣਿਆ, ਨਾ ਬਾਣੀ ਸੁਣੀ, ਨਾ ਕਥਾ ਸੁਣੀ, ਬੈਠੇ ਤਾਂ ਹੈ ਨਹੀਂ ਗੁਰੂ ਸਾਹਿਬ ਕੋਲ, ਆਪਾਂ ਕਲਾਸ ਤਾਂ ਲਾਈ ਹੋਈ ਨਹੀਂ, ਗੇੜਾ ਕੱਢੇ, ਗੇੜਾ ਕੱਢ ਕੇ ਮੁੜਿਆ। ਤੇ ਗੁਰੂ ਪਾਤਸ਼ਾਹ ਕਹਿੰਦੇ ਆ ਨਾ ਸਤਿਗੁਰੂ ਜੀ ਬਾਣੀ ਵਿੱਚ ਵੀ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ, ਸਤਿਗੁਰ ਕੀ ਪ੍ਰਤੀਤ ਨਾ ਆਈਆਂ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਹੁਣ ਆਪਾਂ ਤਾਂ ਦੋ ਵਾਰੀ ਜਾਂਦੇ ਹਾਂ ਸਵੇਰੇ ਤੇ ਸ਼ਾਮ, ਤੇ ਗੁਰੂ ਸਾਹਿਬ ਨੇ ਬਕਾਇਦਾ ਲਿਖਤਾ, ਲਾਰਾ ਨਹੀਂ ਲਾਇਆ, ਸੌ ਵਾਰੀ ਆ ਜਾ, ਹਾਂ ਦੇਖੋ ਸਾਨੂੰ ਲਾਰਾ ਨਹੀਂ ਲਾਇਆ ਵੀ ਤੂੰ ਗੁਰਦੁਆਰੇ ਆ ਜੀ ਤੇਰੇ ਸਾਰਾ ਕੁਛ ਤੈਨੂੰ ਦੇ ਦੂੰ, ਕਹਿੰਦੇ ਮੈਂ ਲਾਰਾ ਨਹੀਂ ਲਾਉਂਦੇ ਵੀ ਤੂੰ ਸੌ ਵਾਰੀ ਆ ਜੀ ਤੈਨੂੰ ਕੁਛ ਨਹੀਂ ਮਿਲਣਾ, ਤਾਂ ਵੀ ਨਹੀਂ ਮਿਲਣਾ। ਹਾਂਜੀ, ਜੇ ਤੈਨੂੰ ਗੁਰੂ ਦੇ ਬਚਨ ਤੇ ਯਕੀਨ ਨਹੀਂ ਆਇਆ, ਗੁਰੂ ਦੇ ਬਚਨ ਤੇ ਪ੍ਰਤੀਤ ਨਹੀਂ ਬਣੀ, ਭਰੋਸਾ ਨਹੀਂ ਬਣਿਆ, ਫੇਰ ਨਹੀਂ ਕੁਛ। ਇਹ ਅਸੀਂ ਗਲਤੀ ਕਰਦੇ ਹਾਂ, ਮਤਲਬ ਜਿਵੇਂ ਅਸੀਂ ਬਜ਼ੁਰਗਾਂ ਨੂੰ ਮਿਲਦੇ ਹਾਂ, ਬਾਪੂ ਕਹਿੰਦਾ ਵੀ ਮੈਨੂੰ 25 ਸਾਲ ਹੋ ਗਏ ਗੁਰਦੁਆਰੇ ਜਾਂਦੇ ਨੂੰ, ਮੈਂ ਤਾਂ ਕਦੇ ਨਾਗਾ ਹੀ ਨਹੀਂ ਪਾਇਆ, ਉਹੀ ਬਾਪੂ ਮੜੀ ਤੇ ਮੱਥਾ ਟੇਕਦਾ ਫਿਰਦਾ ਹੁੰਦਾ, ਉਹੀ ਬਾਪੂ ਖੇਤ ਮਤਲਬ ਕਿ ਲੱਸੀ ਪਾਉਂਦਾ ਫਿਰਦਾ ਜਿਹੜਾ 25 ਸਾਲ ਲਗਾਤਾਰ ਗੁਰਦੁਆਰੇ ਗਿਆ, ਨਾਗਾ ਨਹੀਂ ਪਾਇਆ, ਮਤਲਬ ਉਹ ਗੇੜਾ ਮਾਰ ਕੇ ਮੁੜਦਾ ਰਿਹਾ, ਉਹਨੇ ਬਾਣੀ ਤੋਂ ਸਿੱਖਿਆ ਕੁਛ ਨਹੀਂ। ਜੇ ਸਿੱਖਿਆ ਹੁੰਦਾ ਫਿਰ ਉਹ ਮੜੀ ਤੇ ਨਹੀਂ ਜਾਂਦਾ, ਨਾ ਉਹ ਲੱਸੀ ਪਾਉਣ ਜਾਂਦਾ। ਮਤਲਬ ਗੁਰਬਾਣੀ ਵੀਰ ਜੀ ਆਪਾਂ ਪੜ੍ਹ ਕੇ ਕਮਾਉਣੀ ਆ, ਇੰਨਾ ਸੋਹਣਾ ਜੀਵਨ ਬਣਾਉਂਦੀ ਹੈ ਨਾ ਗੁਰਬਾਣੀ, ਵੇਖੋ ਆਪਣੇ ਦਿਮਾਗ ਤੋਂ ਸਾਰਾ ਭਾਰ ਹੀ ਲੈ ਗਿਆ। ਕਈ ਵਾਰੀ ਮੈਨੂੰ ਪੁੱਛ ਲੈਂਦਾ ਬਾਬਾ ਜੀ ਦਿਨ ਕੀ ਅੱਜ, ਮੈਂ ਕਹਿੰਦਾ ਵੀਰ ਜੀ ਮੇਰਾ ਤਾਂ ਯਾਦ ਨਹੀਂ ਯਾਰ, ਸੱਚੀ ਭੁੱਲ ਗਿਆ ਮੈਂ ਤਾਂ, ਨਾ ਸਾਨੂੰ ਮੱਸਿਆ ਯਾਦ ਰੱਖਣੀ ਪੈਂਦੀ ਆ, ਨਾ 10ਵੀਂ ਯਾਦ ਰੱਖਣੀ ਪੈਂਦੀ ਆ, ਨਾ 14 ਯਾਦ ਰੱਖਣੀ ਪੈਂਦੀ ਆ, ਨਾ ਕੋਈ ਗੰਢ ਮੂਲ ਸਰਾਜ ਰੱਖਣੇ, ਕਿੰਨਾ ਦਿਮਾਗ ਤੋਂ ਮਤਲਬ ਕਿ ਬੋਝ ਲੈ ਗਿਆ। ਬਸ ਆਪਦਾ ਸਵੇਰੇ ਉੱਠ ਕੇ ਰੱਬ ਦਾ ਨਾਂ ਲੈ ਕੇ ਨਿਤਨੇਮ ਕਰਕੇ ਆਪਦੇ ਕੰਮ 'ਚ ਹੱਥ ਪਾ ਲੈਂਦੇ ਹਾਂ, ਅਤੇ ਵਧੀਆ ਆਨੰਦ ਨਾਲ ਜ਼ਿੰਦਗੀ ਜਿਉਂਦੇ ਹਾਂ। ਕੋਈ ਭੂਰਾ ਵੀ ਮਤਲਬ ਖੌਫ ਡਰ ਹੀ ਨਹੀਂ ਮਨ ਦੇ ਵਿੱਚ ਐਂ ਵੀ ਐਂ ਹੋ ਜੂਗਾ, ਜਾਂ ਕੋਈ ਬਾਬਾ ਪੂਜਣ ਨੂੰ ਰਹਿ ਗਿਆ, ਜਾਂ ਕੋਈ ਦਿਨ ਮਨਾਉਣ ਨੂੰ ਰਹਿ ਗਿਆ, ਜਾਂ ਕਿਤੇ ਮੱਥਾ ਟੇਕਣ ਨੂੰ ਰਹਿ ਗਏ ਆਪਾਂ, ਅਤੇ ਲੋਕ ਐਂ ਤੁਰੇ ਫਿਰਦੇ। ਬਹੁਤੇ ਤਾਂ ਆਪਣੇ ਸਿੱਖ ਫਿਰ ਮੰਨ ਲਓ ਜਾਂ ਗ੍ਰੰਥੀ ਜਾਂ ਪ੍ਰਬੰਧਕ ਇਹਨਾਂ ਚੀਜ਼ਾਂ 'ਚ ਹੀ ਉਲਝੇ ਆ। ਵੀਰ ਜੀ ਇਹੀ ਤਾਂ ਦੁੱਖ ਆ ਨਾ ਜੀ, ਪ੍ਰਬੰਧਕਾਂ ਨੇ ਵੇਖਿਆ ਨਹੀਂ ਜਿਹੜੇ ਗ੍ਰੰਥੀ ਆਪ ਮਨਮਤ ਕਰਦੇ ਆ, ਜਿਹੜੇ ਗ੍ਰੰਥੀ, ਇੱਕ ਨਾ ਗ੍ਰੰਥੀ ਸਿੰਘ, ਮੈਂ ਪਿੰਡ ਦਾ ਨਾਂ ਨਹੀਂ ਲੈਣਾ ਜੀ, ਗ੍ਰੰਥੀ ਸਿੰਘ ਨੇ 5 ਪਿਆਰਿਆਂ ਕੋਲ ਅਰਦਾਸ ਕਰਵਾਈ, ਕਹਿੰਦਾ ਬਾਬਾ ਜੀ ਮੇਰੇ ਬੇਟੀਆਂ 4 ਅਤੇ ਤੁਸੀਂ ਕਿਰਪਾ ਕਰ ਦਿਓ, ਅਤੇ 5 ਸਿੰਘਾਂ ਨੇ, ਚਲੋ ਗੁਰੂ ਸਾਹਿਬ ਦਾ ਆਪਣਾ ਸਿਧਾਂਤ ਵੀ ਆ ਨਾ, 5 ਸਿੰਘਾਂ ਨੇ ਅਰਦਾਸ ਕੀਤੀ, ਚਲੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹਦੇ ਬੇਟਾ ਹੋਇਆ, ਅਤੇ ਬਾਅਦ ਵਿੱਚ ਬਦਲ ਗਏ ਜੀ, ਕਹਿੰਦਾ ਜੀ ਮੈਨੂੰ ਤਾਂ ਮਲੇਰਕੋਟ ਲੈਣ ਨਹੀਂ ਦਿੱਤਾ ਜੀ ਮੁੰਡਾ ਜੀ, ਉੱਥੇ 2 ਬੋਗ ਚੜ੍ਹਾ ਕੇ ਆਇਆ। ਗ੍ਰੰਥੀ ਸਿੰਘ ਜੀ, ਗ੍ਰੰਥੀ ਸਿੰਘ ਹਾਂਜੀ, ਮਤਲਬ ਗ੍ਰੰਥੀ ਸਿੰਘਾਂ 'ਚ ਬਹੁਤ ਕਮੀਆਂ ਜੀ, ਕੋਈ ਸ਼ੱਕ ਨਹੀਂ, ਮਤਲਬ ਆਪਾਂ ਇੱਕ ਕਹਿ ਦਿੰਦੇ ਹਾਂ ਪ੍ਰਬੰਧਕਾਂ ਨੂੰ ਜੀ, ਗ੍ਰੰਥੀ ਸਿੰਘ ਬਹੁਤ ਘੱਟ ਹੈ ਜਿਹੜੇ ਗੁਰੂ ਦੀ ਬਾਣੀ ਨੂੰ ਕਮਾਉਣ ਵਾਲੇ ਆ, ਪੜ੍ਹ ਕੇ ਮੰਨਣ ਵਾਲੇ ਆ, ਆਪਦੀ ਜ਼ਿੰਦਗੀ 'ਚ ਕਮਾਉਣ ਵਾਲੇ ਆ, ਨਹੀਂ ਤਾਂ ਪੜ੍ਹ ਗੱਡੇ ਲੱਦੀਆਂ ਵਾਲੇ ਜ਼ਿਆਦੇ ਆ ਜੀ। ਫਿਰ ਉੱਥੇ ਜਿਹਨੂੰ ਆਪ ਨਹੀਂ ਪਤਾ, ਜਿਹੜੇ ਟੀਚਰ ਨੂੰ ਆਪ ਨੂੰ ਮੈਥ ਨਹੀਂ ਆਉਂਦਾ, ਬੱਚਿਆਂ ਨੂੰ ਕੀ ਪੜ੍ਹਾ ਦੂਗਾ ਜੀ, ਕੋਈ ਸ਼ੱਕ ਨਹੀਂ। ਹਾਂਜੀ ਹਾਂਜੀ, ਤਾਂ ਕਰਕੇ ਆਪਣੀ ਕੌਮ ਦੇ ਇਹ ਹਾਲਾਤ ਆ ਜੀ। ਸਵੇਰੇ ਸ਼ਾਮ ਮੰਦਰਾਂ 'ਚ ਟੱਲੀਆਂ ਵੱਜੀ ਜਾਂਦੀਆਂ, ਗੁਰੂ ਘਰਾਂ 'ਚ ਸਵੇਰੇ ਸ਼ਾਮ ਨਿਤਨੇਮ ਹੋ ਜਾਂਦਾ, ਬਾਬਾ ਜੀ ਆਪਾਂ ਨੂੰ ਕਹਿ ਕੇ ਕੀ ਗਏ ਨੇ, ਸਿਖਾ ਕੇ ਕੀ ਗਏ ਆ, ਇਹ ਕੋਈ ਨਹੀਂ ਦੱਸ ਰਿਹਾ ਜੀ। ਜੇ ਕੋਈ ਦੱਸਦਾ ਉਹਦਾ ਵਿਰੋਧ ਆ ਜੀ, ਬਿਲਕੁਲ। ਜੇ ਕੋਈ ਦੱਸਦਾ ਇਹ ਵੀ ਗੱਲ ਨਾਲ ਆ, ਜੇ ਕੋਈ ਦੱਸਣ ਦੀ ਕੋਸ਼ਿਸ਼ ਕਰਦਾ ਉਹਦਾ ਵਿਰੋਧ ਉਹਦਾ ਹੁੰਦਾ, ਕੋਈ ਸ਼ੱਕ ਨਹੀਂ। ਹਾਂਜੀ ਦੇਖੋ ਨਾ, ਪਿੰਡ ਪਿੰਡ ਦੀ ਕਹਾਣੀ ਹੈ, ਜਿਹੜਾ ਪਿੰਡ ਦੇ ਵਿੱਚ ਕੋਈ ਜਾਗਰੂਕ ਸਿੰਘ ਉੱਠ ਕੇ ਅੱਗੇ ਗੁਰਬਾਣੀ ਦੀ, ਗੁਰਮਤ ਦੀ, ਮਰਿਆਦਾ ਦੀ ਗੱਲ ਕਰਦਾ ਨਾ, ਉਹਦੇ 'ਤੇ ਤਾਂ ਕੁੱਲ ਮਿਲਾ ਕੇ ਠੱਪਾ ਹੀ ਲੱਗ ਜਾਂਦਾ। ਹਾਂਜੀ ਹਾਂਜੀ, ਸਾਡੇ ਪਿੰਡ ਦੀ ਘਟਨਾ ਮੈਂ ਸੱਚ ਆ, ਮੈਂ ਬੋਲਣ ਤੋਂ ਗਰੇਜ਼ ਨਹੀਂ ਕਰਦਾ ਹੁੰਦਾ,
ਮੈਂ ਸ਼ਰਿਆਂ ਮੈਕ 'ਚ ਵੀ ਕਹਿ ਦਿੰਦਾ ਹੈ ਨਾ, ਆਪਣੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਵਿੱਚ ਲਿਖਿਆ ਵਾ ਕਿ ਜਦੋਂ ਆਨੰਦ ਕਾਰਜ ਹੁੰਦੇ ਆ, ਬੱਚਾ ਅਤੇ ਬੱਚੀ ਨੇ ਖੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਲਾਵਾਂ ਦਾ ਪਾਠ ਸੁਣਨਾ। ਅਤੇ ਮੈਂ ਆਪਣੇ ਪ੍ਰਚਾਰਕ ਦੌਰ ਦੌਰਾਨ ਮੰਨ ਲਓ ਮੈਂ ਵਿੱਚ ਗੱਲ ਰੋਕ ਕੇ ਕਰਨ ਲੱਗ ਪਿਆ ਕਿ ਮੇਰੀ ਆਦਤ ਇਹੀ ਹੈ, ਜਿੰਨੇ ਮੈਂ ਅੱਜ ਤੱਕ ਆਨੰਦ ਕਾਰਜ ਕੀਤੇ ਆ, ਮੈਂ ਮਰਿਆਦਾ ਸਮਝਾਈ ਆ, ਮਰਿਆਦਾ ਸਮਝਾਈ ਆ, ਖੜ੍ਹ ਕੇ ਆਨੰਦ ਕਾਰਜ ਕਰਾਏ ਆ। ਹੈ ਨਾ, ਸਾਡੇ ਪਿੰਡ ਦਾ ਹੀ ਇੱਕ ਮੇਨ ਜਿਹਨੂੰ ਆਪਾਂ ਇਹ ਕਹਿ ਲਾਂਗੇ ਸਿਆਸੀ ਆਗੂ ਜਾਂ ਪਿੰਡ ਦਾ ਮੰਨ ਲਓ ਪ੍ਰਧਾਨ, ਕੁਛ ਵੀ ਕਹਿ ਲਓ, ਹੈ ਨਾ, ਮੈਨੂੰ ਅੱਗਿਓਂ ਗੱਲ ਪਤਾ ਲੱਗੀ ਕਿਸੇ ਕੋਲੋਂ, ਹੁਣ ਦੱਸਣ ਵਾਲੇ ਨੇ ਜਿਹਨੇ ਮੈਨੂੰ ਦੱਸਿਆ, ਹੈ ਨਾ, ਉਹਨੇ ਮੇਰਾ ਮਤਲਬ ਕਿ ਇਹ ਕਹਿ ਲਓ ਕਿ ਪਰਿਵਾਰਕ ਤੌਰ 'ਤੇ ਸਾਡਾ ਜਿਹੜਾ ਪੱਖ ਆ ਉਹਨੂੰ ਟੋਰਚਰ ਕਰਦਿਆਂ ਕਿ ਫਲਾਣਿਆਂ ਦੇ ਮੁੰਡੇ ਨੇ ਜਵਾਕ ਅਤੇ ਜਵਾਕੜੀ ਨੂੰ ਖੜਾਈ ਰੱਖਿਆ, ਖੜਾਈ ਰੱਖਿਆ, ਮਤਲਬ ਇੱਦਾਂ ਦੀ ਚੀਜ਼ ਆ। ਹੈ ਨਾ, ਫਿਰ ਮੈਂ ਉਹ ਜਿਹੜੇ ਵੀ ਭਾਈ ਸਾਹਿਬ ਹੁਣਾਂ ਨੇ ਮੈਨੂੰ ਇਹ ਗੱਲ ਦੱਸੀ ਆ, ਉਹ ਮੇਰੇ ਤੋਂ ਕਹਿੰਦੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਲੈਣ ਆਏ। ਮੈਂ ਉਹਨਾਂ ਨੂੰ ਸਪੈਸ਼ਲ ਕਾਪੀ ਦਿੱਤੀ, ਉਹਨਾਂ ਨੇ ਪੜ੍ਹੀ, ਉਹਨਾਂ ਨੇ ਆਖਿਆ, ਕਹਿੰਦੇ ਮੈਂ ਉਹਨੂੰ ਇਹ ਗੱਲ ਆਖੀ ਸੀ ਕਿ ਯਾਰ ਉਹ ਇੱਦਾਂ ਨਹੀਂ ਕਰ ਸਕਦਾ, ਜੇ ਉਹ ਕੋਈ ਪੱਖ ਉਹਦੇ 'ਚ ਸਹੀ ਹੋਊਗਾ ਤਾਂ ਉਹਨੇ ਇਹ ਗੱਲ ਆਖੀ। ਹਾਂਜੀ, ਮੰਨ ਲਓ ਇੱਦਾਂ ਦੇ ਹਾਲਾਤ ਆ ਸਾਡੇ ਪਿੰਡਾਂ ਦੇ, ਜੇ ਕੋਈ ਪਿੰਡ ਵਿੱਚੋਂ ਉੱਠ ਕੇ ਮੰਨ ਲਓ ਗੁਰਮਤਿ ਦੀ, ਗੁਰਬਾਣੀ ਦੀ, ਮਰਿਆਦਾ ਦੀ ਗੱਲ ਕਿਸੇ, ਇਹ ਆਪਣੇ, ਮੈਂ ਆਪਣੀ ਗੱਲ ਨਹੀਂ ਕਰਿਆ, ਓਵਰਆਲ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਕਰਦਾ ਉਹਦੇ 'ਤੇ ਕਈ ਓਬਜੈਕਸ਼ਨਾਂ, ਕਈ ਧੱਬੇ, ਇੱਥੋਂ ਤੱਕ ਕਿ ਉਹ ਗੁਰਦੁਆਰੇ ਜਾਣਾ ਵੀ ਉਹਦਾ ਬੈਨ ਹੋ ਜਾਂਦਾ। ਹਾਂਜੀ ਬਿਲਕੁਲ ਜੀ, ਬਿਲਕੁਲ, ਇਹ ਚੀਜ਼ਾਂ ਸਾਡੇ ਆਮ ਹੀ ਜਿਹੜੀਆਂ ਕਹਿ ਲਓ ਕਿ ਚੱਲਦੀਆਂ ਵਾ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਵੇਂ ਵੀਰ ਜੀ, ਆਪਾਂ ਬਿਨਾਂ ਕਿਸੇ ਤਨਖਾਹ ਤੋਂ, ਬਿਨਾਂ ਕਿਸੇ ਤੋਂ ਪੈਸੇ ਲਏ ਬੱਚਿਆਂ ਦੀ ਕਲਾਸ ਲਾਉਣੇ ਆ, ਬਹੁਤੇ ਪ੍ਰਬੰਧ ਕਿੱਦਾਂ ਦੇ ਆ ਵੀ ਬਾਬਾ ਜੀ, ਇੱਥੇ ਤਾਂ ਸਾਡੇ ਪਤਾਸੇ ਵੱਧ ਲੱਗਣ ਲੱਗ ਗਏ ਜੀ ਹੁਣ, ਇੱਥੇ ਤਾਂ ਬੱਚਾ ਬੱਚੇ ਰੌਲਾ ਪਾਉਂਦੇ ਆ ਜੀ। ਸਾਡੇ ਬਜ਼ੁਰਗ ਇਹ ਗੱਲਾਂ ਸਮਝਾਉਂਦੇ ਰਹੇ ਆ ਜੀ ਵੀ ਇੱਕ ਬੱਚਾ ਅਤੇ ਬਾਂਦਰ ਜੇ ਚੁੱਪ ਕਰਕੇ ਬੈਠਿਆ ਨਾ ਤਾਂ ਇਹ ਪੱਕੀ ਗੱਲ ਹੈ ਵੀ ਉਹ ਬਿਮਾਰ ਹੈ। ਅੱਛਾ, ਜੇ ਬੱਚਾ ਅਤੇ ਬਾਂਦਰ ਚੁੱਪ ਕਰੇ ਬੈਠਿਆ ਵੀ ਹਿੱਲ ਜੁਲ ਨਹੀਂ ਕਰਦੇ, ਬਸ ਸ਼ਾਂਤ ਬੈਠੇ ਆ ਤਾਂ ਬਿਮਾਰ ਆ ਉਹ, ਬੱਚੇ ਨੇ ਚੌੜ ਕਰਨੀ ਹੈ ਜੀ, ਸ਼ਰਾਰਤ ਕਰਨੀ ਹੈ, ਬਾਂਦਰ ਨੇ ਵੀ ਹਿੱਲ ਜੁਲ ਮੱਟਪੁੱਸੀਆਂ ਮਾਰਨੀਆਂ, ਇਹ ਉਹਨਾਂ ਦੀ ਉਮਰ ਦਾ ਉਮਰ ਦੇ ਵਿੱਚ ਆਉਂਦਾ ਇਹ ਚੀਜ਼, ਹੈ ਨਾ। ਆਪਾਂ ਮਤਲਬ ਕਿ ਬੱਚਿਆਂ ਨੂੰ ਚੌੜ ਤੋਂ ਆਪਾਂ ਰੋਕ ਦਿੰਦੇ ਹੁੰਦੇ ਹਾਂ ਅਤੇ ਉਦੋਂ ਬਾਅਦ ਬੱਚਿਆਂ ਨੇ ਟੱਪਣਾ ਵੀ ਆ, ਨੱਚਣਾ ਵੀ ਆ ਅਤੇ ਪ੍ਰਸ਼ਾਦ ਵੀ ਲੈਣਾ ਹੀ ਆ, ਉਹ ਇਹ ਚੀਜ਼ ਨਹੀਂ ਕਹਿ ਰਹੇ ਵੀ ਸਾਡੇ ਬੱਚੇ ਨਸ਼ਿਆਂ ਤੋਂ ਬਚਣਗੇ, ਜਪਜੀ ਸਾਹਿਬ ਪੜ੍ਹਨ ਲੱਗਣਗੇ, ਨਿਤਨੇਮੇ ਬਣਨਗੇ, ਗੁਰਸਿੱਖ ਬਣਨਗੇ, ਉਹ ਇਹ ਸੋਚਦੇ ਵੀ ਅੱਗੇ 2 ਕਿਲੋ ਪਤਾਸੇ ਰੋਜ਼ ਦੇ ਲੱਗਦੇ ਸੀ, ਉਹਨੂੰ 4 ਕਿਲੋ ਲੱਗਣ ਲੱਗ ਗਿਆ, ਖਰਚਾ ਵੱਧ ਗਿਆ, ਖਰਚਾ ਵੱਧ ਗਿਆ, ਖਰਚੇ ਤੋਂ ਡਰੀ। ਕਿੱਥੇ ਆਪਾਂ ਹਿਸਾਬ ਦੇਵਾਂ, ਕਿੱਥੇ ਕਿਵੇਂ ਮੂੰਹ ਦਿਖਾਵਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ? ਸੱਚੇ ਪਾਤਸ਼ਾਹ ਨੇ ਕਹਿਣਾ ਵੀ ਫਲਾਨਾ ਸਿੰਘ, ਤੈਨੂੰ ਮੈਂ ਮਤਲਬ ਕਿ ਆਹ ਸੇਵਾ ਦਿੱਤੀ ਸੀ ਗੁਰੂ ਘਰ ਦੀ, ਵੀ ਤੂੰ ਉੱਥੇ ਚੌਧਰੀ ਬਣ ਕੇ ਰਿਹਾ, ਫਿਰ ਜੁੱਤੀਆਂ ਨਹੀਂ ਪੈਣਗੀਆਂ ਵੀਰ ਜੀ ਉਹੋ ਜਿਹੇ ਬੰਦਿਆਂ ਦੇ? ਸੇਵਾ ਤਾਂ ਅਸੀਂ ਵੀ ਖੁਦ, ਸਾਡੀ ਵੀ ਜੁੱਤੀਆਂ ਪੈਣਗੀਆਂ ਜੇ ਅਸੀਂ ਗੁਰੂ ਸਾਹਿਬ ਦੇ ਗ੍ਰੰਥੀ ਸਿੰਘ ਬਣ ਕੇ, ਪ੍ਰਚਾਰਕ ਬਣ ਕੇ ਗੁਰੂ ਸਾਹਿਬ ਦੀ ਗੱਲ ਲੁਕੋ ਰਹੇ ਹਾਂ ਜਾਂ ਦੱਸ ਨਹੀਂ ਰਹੇ ਸੰਗਤ ਨੂੰ ਪੂਰਾ ਪ੍ਰੋਪਰ ਜਾਣਕਾਰੀ। ਮਹਾਰਾਜ ਦੀ ਬਾਣੀ 'ਚ ਬਚਨ ਆਉਂਦਾ ਨਾ, ਸਤਿਗੁਰੂ ਜੀ ਕਹਿੰਦੇ ਆ ਵੀ ਆਪਾਂ ਤਾਂ ਕਹਿੰਦੇ ਹਾਂ ਵੀ ਆਪਾਂ ਦਰਸ਼ਨ ਕਰਨੇ ਚਾਹੀਦੇ ਆ ਮਹਾਂਪੁਰਖਾਂ ਦੇ, ਹਰ ਜੀਓ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ, ਜਿਨ ਗੁਰ ਗੋਪਿਆ ਆਪਣਾ ਤੇ ਨਰ ਬਰਿਆਰੀ, ਜਿਹਨੇ ਗੁਰੂ ਦੇ ਗਿਆਨ ਨੂੰ, ਗੁਰੂ ਦੇ ਬਚਨ ਨੂੰ ਲੁਕੋਲਿਆ, ਉਹ ਤਾਂ ਬੁਰੇ ਮਨੁੱਖ ਹੁੰਦੇ ਆ, ਬੁਰੇ ਮਨੁੱਖ ਆ ਬਿਲਕੁਲ, ਤੇ ਉਹਨਾਂ ਦੇ ਤਾਂ ਉਹਨਾਂ ਨੂੰ ਤਾਂ ਮੱਥੇ ਨਹੀਂ ਲਾਉਣਾ ਚਾਹੀਦਾ। ਤੇ ਆਪਾਂ ਜਿਹੜੇ ਗੁਰੂ ਦੇ ਗਿਆਨ ਨੂੰ ਲੁਕਾਉਂਦੇ, ਆਪਾਂ ਕਹਿੰਦੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਚੱਲੇ ਹਾਂ। ਸਹੀ ਗੱਲ ਹੈ, ਗੁਰੂ ਮਹਾਰਾਜ ਦੀ ਬਾਣੀ ਪੜ੍ਹੋ, ਇਹ ਆਪਾਂ ਕੋਲੋਂ ਥੋੜ੍ਹਾ ਵੀਰ ਜੀ ਕਹਿ ਰਹੇ ਹਾਂ। ਗੁਰੂ ਸਾਹਿਬ ਕਹਿੰਦੇ ਮੱਥੇ ਨਾ ਲਾਈਏ ਹੋਏ ਜਿਹਨੂੰ, ਜਿਹੜਾ ਗੁਰੂ ਦੇ ਗਿਆਨ ਨੂੰ ਲੁਕਾਉਂਦਾ ਹੈ, ਗੁਰੂ ਦੇ ਬਚਨ ਨੂੰ ਲੁਕਾਉਂਦਾ ਹੈ। ਗੁਰੂ ਦਾ ਬਚਨ ਸਾਡੇ ਸਾਰਿਆਂ ਦੇ ਭਲੇ ਵਾਸਤੇ ਆ ਵੀਰ ਜੀ, ਬਸ ਜਿਵੇਂ ਇੱਕ ਵਾਰੀ ਕੋਈ ਦਵਾਈ ਕੌੜੀ ਹੁੰਦੀ ਆ, ਹਨਾ, ਆਪਾਂ ਨੂੰ ਲੱਗਦਾ ਵੀ ਔਖੀ ਆ, ਪਰ ਹੈ ਤਾਂ ਉਹ ਭਲਾ ਕਰਦੀ ਆ, ਸਰੀਰ ਦਾ ਭਲਾ ਕਰਦੀ, ਗੁਰੂ ਦਾ ਬਚਨ ਸਭ ਦਾ ਭਲਾ ਕਰਦਾ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤੇ ਇਸ ਦਾ ਬੁਰਾ ਕਿਉਂ ਕਿਉਂ ਹੋਏ ਹੋਏ। ਸੋ ਇਸ ਕਰਕੇ ਬੇਨਤੀ ਇਹ ਸੀ ਵੀ ਆਪਾਂ
ਪਹਿਲਾਂ ਚੰਗੇ ਗ੍ਰੰਥੀਆਂ ਦੀ ਚੋਣ ਕਰੀਏ, ਫਿਰ ਚੰਗੇ ਪ੍ਰਬੰਧਕ ਹੋਣ, ਫਿਰ ਪੰਥ ਦੀ ਚੜ੍ਹਦੀ ਕਲਾ ਹੋਣੀ ਹੈ। ਜਿਹੜਾ ਤੁਸੀਂ ਬੱਚਿਆਂ ਦੀਆਂ ਕਲਾਸਾਂ ਲਾਉਂਦੇ ਹੋ, ਹੈ ਨਾ, ਬੱਚਿਆਂ ਦੀਆਂ ਕਲਾਸਾਂ ਦੇ ਵਿੱਚ ਫਿਰ ਤੁਸੀਂ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ? ਹਾਂਜੀ ਵੀਰ ਜੀ, ਬਹੁਤ ਸੋਹਣਾ ਸਵਾਲ ਤੁਹਾਡਾ ਇਹ। ਇਹ ਜ਼ਰੂਰੀ ਸੀਗਾ, ਮੈਂ ਚਾਹੁੰਦਾ ਸੀ ਵੀ ਤੁਸੀਂ ਮੈਨੂੰ ਪੁੱਛੋ ਇਹ। ਇੱਕ ਹਫ਼ਤੇ ਦਾ ਵੀਰ ਜੀ ਕੈਂਪ ਹੁੰਦਾ। ਪਹਿਲੇ ਹਫ਼ਤੇ ਆਪਾਂ ਬੱਚਿਆਂ ਨੂੰ ਜਿਹੜੀ ਗੁਰਬਾਣੀ ਪੜ੍ਹਨ ਦਾ ਵਿਆਕਰਨ ਦਾ ਤਰੀਕਾ ਗਾ। ਦੇਖੋ ਬੱਚੇ, ਪਤਾ ਜਿਵੇਂ ਆਪਾਂ ਤੀਰਥ ਸ਼ਬਦ ਬੋਲਦੇ ਹਾਂ, ਤੱਤੇ ਨੂੰ ਸਿਹਾਰੀ ਰਾਰਾ, ਥੱਥੇ ਨੂੰ ਵੀ ਸਿਹਾਰੀ ਲੱਗੀ ਆ, ਵਿਆਕਰਨ ਮੁਤਾਬਕ ਉਹਦਾ ਅਰਥ ਬਣ ਜਾਂਦਾ ਵੀ ਤੀਰਥ ਦੇ ਵਿੱਚ ਵਿੱਚ। ਉਹ ਬੱਚੇ ਉਹਨੂੰ ਪੜ੍ਹਦੇ ਆ ਤੀਰਥੇ ਤੀਰਥੇ, ਉਹ ਜਪ ਅਤੇ ਪੱਪੇ ਨੂੰ ਔਂਕੜ ਲੱਗੀ ਆ, ਉਹ ਕਿਉਂ ਪੜ੍ਹਦੇ ਜਪੋ ਜਪੋ, ਉਹ ਸਾਰੀਆਂ ਲਗਾ ਮਾਤਰਾ ਉਚਾਰਨ ਕਰ ਜਾਂਦੇ ਜਿਹੜੇ ਬੱਚੇ ਨਵੇਂ ਆਉਂਦੇ ਆ ਨਵੇਂ। ਸੋ ਬੱਚਿਆਂ ਨੂੰ ਸਭ ਤੋਂ ਪਹਿਲੇ ਦਿਨ ਅਸੀਂ ਮਤਲਬ ਜਿਹੜਾ ਵਿਆਕਰਨ ਨਿਯਮ ਜਿਹੜੇ ਉਹ ਸਮਝਾਉਣੇ ਆ ਵੀ ਪੁੱਤ ਇੱਥੇ ਸਿਹਾਰੀ ਵਿਹਾਰੀ ਸਾਇਲੈਂਟ ਰਹਿੰਦੀ ਹੈਗੀ, ਇਹ ਕਿਸੇ ਮਤਲਬ ਨੂੰ ਲੈ ਕੇ ਲਾਈ ਹੈ, ਇੱਥੇ ਮਤਲਬ ਬਦਲ ਜਾਂਦਾ, ਅਰਥ ਬਦਲ ਜਾਂਦੇ ਆ। ਸੋ ਉਹ ਪਹਿਲੇ ਦਿਨ ਉਹ ਲੱਗ ਜਾਂਦੀ ਹੈ। ਦੂਸਰੇ ਦਿਨ ਅਸੀਂ ਕਲਾਸ ਲਾਉਂਦੇ ਹਾਂ ਜੀ ਪੂਰਾ ਇੱਕ ਸਵਾ ਘੰਟਾ ਨਸ਼ਿਆਂ ਦੇ। ਅੱਛਾ ਜੀ, ਵੀ ਨਸ਼ਿਆਂ ਦੇ ਕੀ ਨੁਕਸਾਨ ਆ, ਬੱਚੇ ਦੇਖੋ ਆਪਦੇ ਆਂਢ ਗੁਆਂਢ 'ਚ, ਆਪਦੇ ਮੰਮੀ ਪਾਪਾ ਨੂੰ ਵੇਖੋ, ਆਪਦੇ ਆਂਢ ਗੁਆਂਢ 'ਚ ਵੇਖੋ ਜਿਹੜੇ ਨਸ਼ੇ ਕਰਦੇ ਆ, ਵੀ ਕਿੰਨੇ ਕਲੇਸ਼ ਨੇ ਉਹਨਾਂ ਦੇ ਘਰੇ, ਕਿਵੇਂ ਉਹਨਾਂ ਦੇ ਕੱਚੇ ਘਰ ਰਹਿ ਗਏ, ਉਹ ਨਵਾਂ ਘਰ ਨਹੀਂ ਪਾ ਸਕੇ, ਕਿਵੇਂ ਉਹਨਾਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਵਿੱਚ ਰਹਿ ਗਈਆਂ, ਕਿਵੇਂ ਉਹ ਠਾਣੋ ਠਾਣੀ ਹੋ ਗਏ, ਕਿਵੇਂ ਦੋਨੇ ਜੀ ਅਲੱਗ ਅਲੱਗ ਰਹਿ ਗਏ, ਬੱਚੇ ਰੁਲ ਗਏ ਉਹਨਾਂ ਦੇ ਸਿਰਫ ਸ਼ਰਾਬ ਕਰਕੇ ਜਾਂ ਹੋਰ ਨਸ਼ਿਆਂ ਕਰਕੇ। ਫਿਰ ਅਗਲੀ ਗੱਲ ਆ ਜਾਂਦੀ ਹੈ ਤੰਬਾਕੂ 'ਤੇ, ਵੀ ਤੰਬਾਕੂ ਦੇ ਜਿੰਨੇ ਵੀ ਪ੍ਰੋਡਕਟ ਬਣੇ ਆ ਉਹ ਆਪਾਂ ਯੂਜ ਨਹੀਂ ਕਰਨੇ। ਗੁਰੂ ਸਾਹਿਬ ਦਾ ਘੋੜਾ ਵੀ ਤੰਬਾਕੂ ਦੇ ਖੇਤ 'ਚ ਨਹੀਂ ਲੰਘਿਆ। ਹੁਣ ਮੈਨੂੰ ਲੱਗਦਾ, ਮੇਰਾ ਖਿਆਲ ਆ ਅੱਧਾ ਪੰਜਾਬ, ਆਪਣਾ ਸਾਰਾ ਪੰਜਾਬ ਅੜੀਸਰ ਸਾਹਿਬ ਜਾਇਆ ਹੋਊਗਾ, ਇੰਨਾ ਮਸ਼ਹੂਰ ਹੋਇਆ ਅੜੀਸਰ ਧੌਲੇ ਕੋਲੇ ਜੀ। ਅਤੇ ਮੈਂ ਬੱਚਿਆਂ ਨੂੰ ਪੁੱਛਿਆ ਵੀ ਬੇਟਾ ਆ ਤੁਹਾਡੇ 'ਚੋਂ ਅੜੀਸਰ ਸਰ ਕੌਣ ਕੌਣ ਗਏ ਆ? ਅੱਧੇ ਬੱਚੇ ਨੇ ਹੱਥ ਖੜੇ ਕਰ ਲਏ ਜੀ, ਬਾਬਾ ਜੀ ਅਸੀਂ ਜਾ ਕੇ ਆਏ। ਮੈਂ ਪੁੱਤ ਅੜੀਸਰ ਸਾਹਿਬ ਦਾ ਇਤਿਹਾਸ ਕੀ ਹੈ? ਬੱਚਿਆਂ ਦੇ ਹੱਥ ਥੱਲੇ ਸੀਗੇ ਜੀ, ਕਿਉਂਕਿ ਵੀਰ ਜੀ ਅਸੀਂ ਇਤਿਹਾਸ ਸਿੱਖਣ ਥੋੜਾ ਗਏ ਹਾਂ ਅੜੀਸਰ ਸਾਹਿਬ, ਅਸੀਂ ਤਾਂ ਆਪਦੇ ਅੜੇ ਵੇ ਕੰਮ ਕਢਾਉਣ ਗਏ ਹਾਂ। ਅਸਲ 'ਚ ਇਤਿਹਾਸ ਤਾਂ ਇਹ ਸੀ ਕਿ ਘੋੜਾ ਅੜਿਆ ਕਿ ਮੈਂ ਤੰਬਾਕੂ ਦੇ ਖੇਤ 'ਚੋਂ ਨਹੀਂ ਲੰਘਣਾ, ਅਸੀਂ ਕੀ ਆ ਕਿ ਸਾਡੇ ਅੜੇ ਕੰਮ ਰਾ ਅੜੇ ਕੰਮ, ਮਤਲਬ ਅਸੀਂ ਮਤਲਬ ਹੀ ਹੋਈਆਂ। ਇਹਨੂੰ ਆਪਾਂ ਸਿੱਧਾ ਇਹ ਕਹੀਏ ਕਿ ਅਸੀਂ ਮਤਲਬ ਹੀ ਹਾਂ, ਅਸੀਂ ਸਿਰਫ ਆਪਦਾ ਮਤਲਬ ਵੇਹਨੇ ਹਾਂ, ਸਾਡਾ ਮਤਲਬ ਕਿੱਥੋਂ ਪੂਰਾ ਹੁੰਦਾ? ਹਾਂਜੀ ਹਾਂਜੀ, ਬਸ ਸਾਨੂੰ ਉਹਦੇ ਤੱਕ ਮਤਲਬ ਆ, ਸਾਨੂੰ ਇਹ ਨਹੀਂ ਕਿ ਇਤਿਹਾਸ ਕੀ ਆ, ਇਤਿਹਾਸ ਅਸੀਂ ਕੀ ਲੈਣਾ। ਹਾਂਜੀ, ਫਿਰ ਜੀ ਬੱਚਿਆਂ ਨੂੰ ਉਹ ਚੀਜ਼ ਸਮਝਾਈ ਦੇ ਵੀ ਜਿਹੜੇ ਤੰਬਾਕੂ ਦੇ ਖੇਤ 'ਚ ਗੁਰੂ ਸਾਹਿਬ ਦਾ ਘੋੜਾ ਨਹੀਂ ਲੰਘਿਆ, ਆਪਾਂ ਉਹ ਤੰਬਾਕੂ ਚਾਹੇ ਉਹ ਚੈਨੀ ਖਾਣੇ ਦੇ ਰੂਪ 'ਚ ਹੈ, ਚਾਹੇ ਬੀੜੀ ਸਿਗਰਟ ਦੇ ਰੂਪ 'ਚ, ਆਪਾਂ ਨਹੀਂ ਵਰਤਣਾ। ਚਾਰ ਬੱਜਰ ਕ੍ਰੈਤਾਂ 'ਚ ਗੁਰੂ ਸਾਹਿਬ ਨੇ ਤੰਬਾਕੂ ਨੂੰ ਸ਼ਾਮਿਲ ਕੀਤਾ, ਉਹ ਸਾਰਾ ਸਮਝਾਇਆ। ਫਿਰ ਵੀਰ ਜੀ ਇੱਕ ਹੋਰ ਚੀਜ਼ ਆ, ਤੁਸੀਂ ਜ਼ਰੂਰ ਮੇਰੀ ਬੇਨਤੀ ਨੂੰ ਸੁਣਿਓ। ਜਿਵੇਂ ਮੰਨ ਲਓ ਵੀ ਪੰਜਾਬ ਅਤੇ ਪੰਜਾਬ ਪਹਿਲਾਂ ਤੋਂ ਹੀ ਮਤਲਬ ਸਰਕਾਰਾਂ ਦੀ ਨਿਗਾਹ 'ਚ ਰੜਕਦਾ ਰਿਹਾ, ਆਪਾਂ ਅਣਖੀ ਹਾਂ, ਸਾਡੇ ਖੂਨ ਦੇ ਵਿੱਚ ਅਣਖ ਹੈ। ਜੇ ਕਿਸਾਨੀ ਮੋਰਚੇ ਦੀ ਗੱਲ ਕਰੀਏ, ਉੱਥੇ ਵੀ ਵੇਖੋ ਸਾਰੀਆਂ ਸਟੇਟਾਂ ਚੁੱਪ ਸੀਗੀਆਂ, ਇੱਕ ਪੰਜਾਬ ਉੱਠਿਆ। ਚਲੋ ਉਹਨਾਂ ਨੇ ਬਾਅਦ 'ਚ ਸਪੋਰਟ ਕੀਤੀ, ਵੱਖਰੀ ਗੱਲ ਹੈ, ਜਿੰਨੇ ਸੰਘਰਸ਼ ਲੜਿਆ ਪੰਜਾਬੀਆਂ ਨੇ ਲੜਿਆ। ਸੋ ਆਪਾਂ ਨੂੰ ਖਤਮ ਕਰਨ ਵਾਸਤੇ ਜਿੱਥੇ ਹੋਰ ਨਸ਼ੇ ਦਿੱਤੇ ਗਏ ਆ, ਇੱਕ ਉਹਨਾਂ ਨੇ ਨਵੀਂ ਚੀਜ਼ ਲਿਆਂਦੀ ਮਾਰਕੀਟ ਦੇ ਵਿੱਚ ਜਿਹਨੂੰ ਆਪਾਂ ਸਟਿੰਗ ਕਹਿੰਦੇ ਆ। ਸਟਿੰਗ ਦੇ ਉੱਤੇ ਤੁਸੀਂ ਪੜ੍ਹਿਓ ਜੀ, ਧਿਆਨ ਨਾਲ ਲਿਖਿਆ ਵਿਆ ਵੀ ਇਹ ਬੱਚੇ ਲਈ ਅਤੇ ਪ੍ਰੈਗਨੈਂਟ ਲੇਡੀ ਜਿਹੜੀ ਆ, ਗਰਭਵਤੀ ਔਰਤ ਜਿਹੜੀ ਆ, ਉਹਦੇ ਵਾਸਤੇ ਇਹ ਮਨਾ ਹੈ, ਬਹੁਤ ਖਤਰਨਾਕ ਖਤਰਨਾਕ ਹੈ ਵੀ ਉਹ ਨਹੀਂ ਪੀਣਾ ਉਹਨੇ। ਪਰ ਦੁਕਾਨਦਾਰ ਵੀਰ ਜਿਹੜੇ ਆ, 12-12 ਸਾਲ ਦੇ ਬੱਚਿਆਂ ਨੂੰ, 10-10 ਸਾਲ ਦੇ ਬੱਚਿਆਂ ਨੂੰ, 14-14 ਸਾਲ ਦੇ ਬੱਚਿਆਂ ਨੂੰ ਦੇ ਰਹੇ ਆ ਉਹ, ਅਤੇ ਧੜਾਧੜ ਬੱਚੇ ਪੀਂਦੇ ਆ। ਵੀਰ ਜੀ ਜਿਹੜਾ ਬੱਚਾ ਲਗਾਤਾਰ ਸਟਿੰਗ 1 ਮਹੀਨਾ ਪੀ ਗਿਆ, 1 ਮਹੀਨਾ ਪੀ ਲਈ ਜਿਹਨੇ ਸਟਿੰਗ, ਉਹਨੂੰ ਤੋੜ ਲੱਗਣੀ ਸ਼ੁਰੂ ਹੋ ਜੂਗੀ। ਉਹ ਐਸੀ ਤੋੜ ਲੱਗੂ, ਉਹਨੂੰ ਫਿਰ ਸਟਿੰਗ ਨੇ ਵੀ ਉਹ ਤੋੜ ਪੂਰੀ ਨਹੀਂ ਕਰਨੀ, ਉਹਨੂੰ ਉਦੋਂ ਉਹਦੀ ਡੋਜ਼ ਵੱਧ ਜਾਣੀ ਆ, ਅੱਗੇ ਨਸ਼ਾ ਚਾਹੀਦਾ, ਫਿਰ ਉਹਨੂੰ ਗੋਲੀਆਂ ਚਾਹੀਦੀਆਂ, ਫਿਰ ਕੈਪਸੂਲ ਚਾਹੀਦੇ ਆ, ਫਿਰ ਉਹ ਅੱਗੇ ਡੋਜ਼ ਵੱਧਦੀ ਵੱਧਦੀ ਚਿੱਟੇ 'ਤੇ ਜਾ ਕੇ ਮੁੱਕ ਜਾਣੀ ਆ। ਜਿਹੜਾ ਬੱਚਾ ਸਟਿੰਗ ਪੀ ਰਿਹਾ, ਸਮਝ ਲਓ ਉਹ ਨਸ਼ਾ ਕਰਨ ਦੀ ਟਿਊਸ਼ਨ ਲੈ ਰਿਹਾ। ਸਾਡੇ ਮਾਂ ਪਿਓ ਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਦਾ,
ਇੰਨੇ ਅਸੀਂ ਅਵੇਸਲੇ ਹਾਂ ਵੀ ਬੱਚੇ ਨੂੰ 20 ਰੁਪਏ ਦੇ ਦੇ ਵੀ ਕੀ ਪੀਤਾ ਉਹਨੇ, ਵੀਰ ਜੀ ਮੇਰੀ ਕਰਿਆਨੇ ਦੀ ਦੁਕਾਨ ਆ। ਜਦੋਂ ਮੇਰੇ ਧਿਆਨ ਚ ਆਈ ਗੱਲ ਇਹ, ਆਪਾਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦੇ ਹਾਂ, ਮੈਂ ਆਪਦੀ 3 ਸਾਲ ਹੋ ਗਏ, 2.5 ਸਾਲ ਹੋ ਗਏ ਆਪਦੀ ਦੁਕਾਨ 'ਤੇ ਸਟਿੰਗ ਸੇਲ ਨਹੀਂ ਕੀਤੀ ਜੀ। ਮੁੰਡੇ ਆਉਂਦੇ ਆ ਮੰਗਦੇ, ਮੈਂ ਸਮਝਾਉਣ ਲੱਗ ਜਾਂਦਾ ਪੁੱਤ ਨਾ ਪੀਓ ਇਹ, ਵੇਚਣੀ ਤਾਂ ਕੀ 2 ਰੁਪਏ ਮੁਨਾਫੇ ਪਿੱਛੇ ਅਸੀਂ ਇੱਕ ਨੌਜਵਾਨ ਨੂੰ ਬੱਚੇ ਨੂੰ ਕਿੰਨੇ ਕਿਰਾਹੇ ਪਾ ਰਹੇ ਹਾਂ, ਕਿੱਥੇ ਲੇਖਾ ਦੇਵਾਂਗੇ ਆਪਾਂ। 18 ਰੁਪਏ ਦੇ ਪਿੱਛੇ ਤੋਂ ਆਈ ਉਹ 20 ਰੁਪਏ ਦੀ ਆਪਾਂ ਦੁਕਾਨਦਾਰ ਨੇ ਵੇਚੀ ਆ, 2 ਰੁਪਈਆਂ ਦੇ ਮਾਰਜਨ ਪਿੱਛੇ ਕਿੱਡੀਆਂ ਕੋਠੀਆਂ ਕਾਰਾਂ ਲੈ ਲਾਂਗੇ ਆਪਾਂ 2 ਰੁਪਏ ਪਿੱਛੇ। ਸਹੀ ਪਰ ਦੇ ਰਹੇ ਆ ਬੱਚਿਆਂ ਨੂੰ ਦੁਕਾਨਦਾਰ ਵੀਰ। ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰੂੰਗਾ, ਸਾਡੇ ਵੀ ਬੱਚੇ ਆ, ਆਪਾਂ ਆਹ ਜ਼ਿੰਦਗੀ ਦੇ ਵਿੱਚ ਜੋ ਕਰਮ ਕਰਦੇ ਹਾਂ, ਜੈਸਾ ਬੀਜੈ ਸੋਲਣਾ, ਕਰਮਾਂ ਸੰਦੜਾ ਖੇਤੀ ਦਾ ਹਿਸਾਬ ਦੇਣਾ ਪੈਣਾ ਵੀਰ ਜੀ। ਸੋ ਪਲੀਜ਼ ਬੇਨਤੀ ਹੈ ਬੱਚਿਆਂ ਨੂੰ ਸਟਿੰਗ ਨਾ ਸੇਲ ਕਰੋ, ਅਤੇ ਮਾਂ ਪਿਓ ਨੂੰ ਬੇਨਤੀ ਹੈ ਵੀ ਸਟਿੰਗ ਤੋਂ ਬਚਾ ਲਓ। ਜਿਹੜਾ ਬੱਚਾ ਸਟਿੰਗ 'ਤੇ ਗੱਜ ਗਿਆ ਉਹ ਨਸ਼ਈ ਬਣੂਗਾ ਹੀ ਬਣੂਗਾ। ਫਿਰ ਅਸੀਂ ਬੱਚਿਆਂ ਨੂੰ ਸਟਿੰਗ ਬਾਰੇ ਦੱਸਦੇ ਹਾਂ ਜੀ ਕਲਾਸ ਵਿੱਚ, ਇਹ ਨਹੀਂ ਪੀਣੀ। ਫਿਰ ਡਰੱਗਸ ਦੇ ਨਸ਼ੇ ਆ ਕੇ ਜਿਹੜੇ, ਉਹਨਾਂ ਬਾਰੇ 1 ਘੰਟਾ ਜਿਹੜਾ ਕਲਾਸ ਦਾ ਜੀ ਦੂਜੇ ਦਿਨ ਦਾ ਉਹ ਨਸ਼ਿਆਂ 'ਤੇ ਲੱਗ ਜਾਂਦਾ ਜੀ। ਬਿਲਕੁਲ ਸਹੀ ਹੈ ਜੀ। ਅਤੇ ਗੁਰੂ ਮਹਾਰਾਜ ਕਿਰਪਾ ਕਰਨ, ਜੇ ਆਪਾਂ 50 ਬੱਚਿਆਂ ਨੂੰ ਦੱਸਿਆ ਜਿਹਦੇ 25 ਤਾਂ ਹਟਣਗੇ ਜੀ। ਜੇ ਆਪਾਂ ਹੁਣ ਕਿਸਾਨ ਫਸਲ ਬੀਜਦਾ, ਸਾਰੇ ਦਾਣੇ ਤਾਂ ਨਹੀਂ ਵੀ ਸਾਰੇ ਹਰੇ ਹੋਏ ਆ, ਕੁਛ ਰਹਿ ਵੀ ਜਾਂਦੇ ਆ, ਕੁਛ ਹੋ ਜਾਂਦੇ ਆ। ਸੋ ਵੀਰ ਜੀ ਅਗਲੇ ਦਿਨ ਫਿਰ ਆਪਾਂ ਵਹਿਮਾਂ ਭਰਮਾਂ 'ਤੇ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਵਹਿਮ ਭਰਮ ਰੱਦ ਕੀਤੇ ਆ ਜੀ, ਗੁਰਬਾਣੀ ਪੜ੍ਹਨੀ ਆ, ਜਿਉਣੀ ਆ, ਜੇ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਮਾਰ ਹੈ ਰੱਖ ਹੈ ਇੱਕੋ ਆਪ, ਮਾਨੁੱਖ ਕਹਿ ਕਿਛ ਨਾਹੀਂ ਹੱਥ। ਫਿਰ ਗੁਰੂ ਸਾਹਿਬ ਕਹਿੰਦੇ ਮਾਤ ਗਰਭ ਮੈਂ ਆਪਣੇ ਸਿਮਰਨ ਦੇ ਤੈ ਤੁਮ ਰੱਖਣਹਾਰੇ। ਜਿਹੜਾ ਪਰਮਾਤਮਾ ਮਾਂ ਦੀ ਕੁੱਖ 'ਚ ਬੱਚੇ ਨੂੰ ਰੱਖਦਾ ਹੈ ਉਹ ਬਾਹਰ ਵੀ ਰੱਖੂਗਾ, ਪਰ ਜਦੋਂ ਬੱਚਾ ਜਨਮ ਲੈਂਦਾ ਉਦੋਂ ਮਾਂ ਉਹਦੇ ਗੁੱਟ 'ਤੇ ਮੌਲੀ ਜ਼ਰੂਰ ਬਣਦੀ ਹੈ, ਧਾਗਾ ਬਣਦੀ ਹੈ ਵੀ ਕਿਉਂ ਵੀ ਮੇਰੇ ਬੱਚੇ ਨੂੰ ਕੁਛ ਹੋ ਨਾ ਜਾਵੇ। ਬਾਬਾ ਜੀ ਰੱਖਿਆ ਦਾ ਜਿਹਨੇ ਅੰਦਰ ਰੱਖਿਆ ਕੀਤੀ, ਜਿਹਨੇ ਅੰਦਰ ਰੱਖਿਆ ਬਾਹਰ ਵੀ ਰੱਖੂਗਾ। ਵੇਖਮ ਥਾਨੋ ਜਿਹਨੇ ਰੱਖਿਆ ਤਿਸ ਤਿਲ ਨਾ ਵਿਸਾਰ, ਗੁਰੂ ਸਾਹਿਬ ਕਹਿੰਦੇ ਕਿੰਨੀ ਔਖੀ ਥਾਂ 'ਚ ਰੱਖਿਆ। ਸੋ ਉਹ ਚੀਜ਼ਾਂ ਦੇ ਜਦੋਂ ਗੁਰਬਾਣੀ ਦੇ ਪ੍ਰਮਾਣ ਦੇ ਕੇ ਬੱਚਿਆਂ ਨੂੰ ਸਮਝਾਈ ਦੇ ਆ ਵੀ ਗੁਰੂ ਸਾਹਿਬ ਕਹਿੰਦੇ ਵੀ ਤੇਰੀ ਰੱਖਿਆ ਕਰਨ ਵਾਲਾ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰਜਾਮੀ, ਤਾਂ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਜੋ ਮੈਂ ਪੁੱਛਦਾ ਵੀ ਬੱਚੇ ਜਿਹਨਾਂ ਨੂੰ ਸਮਝ ਆ ਗਈ ਉਹ ਲਾ ਦਿਓ ਸਾਰਾ ਕੁਛ, ਤਾਂ ਅੱਧੋਂ ਵੱਧ ਬੱਚੇ ਜਿਹੜੇ ਉਹ ਧਾਗੇ ਤਵੀਤ ਲਾ ਕੇ ਮੈਨੂੰ ਫੜਾ ਦਿੰਦੇ ਆ, ਅਤੇ ਦੂਜੇ ਬੱਚਿਆਂ ਨੂੰ ਆਦਤ ਹੁੰਦੀ ਹੈ ਜੀ, ਦੂਜੇ ਬੱਚੇ ਇੱਕ ਦੂਜੇ ਦੇ ਕੂਹਣੀ ਮਾਰ ਕੇ ਕਹਿੰਦੇ ਬਾਬਾ ਜੀ ਇਹਨੇ ਲਾਇਆ ਨਹੀਂ, ਤਾਂ ਫਿਰ ਮੈਂ ਕਹਿੰਦਾ ਪੁੱਤ ਇਹ ਨਹੀਂ ਲਾਉਂਦਾ ਤਾਂ ਇਹਨੂੰ ਨਾ ਲੈਣ ਦਿਓ, ਕਿਉਂਕਿ ਨਹੀਂ ਸਮਝ ਆਈ ਇਹਨੂੰ, ਆਪਾਂ ਧੱਕੇ ਨਾਲ ਨਹੀਂ ਲਾਉਣਾ ਕਿਸੇ ਨੂੰ। ਜੇ ਇਹਦਾ ਜੀ ਕਰਦਾ ਵੀ ਮੈਨੂੰ ਇਹ ਰੱਖਿਆ ਕਰੂ, 5 ਹੋਰ ਬੰਨ ਲਿਆਵੇ ਕੱਲ੍ਹ ਨੂੰ, ਕੱਲ੍ਹ ਨੂੰ ਜਿਹਨੂੰ ਸਮਝ ਆ ਗਈ ਲਾ ਦਿਓ। ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਐਂ ਮਤਲਬ ਕਿੰਨੇ ਕਿੰਨੇ ਢੇਰ ਢੇਰ ਜਿਹੜੇ ਥੱਬਾ ਥੱਬਾ ਜਿਹੜਾ ਤਾਗਿਆਂ ਦਾ ਬੱਚਿਆਂ ਦੇ ਲੁਹਾਉਣੇ ਆ, ਫਿਰ ਦੂਜੇ ਦਿਨ ਅਸੀਂ ਬੱਚਿਆਂ ਨੂੰ ਕੜੇ ਦੇ ਦਿੰਦੇ ਹਾਂ ਜੀ। ਹਾਂਜੀ, ਵੀ ਆਹ ਸਾਨੂੰ ਗੁਰੂ ਸਾਹਿਬ ਨੇ ਆਹ ਦਿੱਤਾ ਕੜਾ, ਓਕੇ ਸਾਨੂੰ ਧਾਗਾ ਥੋੜ੍ਹਾ ਦਿੱਤਾ, ਕੜਾ ਦਿੱਤਾ। ਇੱਕ ਬੱਚੀਆਂ ਨੂੰ ਗੱਲ ਦੱਸੀ ਮੈਂ, ਪੁੱਤ ਤੁਸੀਂ ਸਕੂਲ ਜਾਂਦੇ ਹੋ, ਮੰਨ ਲਓ ਤੁਹਾਨੂੰ ਕੋਈ ਕਿਡਨੈਪ ਕਰਨ ਆ ਗਿਆ, ਕੋਈ ਬੱਚੀਆਂ ਨਾਲ ਸ਼ਰਾਰਤ ਕਰਨ ਲੱਗ ਗਿਆ ਕੋਈ ਬੰਦਾ, ਮਤਲਬ ਕੋਈ ਸ਼ਰਾਰਤੀ ਅਨਸ਼ਰ, ਤੁਸੀਂ ਉਹਦੇ ਧਾਗਾ ਮਾਰੋ ਉਹਦੇ ਪੀੜ ਲੱਗੂ? ਕਹਿੰਦੇ ਬਾਬਾ ਜੀ ਨਹੀਂ, ਅਤੇ ਜੇ ਤੁਹਾਡੇ ਕੜਾ ਪਾਇਆ ਹੋਇਆ ਤੁਸੀਂ ਐਂ ਕਰਕੇ ਉਹਦੇ ਨੱਕ 'ਤੇ ਮਾਰਿਆ ਤਾਂ ਕਿੰਨੀ ਤੁਹਾਡੀ ਰੱਖਿਆ ਕਰੂ, ਕੜੇ ਨੇ ਰੱਖਿਆ ਕਰਨੀ ਹੈ, ਧਾਗੇ ਨੇ ਨਹੀਂ ਰੱਖਿਆ ਕਰਨੀ, ਕੜਾ ਹਥਿਆਰ ਦੇ ਤੌਰ 'ਤੇ ਵੀ ਤੁਸੀਂ ਵਰਤ ਸਕਦੇ ਹੋ। ਬੱਚੀਆਂ ਨੂੰ ਬਹੁਤ ਸਮਝ ਆਉਂਦੀ ਹੈ ਇਸ ਗੱਲ ਦੀ ਵੀ ਹਾਂ ਬਾਬਾ ਜੀ ਅਸੀਂ ਐਂ ਕਰਕੇ, ਮਤਲਬ ਇਹ ਤੂੰ ਹਥਿਆਰ ਦੇ ਤੌਰ 'ਤੇ ਕੜੇ ਦੀ ਵਰਤੋਂ ਕਰ ਸਕਦੀਆਂ ਲੋੜ ਪੈਣ 'ਤੇ, ਲੋੜ ਪੈਣ 'ਤੇ, ਤਾਂ ਫਿਰ ਉਹ ਬੱਚੇ ਜਿਹੜੇ ਆ ਧਾਗੇ ਲਾ ਕੇ ਜੀ ਕੜੇ ਪਾਉਂਦੇ ਆ। ਫਿਰ ਅਗਲੇ ਦਿਨ ਹੁੰਦਾ ਜੀ ਜਪਜੀ ਸਾਹਿਬ ਦੀਆਂ 5 ਪੌੜੀਆਂ ਦੀ ਸੰਥਿਆ,
ਤਾਂ ਕਿ ਉਹਨਾਂ ਨੂੰ ਮੁੱਢਲਿਆ ਜਿਹੜਾ ਉਹ ਜਾਣਕਾਰੀ ਆ ਜਾਵੇ ਵੀ ਜਪਜੀ ਸਾਹਿਬ ਤੋਂ ਵੀ ਵਿਆਕਰਨ ਦਾ ਪਤਾ ਲੱਗ ਜਾਵੇ, ਸ਼ਬਦ ਦਾ ਪਤਾ ਲੱਗ ਜਾਵੇ, ਫਿਰ ਅਸੀਂ ਅਗਲੇ ਦਿਨ ਜਪਜੀ ਸਾਹਿਬ ਦੀ ਸੰਥਿਆ ਕਰਾਉਂਦੇ ਹਾਂ ਜੀ। ਕੁਛ ਕੁ ਜਿਹੜੀਆਂ ਸਮਾਜਿਕ ਕ੍ਰਿਤੀਆਂ ਉਹਨਾਂ 'ਤੇ ਗੱਲਬਾਤ ਹੋ ਜਾਂਦੀ ਆ, ਕੁਛ ਕੁ ਇਤਿਹਾਸ ਪੱਖ ਤੋਂ ਗੱਲ ਹੋ ਜਾਂਦੀ ਆ, ਫਿਰ ਅਸੀਂ ਹਫ਼ਤੇ ਬਾਅਦ ਪੇਪਰ ਲੈ ਕੇ ਐਤਵਾਰ ਨੂੰ ਜਿਹੜਾ ਉਹਦਾ ਰਿਜ਼ਲਟ ਦੇ ਦਿੰਦੇ ਬੱਚਿਆਂ ਨੂੰ। ਇੱਕ ਹਫ਼ਤੇ ਦਾ ਕੈਂਪ ਲਾਉਂਦੇ, ਇੱਕ ਹਫ਼ਤੇ ਦਾ ਕੈਂਪ, ਅਤੇ ਬੱਚਿਆਂ ਨੂੰ ਉਹਦਾ ਰਿਜ਼ਲਟ ਦੇ ਦਿੰਦੇ ਹਾਂ, ਫਿਰ ਰਿਜ਼ਲਟ ਦੇ ਵਿੱਚ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਕਿੰਨਾ ਕੁ ਸਿੱਖਿਆ ਜੀ। ਇਹ ਸਾਡਾ ਜਿਹੜਾ ਕੈਂਪ ਲਾਉਣ ਦਾ ਤਰੀਕਾ ਹੈਗਾ। ਅੱਛਾ, ਇਹ ਤੁਸੀਂ ਫਿਰ ਬੱਚਿਆਂ ਦੀਆਂ ਜਿਹੜੀਆਂ ਕਲਾਸਾਂ ਕੈਂਪ ਦੇ ਤੌਰ 'ਤੇ ਲਾਉਂਦੇ ਆ, ਇਹ ਹਫ਼ਤੇ ਹਫ਼ਤੇ ਬਾਅਦ ਇਹ ਫਿਰ ਰਿਪੀਟ ਵੀ ਹੁੰਦੀਆਂ ਪਿੰਡਾਂ 'ਚ? ਇੱਕ ਮਿੰਟ, ਮੈਂ ਵਿੱਚੋਂ ਗੱਲ ਵਿਸਰ ਗਿਆ ਸੀ ਵੀਰ ਜੀ। ਮਨ ਫਰਜ਼ ਕਰੋ ਜੇ ਬੱਚਿਆਂ ਨੂੰ ਇੱਕ ਵਾਰੀ ਸਮਝਾਤਾ ਤਾਂ ਬਹੁਤ ਵਾਰੀ ਪਤਾ ਕੀ ਹੁੰਦਾ, ਸਾਡਾ ਮਨ ਇੱਦਾਂ ਦਾ ਜੀ, ਅਸੀਂ ਕੁਛ ਚੀਜ਼ ਸਿੱਖ ਲਈ, ਉਦੋਂ ਬਾਅਦ ਕਿਸੇ ਹੋਰ ਮਾਹੌਲ 'ਚ ਚਲੇ ਗਏ, ਉਹ ਫਿਰ ਭੁੱਲ ਜਾਂਦੇ ਹਾਂ, ਹੋਰ ਮਾਹੌਲ 'ਚ ਚਲੇ ਗਏ ਭੁੱਲ ਜਾਂਦੇ ਹਾਂ। ਤਾਂ ਅਸੀਂ ਕੀ ਕੀਤਾ ਜੀ, ਸਰਦਾਰੀਆਂ ਟਰੱਸਟ ਨੇ ਕੀ ਕੀਤਾ, ਉਹ ਕਹਿੰਦੇ ਵੀਰ ਜੀ ਤੁਸੀਂ ਕਲਾਸਾਂ ਲਾ ਕੇ ਆਫਲਾਈਨ ਇੱਕ ਹਫ਼ਤਾ, ਜਿੰਨੇ ਬੱਚੇ ਆਏ ਉਹਨਾਂ ਦਾ ਵਟਸਐਪ ਗਰੁੱਪ ਬਣਾ ਕੇ ਉਹਨਾਂ ਦੀਆਂ ਫਿਰ ਆਨਲਾਈਨ ਕਲਾਸਾਂ ਵੀ ਲਾਉਣਗੇ, ਤਾਂ ਕਿ ਉਹ ਲਗਾਤਾਰ ਸਾਡੇ ਟੱਚ ਵਿੱਚ ਰਹਿਣ, ਸੰਪਰਕ 'ਚ ਰਹਿਣ, ਸਾਡੇ ਨਾਲ ਜੁੜੇ ਰਹਿਣ। ਫਿਰ ਉਹ ਸਾਰੇ ਪਿੰਡਾਂ ਦੇ, ਤਿੰਨ ਪਿੰਡਾਂ ਦੇ ਵਟਸਐਪ ਗਰੁੱਪ ਬਣੇ ਆ ਜੀ, ਸ਼ਾਮ ਨੂੰ ਉਹਨਾਂ ਦੀ ਡੇਲੀ ਫਿਰ ਅਸੀਂ ਆਨਲਾਈਨ ਕਲਾਸ ਵੀ ਲਾਉਂਦੇ ਹਾਂ। ਅਤੇ ਇਹ ਫਿਰ ਜਿੰਨਾ ਇਹ ਤੁਸੀਂ ਵਰਕ ਕਰ ਰਹੇ ਹੋ, ਇਹ ਅਲੱਗ ਅਲੱਗ ਪਿੰਡਾਂ ਦੇ ਵਿੱਚ ਆ ਕੇ ਜਾਂ ਤਿੰਨ ਕੁ ਪਿੰਡ ਹੀ ਰੱਖੇ ਆ? ਨਹੀਂ, ਸਾਰੇ ਪਿੰਡਾਂ 'ਚ ਜਾਣਾ ਸੀ, ਬਠਿੰਡਾ ਜ਼ਿਲ੍ਹਾ ਕਵਰ ਕਰਨਾ ਸਾਰਾ ਜੀ। ਅੱਛਾ, ਸਾਰਾ ਬਠਿੰਡਾ। ਮੈਂ ਸੰਗਤ ਨੂੰ ਬੇਨਤੀ ਵੀ ਕਰਦਾ, ਜਿਹੜੇ ਵੀਰ ਗੁਰੂ ਨੂੰ ਪਿਆਰ ਕਰਦੇ ਆ, ਪੰਜਾਬ ਨੂੰ ਪਿਆਰ ਕਰਦੇ ਆ, ਪੰਥ ਨੂੰ ਪਿਆਰ ਕਰਦੇ ਆ, ਉਹਨਾਂ ਸਾਰੇ ਕਲੱਬਾਂ ਵਾਲੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਾਲੇ, ਸਤਿਕਾਰ ਕਮੇਟੀਆਂ ਵਾਲੇ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਆ। ਸਰਕਾਰਾਂ ਬਦਲ ਬਦਲ ਦੇਖ ਲਈਆਂ, ਹੋਰ ਬੜੇ ਤਰੀਕੇ ਅਪਣਾ ਕੇ ਵੇਖ ਲਏ ਅਸੀਂ ਵੀ ਕੋਈ ਨਸ਼ੇ ਬੰਦ ਕਰ ਦੇਵੇ, ਕੋਈ ਨਸ਼ਿਆਂ ਤੋਂ ਸਾਡੀ ਜਵਾਨੀ ਨੂੰ ਬਚਾ ਲਵੇ। ਭਰਾਵੋ, ਇੱਕੋ ਹੀ ਤਰੀਕਾ ਬਚਿਆ, ਜੇ ਤੁਸੀਂ ਆਪਦੇ ਧੀ ਪੁੱਤ ਨੂੰ ਨਸ਼ੇ ਤੋਂ ਬਚਾਉਣਾ ਆ ਤਾਂ ਉਹਨੂੰ ਗੁਰਬਾਣੀ ਦੇ ਲੜ ਲਾ ਦਿਓ, ਆਪਦੇ ਧੀ ਪੁੱਤ ਦੀ ਬਾਂਹ ਗੁਰੂ ਗ੍ਰੰਥ ਸਾਹਿਬ ਨੂੰ ਫੜਾ ਦਿਓ, ਫਿਰ ਤੁਹਾਡਾ ਬੱਚਾ ਸੇਫ ਹੈ। ਅਤੇ ਨਹੀਂ ਬੱਸੇ ਇੱਥੇ ਐਡਾ ਦਰਿਆ ਵਗਿਆ ਹੋਇਆ, ਸੋ ਸਾਥ ਦਿਓ ਸਾਡਾ, ਪਿੰਡਾਂ ਦੇ ਵਿੱਚ ਤੁਸੀਂ ਬੱਚੇ ਇਕੱਠੇ ਕਰੋ, ਕੋਈ ਤੁਹਾਡੇ ਤੋਂ ਤਨਖਾਹ ਨਹੀਂ ਲੈਣੀ, ਕੋਈ ਪੈਸਾ ਨਹੀਂ ਲੈਣਾ, ਕੈਂਪ ਦਾ ਖਰਚਾ ਨਹੀਂ ਲੈਣਾ, ਅਸੀਂ ਫਰੀ ਸੇਵਾ ਵਿੱਚ ਆਵਾਂਗੇ। ਮੇਰੇ ਨਾਲ ਵੀਰ ਗੁਰਮੀਤ ਸਿੰਘ ਜੀ ਪਿੰਡ ਦੱਲੂ ਵਾਲੇ ਤੋਂ, ਉਹ ਵੀ ਸਾਥ ਦੇ ਰਹੇ ਆ ਨਾਲ ਨਾਲ। ਆਉਣ ਵਾਲੇ ਮਹੀਨੇ 'ਚ ਉਹਨਾਂ ਨੇ ਪੱਕੇ ਤੌਰ 'ਤੇ ਮਤਲਬ ਕਿ ਇੱਕ ਦੋ ਪਿੰਡ ਉਹਨਾਂ ਨੂੰ ਸਮਾਵਾਂਗੇ। ਸੋ ਇਸ ਕਰਕੇ ਬੇਨਤੀ ਆ ਵੀ ਵੱਧ ਤੋਂ ਵੱਧ ਕਮੇਟੀਆਂ ਇਹ ਕੰਮ ਕਰੋ ਜਿਹੜਾ ਆਪਣੇ ਕਰਨ ਵਾਲਾ, ਆਪਾਂ ਨਵੀਂ ਜਨਰੇਸ਼ਨ ਨੂੰ ਸਾਂਭ ਗਏ, ਇਹਨਾਂ ਨੇ ਵੱਡੇ ਹੋ ਕੇ ਸਰਪੰਚ ਬਣਨਾ, ਇਹਨਾਂ ਨੇ ਵੱਡੇ ਹੋ ਕੇ MLA ਬਣਨਾ, ਇਹਨਾਂ ਨੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਬਣਨਾ। ਜੇ ਬੱਚੇ ਸਾਡੇ ਗੁਰਬਾਣੀ ਨਾਲ ਜੁੜੇ ਹੋਣਗੇ ਤਾਂ ਵੇਖੋ ਫਿਰ ਕਿੰਨਾ ਸੋਹਣਾ ਸਮਾਜ ਬਣੂ ਸਾਡਾ। ਜੇ ਇੱਕ ਧੀ ਗੁਰਬਾਣੀ ਨਾਲ ਜੁੜੀ ਹੋਊਗੀ ਤੇ ਗਾਹਾਂ ਕਿੰਨੀਆਂ ਕੋਲਾਂ ਸੁਧਰ ਜਾਣਗੀਆਂ। ਜਿਹੜੀ ਬੱਚੀ ਨੇ ਅੱਜ ਕੈਂਪ ਚੋਂ ਮੌਲੀ ਲਾਤੀ, ਧਾਗਾ ਲਾਤਾ, ਕੀ ਉਹ ਆਪਦੇ ਬੱਚਿਆਂ ਦੀ ਗਾਹਾਂ ਧਾਗਾ ਬੰਨੂਗੀ? ਨਹੀਂ ਬੰਨੂਗੀ। ਤਾਂ ਕਰਕੇ ਪਿਆਰੋ, ਇਹ ਜ਼ਰੂਰੀ ਕੰਮ ਹੈ ਵੀ ਇੱਥੋਂ ਆਪਾਂ ਵੇਚ ਲੈਣਾ ਹੋਈਏ, ਬੱਚਿਆਂ ਨੂੰ, ਨਵੀਂ ਜਨਰੇਸ਼ਨ ਨੂੰ ਗੁਰਬਾਣੀ ਨਾਲ ਜੋੜੀਏ ਤੇ ਇਹਨਾਂ ਨੂੰ ਦੱਸੀਏ ਵੀ ਆਹ ਗਲਤ ਆ ਪੁੱਤ, ਆਹ ਸਹੀ ਹੈ। ਇਹਦੇ ਵਿੱਚ ਫਿਰ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਨੇ ਜਿੱਦਾਂ ਤੁਸੀਂ ਗੁਰਬਾਣੀ ਦੇ ਕੈਂਪ ਲਾਉਂਦੇ ਆ ਜਾਂ ਬੱਚਿਆਂ ਦੀਆਂ ਕਲਾਸਾਂ ਲਾਉਂਦੇ ਆ, ਕੁਛ ਪਿੰਡਾਂ ਵੱਲੋਂ ਜਾਂ ਪ੍ਰਬੰਧਕਾਂ ਵੱਲੋਂ ਮੁਸ਼ਕਲਾਂ? ਵੀਰ ਜੀ, ਹਜੇ ਤੱਕ ਤਾਂ ਨਹੀਂ ਕੋਈ ਮੁਸ਼ਕਲ ਆਈ। ਪਿੰਡ ਨਥਾਣਾ ਬਹੁਤ ਵਧੀਆ ਪਿੰਡ ਆ, ਮੈਂ ਇੱਥੇ ਡਿਊਟੀ ਕੀਤੀ ਆ, ਬਹੁਤ ਪਿਆਰ ਕਰਦੇ ਨਥਾਣੇ ਪਿੰਡ 'ਚ। ਇਹ ਖਾਸੀਅਤ ਹੈ ਜੀ, ਸੱਚਾ ਬੰਦਾ ਹੋਵੇ, ਸਹੀ ਗੱਲ ਕਰਨ ਵਾਲਾ ਹੋਵੇ, ਕੋਈ ਸੱਚ ਦੀ ਗੱਲ ਕਰਨ ਵਾਲਾ ਹੋਵੇ, ਚੰਗਾ ਕੰਮ ਹੋਵੇ, ਉਹਨੂੰ ਵੱਧ ਚੜ੍ਹ ਕੇ ਸਪੋਰਟ ਕਰਦੇ ਆ। ਅੱਛਾ, ਨਾਲ ਮੇਰੇ ਗੁਆਂਢੀ ਪਿੰਡ ਨਾਥਪੁਰਾ, ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਸਹਿਯੋਗ ਦਿੱਤਾ, ਹੁਣ ਗਿੱਦੜ ਪਿੰਡ ਹੈ ਜੀ, ਅਜੇ ਤੱਕ ਤਾਂ ਨਹੀਂ ਆਈ। ਜੇ ਕਿਤੇ ਆਈ ਤਾਂ ਗੁਰੂ ਸਾਹਿਬ ਆਪ ਹੀ, ਮੈਂ ਵਿਸ਼ਵਾਸ ਆ ਗੁਰੂ ਸਾਹਿਬ 'ਤੇ, ਆਪ ਹੀ ਕਿਰਪਾ ਕਰਕੇ ਉਹੋ ਜਿਹਾ ਹੋਰ ਮਾਹੌਲ ਬਣਾ ਦੇਣਗੇ। ਪਰ ਅਸੀਂ ਜਾਣਾ ਹਰੇਕ ਪਿੰਡ 'ਚ ਹੈ, ਕਿਸੇ ਪਿੰਡ ਘੱਟ ਬੱਚੇ ਹੋਣਗੇ, ਕਿਸੇ ਪਿੰਡ ਵੱਧ ਹੋਣਗੇ। ਜਿੱਥੇ ਪ੍ਰਬੰਧਕ ਸਹਿਯੋਗ ਦਿੰਦੇ ਆ, ਸਤਿਕਾਰ ਕਮੇਟੀਆਂ ਵਾਲੇ ਨੌਜਵਾਨ ਸਹਿਯੋਗ ਦਿੰਦੇ ਆ, ਉੱਥੇ 100-100 ਬੱਚਾ ਹੋ ਜਾਂਦਾ। ਜਿੱਥੇ ਪ੍ਰਬੰਧਕ ਸਹਿਯੋਗ ਨਹੀਂ ਦਿੰਦੇ, ਉੱਥੇ ਚਲੋ 20-50 ਬੱਚੇ ਰਹਿ ਜਾਂਦੇ, ਇੰਨਾ ਕੁ ਫਰਕ ਪੈ ਜਾਂਦਾ। ਹਾਂਜੀ, ਫਿਰ ਲਾਵਾਂਗੇ ਅਸੀਂ ਸਾਰੇ ਪਿੰਡਾਂ 'ਚ ਹੀ।
ਬਿਲਕੁਲ ਇਹ ਤਾਂ ਜਿਹੜਾ ਕਲਾਸਾਂ ਵਾਲਾ ਮੈਟਰ ਆ ਨਾ, ਇਹ ਤਾਂ ਹਰ ਇੱਕ ਗ੍ਰੰਥੀ ਭਾਵੇਂ ਆਪਣੇ ਪਿੰਡ 'ਚ ਡਿਊਟੀ ਕਰਦਾ ਹੋਇਆ ਵੀ ਸ਼ਾਮ ਨੂੰ ਇੱਕ ਘੰਟਾ ਬੱਚਿਆਂ ਨੂੰ ਪੜ੍ਹਾ ਸਕਦਾ। ਬਿਲਕੁਲ ਜੀ ਬਿਲਕੁਲ, ਇੱਥੋਂ ਤੱਕ ਹੋਣਾ ਚਾਹੀਦਾ ਕਿ ਸਵੇਰ ਦਾ ਨਿਤਨੇਮ, ਜਾਂ ਕਈ ਪਿੰਡਾਂ 'ਚ ਹੈ ਆ ਕਿ ਸ਼ਾਮ ਦਾ ਨਿਤਨੇਮ ਬੱਚੇ ਕਰਦੇ ਆ, ਗੁਰੂ ਸਾਹਿਬ ਦੀ ਸੇਵਾ, ਸੌਖ ਆਸਣ ਦੀ ਸੇਵਾ ਬੱਚੇ ਕਰਦੇ ਆ ਪਿੰਡਾਂ ਦੇ ਵਿੱਚ, ਜਿਹੜੇ ਗ੍ਰੰਥੀ ਸਿੰਘਾਂ ਨੇ ਇੱਦਾਂ ਦਾ ਮਾਹੌਲ ਬਣਾਇਆ। ਵੈਰੀ ਗੁੱਡ ਵੀਰ ਜੀ, ਕਿੰਨੀ ਸੋਹਣੀ ਗੱਲ ਆ ਵੀ ਬੱਚੇ ਨਿਤਨੇਮ ਕਰ ਰਹੇ ਆ, ਸਿੱਖ ਆਸਣ ਕਰ ਰਹੇ ਆ, ਕਿੰਨਾ ਉਹਨਾਂ ਨੂੰ ਅੰਦਰੋਂ ਖੁਸ਼ੀ ਮਹਿਸੂਸ ਹੁੰਦੀ ਆ। ਪਰ ਵੀਰ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਇੱਦਾਂ ਦੇ ਲੋਕ, ਸ਼ਰਾਰਤੀ ਲੋਕ ਆ ਨਾ, ਉਹ ਇਹਦੇ 'ਤੇ ਵੀ ਕਿੰਤੂ ਪ੍ਰੰਤੂ ਕਰਦੇ ਵੀ ਲਓ ਜੀ ਬਾਬੇ ਦੀ ਡਿਊਟੀ ਸੀ, ਆਪ ਨੇ ਨਿਤਨੇਮ ਕੀਤਾ, ਉਹਨੇ ਆਹ ਜਵਾਕਾਂ ਨੂੰ ਲਾ ਛੱਡਿਆ ਜੀ, ਵੀ ਜੇ ਬੱਚੇ ਲੱਗਣਗੇ ਜੀ। ਅਸੀਂ ਵੀ ਛੋਟੇ ਹੁੰਦੇ ਲੱਗੇ ਹਾਂ, ਮੈਂ ਚੌਥੀ ਕਲਾਸ 'ਚ ਪੜ੍ਹਦਾ ਸੀ ਜਦੋਂ ਬਾਬਾ ਜੀ ਕੋਲ ਸੰਥਿਆ ਲਈ ਆ। ਜਿਹੜੇ ਛੋਟੇ ਬੱਚੇ ਗੁਰਬਾਣੀ ਨਾਲ ਜੁੜਦੇ ਆ ਉਹ ਮਤਲਬ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਜਾਂਦੇ ਆ, ਵੱਡਿਆਂ ਨੂੰ ਮੋੜਨਾ ਬਹੁਤ ਮੁਸ਼ਕਲ ਆ ਜੀ। ਜਿਹੜਾ ਬੰਦਾ ਇੱਕ ਵਾਰ ਮਤਲਬ ਜਵਾਨ ਹੋ ਕੇ ਕਿਸੇ ਪਾਸੇ ਗਲਤ ਸੰਗਤ 'ਚ ਪੈ ਗਿਆ ਉਹਨੂੰ ਬਹੁਤ ਮੁਸ਼ਕਲ ਨਾਲ ਲਿਆਉਣਾ ਪੈਂਦਾ। ਪਰ ਜੇ ਆਪਾਂ ਜਿਵੇਂ ਆਪਾਂ ਸਿਆਣੇ ਕਹਿੰਦੇ ਵੀ ਨਰਮ ਨਗਰ ਲਗਰ ਜਿਹੜੀ ਆ ਉਹਨੂੰ ਪੇਂਦ ਕੀਤਾ ਜਾ ਸਕਦਾ, ਵੱਡੇ ਮੁੱਢ ਨੂੰ ਥੋੜ੍ਹਾ ਪੇਂਦ ਕਰ ਸਕਦੇ ਆਪਾਂ। ਬਿਲਕੁਲ ਬਿਲਕੁਲ, ਇਹ ਨਰਮ ਲਗਰਾਂ ਗੀਆਂ, ਇਹਨਾਂ ਨੂੰ ਆਪਾਂ ਹੁਣ ਤੋਂ ਪੇਂਦ ਕਰੀਏ, ਇਹਨਾਂ ਨੂੰ ਆਪਾਂ ਚਾਹੇ ਚੋਰ ਬਣਾ ਦਈਏ ਚਾਹੇ ਸਾਧ ਬਣਾ ਦਈਏ, ਇਹ ਮਾਂ ਪਿਓ ਦੇ ਸਾਰੇ ਆ ਅਤੇ ਪ੍ਰਬੰਧਕ ਕਮੇਟੀਆਂ ਦੇ ਸਾਰੇ ਆ। ਜੇ ਪ੍ਰਬੰਧਕ ਚਾਹੁੰਦੇ ਆ ਪੰਥ ਦੀ ਚੜ੍ਹਦੀ ਕਲਾ ਹੋਵੇ, ਕੌਮ ਦੀ ਚੜ੍ਹਦੀ ਕਲਾ ਹੋਵੇ, ਜੇ ਆਪਾਂ ਸਮਝਦੇ ਹਾਂ ਵੀ ਸਿੱਖ ਪੰਥ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਆ ਅਤੇ ਆਪਾਂ ਉਹਦੇ ਮੈਂਬਰ ਹਾਂ, ਤਾਂ ਇਕੱਲਾ ਇਕੱਲਾ ਆਪਦੀ ਜ਼ਿੰਮੇਵਾਰੀ ਸਮਝ ਕੇ ਆਪਣੇ ਤਰੀਕੇ ਨਾਲ ਯੋਗਦਾਨ ਪਾਵੇ। ਇਹ ਨਹੀਂ ਵੀ ਅਸੀਂ ਲਾਉਣੀਆਂ ਸਾਡੇ ਥਰੂ, ਤੁਸੀਂ ਆਪਣੇ ਤੌਰ 'ਤੇ ਕਲਾਸਾਂ ਲਾ ਸਕਦੇ ਹੋ, ਕੋਈ ਗ੍ਰੰਥੀ ਸਿੰਘ ਲਾਵੇ, ਕੋਈ ਪ੍ਰਚਾਰਕ ਲਾਵੇ, ਕੋਈ ਪ੍ਰਬੰਧਕ ਕਮੇਟੀ ਜਿਹੜੀ ਪ੍ਰਬੰਧ ਕਰੇ, ਸਾਰੇ ਪਿੰਡਾਂ 'ਚ ਇਹ ਹੁਣ ਅਸੀਂ ਸਾਰੇ ਪੰਜਾਬ 'ਚ ਤਾਂ ਜਾ ਨਹੀਂ ਸਕਦੇ ਜੀ। ਹਾਂਜੀ ਬਿਲਕੁਲ, ਹੈ ਨਾ ਜੀ। ਇਹ ਚੀਜ਼ ਹੈ ਨਾ ਜਿਹੜਾ ਆਪਣਾ ਅੱਜ ਤੁਹਾਡੇ ਨਾਲ ਪੋਡਕਾਸਟ ਕਰਨਾ, ਮਤਲਬ ਵੀ ਇਹ ਆ ਕਿ ਜਿਹੜੀ ਇਹ ਜੋ ਤੁਸੀਂ ਕਰ ਰਹੇ ਹੋ ਗੱਲਬਾਤ ਅੱਗੇ ਜਾਊਗੀ ਅਤੇ ਇਹ ਅਵੇਅਰਨੈਸ ਆਊਗੀ। ਹਾਂਜੀ ਹਾਂਜੀ ਹਾਂਜੀ, ਮਤਲਬ ਇਹ ਚੀਜ਼ ਨੂੰ ਮੈਂ ਲਾਸਟ 'ਤੇ ਵੀ ਕਰੂੰਗਾ ਅਤੇ ਪਰ ਹੁਣ ਵੀ ਇਹ ਕਹਿੰਦਾ ਕਿ ਆਹ ਜਿਹੜੀ ਗੱਲਬਾਤ ਇਹਨੂੰ ਸ਼ੇਅਰ ਤਾਂ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਕਿ ਹਰੇਕ ਤੱਕ ਪਹੁੰਚੇ, ਇਹਨੂੰ ਸੁਣਿਆ ਹੋਇਆ ਵੇ। ਹੋਰ ਅਬਲਾ ਸਬਲਾ ਅਸੀਂ ਬਹੁਤ ਕੁਝ ਸੁਣਦੇ ਹਾਂ, ਬਥੇਰਾ ਕੁਛ ਸਾਡੇ ਫੋਨ 'ਤੇ ਆ ਜਾਂਦਾ ਜੀ। ਜੇ ਵੀਰ ਗੁਰਪ੍ਰੀਤ ਸਿੰਘ ਨੇ ਕਲਾਸਾਂ ਦੀ ਵੀਡੀਓ ਪਾ ਕੇ ਸ਼ੇਅਰ ਕੀਤੀ ਜੀ ਤਾਂ ਮੇਰੇ ਤੱਕ ਪਹੁੰਚੀ ਤਾਂ ਮੈਂ ਚੱਲ ਪਿਆ ਜੀ। ਅਤੇ ਜੇ ਇਹ ਵੀਡੀਓ ਲੋਕ ਸ਼ੇਅਰ ਕਰਨਗੇ ਤਾਂ ਕਿਸੇ ਪਿਆਰ ਕਰਨ ਵਾਲੇ ਕਿੰਨਿਆਂ ਨੇ ਕਲਾਸਾਂ ਸ਼ੁਰੂ ਕਰ ਦੇਣੀਆਂ, ਕਿੰਨਾ ਨੇ ਕਲਾਸਾਂ ਲਾਉਣ ਦਾ ਪ੍ਰਬੰਧ ਕਰ ਲੈਣਾ, ਬੜੀ ਕਿਰਪਾ ਹੋਣੀ ਹੈ ਜੀ, ਬੜੀ ਕਿਰਪਾ ਹੋਣੀ। ਹਾਂਜੀ ਹਾਂਜੀ, ਅਤੇ ਅਖੀਰ 'ਤੇ ਵੀਰ ਜੀ ਤੁਸੀਂ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਹਾਂਜੀ, ਮੇਰੇ ਵੱਲੋਂ ਤਾਂ ਇਹੀ ਮੈਸੇਜ ਆ ਜੀ ਵੀ ਵੇਖੋ ਅਕਾਲ ਪੁਰਖ ਵਾਹਿਗੁਰੂ ਆ ਜਿਹਦੇ 'ਚ ਸਾਰੇ ਗੁਣ ਹੈ, ਆਪਾਂ ਸਾਰੇ ਔਗਣਾਂ ਨਾਲ ਭਰੇ ਹਾਂ ਜੀ, ਕੋਈ ਇੱਦਾਂ ਦਾ ਨਹੀਂ ਹੈ ਜਿਹੜਾ ਕਵੀ ਮੇਰੇ 'ਚ ਕੋਈ ਔਗਣ ਨਹੀਂ, ਹੈ ਨਾ, ਹਮ ਔਗਣ ਭਰੇ ਇੱਕ ਗੁਣ ਰਾਹੀਂ, ਹੈ ਨਾ। ਸੋ ਔਗਣਾਂ ਨੂੰ ਪਾਸੇ ਰੱਖ ਕੇ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ, ਸਾਂਝ ਕਰੀਜਿਆ ਗੁਣ ਹੈ ਕੇਰੀ ਛੋੜ ਔਗਣ ਚੱਲੀ ਹੈ। ਸੋ ਗ੍ਰੰਥੀ ਸਿੰਘ ਵੀਰ ਜਿਹੜੇ ਆ ਉਹ ਆਪਦੀ ਜ਼ਿੰਮੇਵਾਰੀ ਸਾਂਭਣ ਬਈ, ਪਿਆਰ ਨਾਲ, ਸ਼ਰਧਾ ਨਾਲ, ਜ਼ਿੰਮੇਵਾਰੀ ਨਾਲ ਸੇਵਾ ਨਿਭਾਉਣ, ਤਾਂ ਗੁਰੂ ਸਾਹਿਬ ਨੇ ਕੋਈ ਕਮੀ ਨਹੀਂ ਆਉਣ ਦੇਣੀ। ਪ੍ਰਬੰਧਕ ਜਿਹੜੇ ਆ ਉਹ ਵੀ ਪ੍ਰਬੰਧ ਦੇ ਵਿੱਚ ਥੋੜ੍ਹਾ ਸੁਧਾਰ ਲਿਆਉਣ, ਮਤਲਬ ਜਿਵੇਂ ਗੁਰੂ ਦੀ ਗੋਲਕ ਦਾ ਪੈਸਾ ਜਿਹੜਾ ਪ੍ਰਚਾਰ ਅਤੇ ਕਲਾਸਾਂ 'ਤੇ ਲੱਗੇ ਤਾਂ ਕਿ ਸਾਡੀ ਪੰਥ ਦੀ ਚੜ੍ਹਦੀ ਕਲਾ ਹੋਵੇ। ਅਤੇ ਦੂਸਰੀ ਬੇਨਤੀ ਇਹ ਸੀਗੀ ਕਿ ਜਿੱਥੋਂ ਤੱਕ ਵੀ ਤੁਹਾਡੇ ਇਸ ਚੈਨਲ ਦੇ ਰਾਹੀਂ ਆਵਾਜ਼ ਆਉਂਦੀ ਆ, ਵੱਧ ਤੋਂ ਵੱਧ ਨੌਜਵਾਨ ਵੀਰ, ਕਲੱਬਾਂ ਵਾਲੇ ਵੀਰ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ, ਜਿਹੜੇ ਚਾਹੁੰਦੇ ਆ ਵੀ ਨੌਜਵਾਨੀ ਕਿਸੇ ਚੰਗੇ ਪਾਸੇ ਲੱਗੇ, ਜਿਹੜੇ ਚਾਹੁੰਦੇ ਆ ਵੀ ਸਾਡੇ ਜਿਹੜੇ ਬੱਚੇ ਆ ਉਹ ਵੱਡੇ ਹੋ ਕੇ ਵੱਡੇ ਅਫਸਰ ਬਣਨ ਜਾਂ ਮਤਲਬ ਤਰੱਕੀਆਂ ਕਰਨ ਅਤੇ ਸੇਵਿਆਂ ਵਾਲੇ ਰਾਹ ਨਾ ਜਾਣ, ਉਹ ਬਿਲਕੁਲ ਉਹ ਜਿਹੜੇ ਚਾਹੁੰਦੇ ਆ ਉਹ ਜ਼ਰੂਰ ਕਿਰਪਾ ਕਰਕੇ ਕਲਾਸਾਂ ਲਾਉਣ ਦੇ ਪ੍ਰਬੰਧ ਕਰੋ, ਤੁਸੀਂ ਸਾਡੇ ਨਾਲ ਸੰਪਰਕ ਕਰੋ। ਵੀਰ ਜੀ ਨੂੰ ਕਹੂੰਗਾ ਵੀ ਸਾਡਾ ਮੋਬਾਈਲ ਨੰਬਰ ਜਿਹੜੇ ਮੈਸੇਜ ਕਰ ਦੇਣਗੇ, ਤੁਸੀਂ ਬੋਲ ਵੀ ਦਿਓ ਆਪਾਂ ਵਿੱਚ ਵੀ ਪਾ, 95 690 95 023 ਤੁਸੀਂ ਸਾਨੂੰ ਦੱਸੋ, ਅਸੀਂ ਤੁਹਾਨੂੰ ਤਰੀਕ ਦੇਵਾਂਗੇ।
ਵੀ ਕਿਹੜੇ ਦਿਨ ਆਉਣਾ। ਤੁਸੀਂ ਆਪ ਦੇਖਿਓ ਜਦੋਂ ਇੱਕ ਵਾਰ ਕੈਂਪ ਲੱਗ ਗਿਆ ਉਦੋਂ ਬਾਅਦ ਉਹਨਾਂ ਦੀ ਔਨਲਾਈਨ ਕਲਾਸ ਲੱਗੀ, ਤੁਸੀਂ ਉਹਦੀ ਆਊਟਪੁੱਟ ਜਿਹੜੀ ਆ ਉਹਦੀ ਅਸੀਂ ਜ਼ਿੰਮੇਵਾਰ ਹਾਂ, ਅਸੀਂ ਦੇਵਾਂਗੇ ਤੁਹਾਨੂੰ ਆਊਟਪੁੱਟ। ਤੁਸੀਂ ਸਿਰਫ ਪ੍ਰਬੰਧ ਕਰਨਾ ਬੱਚਿਆਂ ਨੂੰ ਇਕੱਠੇ ਕਰਨ ਦਾ, ਕਿਸੇ ਗੁਰਦੁਆਰਾ ਸਾਹਿਬ ਇਕੱਠੇ ਕਰ ਲਓ, ਧਰਮਸ਼ਾਲਾ 'ਚ ਇਕੱਠੇ ਕਰ ਲਓ, ਉਹ ਤੁਹਾਨੂੰ ਪਤਾ ਤੁਹਾਡੇ ਪਿੰਡ ਬਾਰੇ। ਸਾਰੇ ਵੀਰਾਂ ਨਾਲ, ਪ੍ਰਬੰਧਕਾਂ ਨਾਲ, ਕਲੱਬਾਂ ਵਾਲਿਆਂ ਨਾਲ, ਸਤਿਕਾਰ ਕਮੇਟੀਆਂ ਨਾਲ ਸੰਪਰਕ ਬਣਾ ਕੇ ਸੋਹਣੇ ਢੰਗ ਨਾਲ ਆਪਾਂ ਇਹ ਕੰਮ ਕਰੀਏ। ਵੇਖੋ ਪਿੱਛੇ ਜਿਹੜੇ ਇਲੈਕਸ਼ਨ ਲੰਘੇ ਆ ਖੰਡੂਰ ਸਾਹਿਬ ਹਲਕੇ 'ਤੇ, ਮਤਲਬ ਪੰਥ ਨੇ ਕਿੰਨਾ ਜ਼ੋਰ ਲਾ ਕੇ, ਕਿੰਨਾ ਮਤਲਬ ਉਹ ਜਿੱਤ ਪ੍ਰਾਪਤ ਕੀਤੀ ਆ। ਫਰੀਦਕੋਟ 'ਤੇ ਵੀ ਇੱਦਾਂ ਹੋਇਆ, ਹਰ ਇੱਕ ਪੰਥ ਦਰਦੀ ਨੇ ਆਪਣਾ ਯੋਗਦਾਨ ਪਾਇਆ, ਗੱਡੀਆਂ ਲੈ ਕੇ ਗਏ, ਝੰਡੇ ਲਾਏ, ਪ੍ਰਚਾਰ ਕੀਤਾ, ਬਹੁਤ ਇੱਕਜੁੱਟਤਾ ਦਿਖਾਈ ਹੈ ਜੀ। ਅਤੇ ਉਹੀ ਇੱਕਜੁੱਟਤਾ ਆਪਾਂ ਇੱਧਰਲੇ ਪਾਸੇ ਵੀ ਦਿਖਾ ਦਈਏ, ਉਨੇ ਹੀ ਜ਼ੋਰ ਆਪਾਂ ਇੱਧਰਲੇ ਪਾਸੇ ਵੀ ਲਾਈਏ। ਜ਼ਰੂਰੀ ਕੰਮ ਆ ਸਾਡੇ ਲਈ, ਹਾਂ ਇਹ ਬਹੁਤ ਜ਼ਰੂਰੀ ਕੰਮ ਆ, ਬਹੁਤ ਜ਼ਰੂਰੀ ਆ। ਫਿਰ ਆਪਾਂ ਸਰਕਾਰਾਂ ਨੂੰ ਮਿਹਨਾ ਨਹੀਂ ਦੇ ਸਕਾਂਗੇ ਵੀ ਤੁਸੀਂ ਨਸ਼ੇ ਨਹੀਂ ਬੰਦ ਕਰਦੇ, ਜਿਹੜੀ ਚੀਜ਼ ਆਪਾਂ ਖਾਣੀਓ ਹੀ ਨਹੀਂ ਆਪਣੇ ਸਾਹਮਣੇ ਰੱਖੀ ਰੱਖਣਾ ਆਪਾਂ ਨਹੀਂ ਖਾਣੀਓ ਹੀ ਨਹੀਂ ਜਦੋਂ ਆਪਾਂ ਸਮਝ ਆ ਜਦੋਂ ਆਪਾਂ। ਇਹਦੇ 'ਚ ਇਹ ਵੀ ਹੈ ਨਾ, ਸਰਕਾਰਾਂ ਨੇ ਆਪਣਾ ਜ਼ੋਰ ਲਾਉਣਾ, ਏਜੰਸੀਆਂ ਨੇ ਆਪਣਾ ਜ਼ੋਰ ਲਾਉਣਾ, ਸਾਡਾ ਫਰਜ਼ ਆ ਸੀ ਆਪਣਾ ਜ਼ੋਰ, ਆਪਣਾ ਜ਼ੋਰ ਲਾਈਏ। ਆਪਾਂ ਤਾਂ ਸੁੱਤੇ ਪਏ ਹਾਂ ਜੀ, ਆਪਾਂ ਸੁੱਤੇ ਪਏ, ਆਪਾਂ ਬਹੁਤ ਵੇਸ ਲਏ, ਤਾਂ ਹੀ ਸਾਡਾ ਨੁਕਸਾਨ ਜ਼ਿਆਦਾ ਹੋਇਆ ਵੀਰ ਜੀ ਪ੍ਰਗਟ ਸਿੰਘ ਜੀ, ਅਸੀਂ ਸੁੱਤੇ ਪਏ ਹਾਂ। ਸੋ ਜਾਗਣ ਦੀ ਲੋੜ ਹੈ, ਜ਼ਿੰਮੇਵਾਰੀਆਂ ਸੰਭਾਲੋ, ਜ਼ਿੰਦਗੀ ਬਹੁਤ ਛੋਟੀ ਹੈ ਵੀਰੇ। ਇਹ ਵੇਖੋ ਆਪਾਂ 40-40 ਨੂੰ ਪਹੁੰਚ ਗਏ ਹਾਂ, ਅਤੇ ਹਮ ਆਦਮੀ ਹਾਂ ਇੱਕਦਮ ਹੀ, ਐਂ ਜੇ ਲੱਗਦਾ ਵੀ ਹਜੇ ਵੀ 5-4 ਸਾਲ ਹੀ ਰਹਿ ਗਏ, ਜਾਂ 5-7 ਸਾਲ ਹੈ ਨਾ, ਵੀ ਕਿਵੇਂ ਕੀ ਕੀ ਲੈ ਕੇ ਚੱਲੇ ਹਾਂ ਨਾਲ ਆਪਾਂ, ਜਾਂ ਉੱਥੇ ਗੁਰੂ ਪਾਤਸ਼ਾਹ ਮੂਹਰੇ ਕੀ ਮੂੰਹ ਦਿਖਾਵਾਂਗੇ, ਬਸ ਇੱਥੋਂ ਤੱਕ ਵੀ ਆਪਦਾ ਢਿੱਡ ਪਾਲਣ ਤੱਕ ਸੀਮਿਤ ਰਹੇ, ਵੀ ਤਨਖਾਹ ਲਈ, ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਤੀਆਂ, ਬਸ ਜੀ। ਵੀ ਕੁਛ ਨਾ ਕੁਛ ਆਪਾਂ ਸਮਾਜ ਲਈ ਵੀ ਕੁਛ ਕਰਕੇ ਜਾਈਏ, ਗੁਰੂ ਪੰਥ ਲਈ ਵੀ ਕੁਛ ਕਰਕੇ ਜਾਈਏ, ਤਾਂ ਕਿ ਆਪਣੇ ਆਪ ਨੂੰ ਮਾਣ ਮਹਿਸੂਸ ਹੋਵੇ ਵੀ ਆਪਾਂ ਆਪਦੇ ਪੰਥ ਦੇ ਪਰਿਵਾਰ ਵਿੱਚ ਬਣਦਾ ਯੋਗਦਾਨ ਪਾ ਕੇ ਆਏ ਹਾਂ। ਕੋਈ ਸ਼ੱਕ ਨਹੀਂ, ਬਹੁਤ ਧੰਨਵਾਦ ਜੀ, ਤੁਸੀਂ ਅੱਜ ਚੱਲ ਕੇ ਆਏ ਸਾਡੇ ਕੋਲ ਸਪੈਸ਼ਲ, ਅਤੇ ਆਪਾਂ ਬਹੁਤ ਹੀ ਸੋਹਣੀਆਂ ਜਿਹੜੀਆਂ ਵਿਚਾਰਾਂ ਹੋਈਆਂ, ਮੰਨ ਲਓ ਇਹ, ਤੁਹਾਡਾ ਵੀ ਬਹੁਤ ਧੰਨਵਾਦ ਵੀਰ ਜੀ। ਇਹ ਵਿਚਾਰਾਂ ਜਿਹੜੀਆਂ ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਆ, ਚਾਹੇ ਗ੍ਰੰਥੀ ਸਿੰਘਾਂ ਦੇ ਪੱਖ ਤੋਂ, ਚਾਹੇ ਬੱਚਿਆਂ ਦੀਆਂ ਕਲਾਸਾਂ ਤੋਂ ਆ। ਅਤੇ ਮੈਂ ਬੇਨਤੀ ਇਹੀ ਕਰੂੰਗਾ ਲਾਸਟ ਦੇ ਵਿੱਚ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਕਿ ਇਹ ਚੀਜ਼ਾਂ ਸ਼ੇਅਰ ਕਰਨ ਵਾਲੀਆਂ ਨੇ, ਇਹਨਾਂ ਚੀਜ਼ਾਂ ਨੂੰ ਆਪਣਾ ਆਪਣਾ ਫਰਜ਼ ਸਮਝਦੇ ਹੋਏ ਇਹ ਵਿਚਾਰਾਂ ਨੂੰ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰੋ, ਚਾਹੇ ਯੂਟਿਊਬ 'ਤੇ ਹੈ, ਫੇਸਬੁੱਕ 'ਤੇ ਹੈ, ਚਾਹੇ ਹੋਰ ਅਦਰ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਸੋਰਸ ਨੇ ਉਹਨਾਂ 'ਤੇ ਹੈ। ਵੱਧ ਤੋਂ ਵੱਧ ਇਹਨਾਂ ਨੂੰ ਅੱਗੇ ਦੀ ਅੱਗੇ ਆਪਾਂ ਪਹੁੰਚਾਈਏ, ਤਾਂ ਜੋ ਇਸ ਵੀਡੀਓ ਨੂੰ ਸੁਣ ਕੇ ਇੱਕ ਤਾਂ ਜਿਹੜੇ ਗ੍ਰੰਥੀ ਸਿੰਘ ਬਹੁਤ ਸਵਾਲ ਉਠਾਉਂਦੇ, ਕਿੰਤੂ ਪ੍ਰੰਤੂ ਕਰਦੇ ਕਿ ਸਾਡਾ ਕੁਛ ਬਣਿਆ ਨਹੀਂ, ਉਹ ਵੀ ਕੁਝ ਸਮਝ ਸਕਣ, ਅਤੇ ਦੂਸਰੇ ਪੱਖ 'ਤੇ ਜਿਹੜਾ ਸਭ ਤੋਂ ਵੱਡਾ ਕੰਮ ਆ ਕਿ ਅੱਜ ਸਿੱਖ ਕੌਮ ਆਪਣੀ ਕੌਮ ਦੇ ਬੱਚਿਆਂ ਨੂੰ ਸਾਂਭ ਲਵੇ, ਆਪਣੀ ਨੌਜਵਾਨੀ ਨੂੰ ਸਾਂਭ ਲਵੇ, ਉਹਦੇ 'ਤੇ ਜਿਹੜੀਆਂ ਖੁੱਲ੍ਹੀਆਂ ਗੱਲਾਂ ਬਾਤਾਂ ਹੋਈਆਂ। ਬਹੁਤ ਧੰਨਵਾਦ ਸਾਰੇ ਸੁਣਨ ਵਾਲੇ ਸਰੋਤਿਆਂ ਦਾ, ਵੀਰ ਜੀ ਹੁਣਾਂ ਦਾ ਧੰਨਵਾਦ, ਇਹਨਾਂ ਦੇ ਨਾਲ ਵੀਰ ਭਾਈ ਗੁਰਮੀਤ ਸਿੰਘ ਜੀ ਹੁਣੇ ਵੀ ਆਏ ਆ, ਉਹਨਾਂ ਦਾ ਵੀ ਬਹੁਤ ਧੰਨਵਾਦ ਆ। ਸਾਰੇ ਸਰੋਤੇ ਚੈਨਲ ਸਬਸਕ੍ਰਾਈਬ ਕਰ ਲਵੋ, ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਅਤੇ ਕਮੈਂਟ ਦੇ ਵਿੱਚ ਆਪਣਾ ਕੋਈ ਵੀ ਸੁਝਾਅ, ਕੋਈ ਵੀ ਸਵਾਲ ਜ਼ਰੂਰ ਦਿਓ, ਅਤੇ ਇਹ ਵੀ ਦੱਸਿਓ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਪੋਡਕਾਸਟਾਂ ਅਸੀਂ ਕਿਸ ਵਿਸ਼ੇ 'ਤੇ ਲੈ ਕੇ ਆਈਏ, ਉਹ ਵਿਸ਼ੇ ਨੂੰ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।